ਚੁੱਪ ਦਾ ਨਾਮ ਬਖਸ਼ੋ ਫਿਰ ਆਪਾਂ ਪ੍ਰोसीडिंग ਸ਼ੁਰੂ ਕਰਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜਿਹੜੇ ਅਜੇ ਥੋੜਾ ਜਿਹਾ ਹੋਰ ਕਵਾਇਟ ਹੋ ਸਕੋਗੇ ਤਾਂ ਸੌਖਾ ਹੋ ਜੂ ਸਾਰਿਆਂ ਲਈ ਤੇ ਜੇ ਕੋਈ ਜ਼ਰੂਰੀ ਫੋਨ ਜਾਂ ਗੱਲਬਾਤ ਕਰਨੀ ਆ ਪਿੱਛੇ ਵੀ ਡੋਰ ਆ ਇੱਥੇ ਵੀ ਆ ਤੁਸੀਂ ਬਾਹਰ ਜਾ ਕੇ ਕਰ ਸਕਦੇ ਹੋ ਥੈਂਕ ਯੂ ਅ ਬੇਸਿਕਲੀ ਹੁਣ ਆਪਣਾ ਜਿਹੜਾ ਫਾਰਮੈਟ ਦਾ ਮੈਂ ਥੋੜੀ ਜੀ ਡਿਸਕ੍ਰਿਪਸ਼ਨ ਦੇ ਦਵਾਂ ਫਿਰ ਜਿਹੜੇ ਫੈਸਿਲਿਟੇਟਰ ਸੀਗੇ ਉਹ ਆਪਣੀ ਰਾਏ ਜ਼ ਆ ਕੇ ਸ਼ੇਅਰ ਕਰਨਗੇ ਜੋ ਗਰੁੱਪ ਸਬ ਗਰੁੱਪ ਵਿੱਚ ਡਿਸਕਸ਼ਨ ਹੋਈ ਆ ਬੇਸਿਕ ਪ੍ਰੋਸੈਸ ਹੁਣੇ ਆ ਕਿ ਜਿਹੜੇ ਦੋ ਅੱਜ ਦੇ ਮੁੱਦੇ ਸੀਗੇ ਕਿ ਸਰਬਤ ਖਾਲਸੇ ਦਾ ਇਮੀਡੀਏਟ ਜੇ ਕਰਨਾ ਹੋਵੇ ਇਮੀਡੀਏਟ ਤਾਂ ਪਾਵਾਂ ਸੀ ਰੱਖਿਆ ਸੀ ਵਿਦਨ ਅイヤー ਨਾਟ ਨੋਇੰਗ ਇੱਕ ਮਹੀਨੇ ਵਿੱਚ ਵੀ ਹੋ ਸਕਦਾ ਇੱਕ ਸਾਲ ਵਿੱਚ ਵੀ ਹੋ ਸਕਦਾ ਜਦ ਵੀ ਹੈਗਾ ਜੇ ਇਮੀਡੀਏਟਲੀ ਕਰਨਾ ਹੋਵੇ ਤਾਂ ਉਹਦਾ ਕੀ ਪ੍ਰੋਸੈਸ ਹੋਣਾ ਚਾਹੀਦਾ ਨੋਇੰਗ ਕਿ ਪਿਛਲੇ ਦੋ ਦਿਨਾਂ ਜੋ ਅਸੀਂ ਸੁਣ ਰਹੇ ਆਂ ਕੀ ਇਹਦੀਆਂ ਬਾਰੇ ਅਜੇ ਖੁੱਲ ਕੇ ਚਰਚਾ ਕਾਫੀ ਹੋਣ ਵਾਲੀ ਵੀ ਆ ਤੇ ਸੈਕੰਡ ਸੀਗਾ ਜੇ ਜਥੇਦਾਰਸ ਦੀ ਸਿਲੈਕਸ਼ਨ ਕਰਨੀ ਹੈਗੀ ਆ ਅਪੁਆਇੰਟਮੈਂਟਸ ਕਰਨੀਆਂ ਤਾਂ ਉਹਨਾਂ ਦੇ ਕ੍ਰਾਈਟੇਰੀਆਸ ਤੇ ਪੋਟੈਂਸ਼ੀਅਲ ਨੇਮ ਕਿਹੜੇ ਹੋਣੇ ਚਾਹੀਦੇ ਨੇ ਅਗੇਨ ਐਸ ਅ ਰਿਮਾਈਂਡਰ ਮੈਂ ਕਹਿ ਰਿਹਾ ਵੀ ਮਸਟ ਅੰਡਰਸਟੈਂਡ ਕਿ ਸਾਡੇ ਵਿੱਚ ਬੜੀਆਂ ਰਾਵਾਂ ਨੇ ਹਰ ਕੰਮ ਦੀਆਂ ਇਸ ਵੇਲੇ ਤੇ ਕੋਈ ਵੀ ਕਾਮਨ ਪਲੈਟਫਾਰਮ ਅਜੇ ਪ੍ਰੋਪਰਲੀ ਡਿਵੈਲਪ ਨਹੀਂ ਹੋਇਆ ਹੋਇਆ ਬਟ ਕਈ ਜਥੇਬੰਦੀਆਂ ਇੰਡੀਵਿਜੂਅਲਸ ਇਨਫਲੂਐਂਸਰਸ ਕੋਸ਼ਿਸ਼ ਜ਼ਰੂਰ ਕਰ ਰਹੇ ਨੇ ਕਰਨ ਦੀ ਸੋ ਜੋ ਆਪਾਂ ਕਰ ਰਹੇ ਆ ਇੱਕ ਐਕਟੀਵਿਟੀ ਇਹ ਹੈਗੀ ਆ ਇਹਦਾ ਮਤਲਬ ਇਹ ਨਹੀਂ ਕਿ ਇਹੀ ਫਾਈਨਲ ਆਨਸਰਸ ਨੇ ਇਹ ਸਿਰਫ ਡਿਸਕਸ਼ਨ ਨੂੰ ਫਰੇਮ ਕਰਨ ਲਈ ਆਪਾਂ ਪਿਛਲੇ 3 ਦਿਨਾਂ ਵਿੱਚ ਇੱਕ ਕੋਸ਼ਿਸ਼ ਕਰ ਰਹੇ ਆ ਸੋ ਫਾਰਮੈਟ ਇਹ ਹੋਊਗਾ ਕਿ ਪਹਿਲਾਂ ਸਰਬਤ ਖਾਲਸੇ ਦੇ ਉੱਤੇ ਜਿਹੜਾ ਇੱਕ ਗਰੁੱਪ ਸੀਗਾ ਉਹਨਾਂ ਦੇ ਗਰੁੱਪ ਵਿੱਚ ਕੀ ਡਿਸਕਸ਼ਨ ਹੋਈ ਉਸ ਰਿਪਰੈਜ਼ੈਂਟ ਕੀਤੀ ਜਾਓ ਉਹ ਆਪ ਕੀ ਚਾਹੁੰਦੇ ਨੇ ਇਹ ਨਹੀਂ ਪ੍ਰੈਜ਼ੈਂਟ ਕਰਨਾ ਜਾਓ ਗਰੁੱਪ ਨੇ ਕੀ ਕਿਹਾ ਉਹਦੀ ਵੈਰਾਈਟੀਆਂ ਪ੍ਰੈਜ਼ੈਂਟ ਕਰਨ 10 ਮਿੰਟ ਵਿੱਚ ਉਸ ਤੋਂ ਬਾਅਦ ਉਸ ਵਿਸ਼ਾ ਤੇ ਇਸ ਘੜੀ ਦੇ ਮੁਤਾਬਕ ਆਪਾਂ ਹੁਣ 10 ਮਿੰਟ ਲੇਟ ਆ ਫਿਰ ਆਪਾਂ 24 ਮਿੰਟ ਉਸ ਤੇ ਡਿਸਕਸ਼ਨ ਕਰ ਸਕਦੇ ਆ ਕੁਐਸਚਨ ਆਨਸਰਸ ਕਰ ਸਕਦੇ ਆ 1 ਵਜੇ ਤੱਕ ਆਪਾਂ ਇਹ ਸੈਸ਼ਨ ਖਤਮ ਕਰਨਾ ਹੈਗਾ ਫਿਰ ਉਸ ਤੋਂ ਬਾਅਦ ਜਦੋਂ ਪ੍ਰੋਸੈਸ ਦੇ ਬਾਰੇ ਜੇ ਕੋਈ ਸਿੱਟਾ ਨਿਕਲਦਾ ਠੀਕ ਆ ਜੇ ਕੋਈ ਟਾਪ ਚੁਆਇਸਸ ਆਉਂਦੀਆਂ ਨੇ ਕੁਐਸਚਨਸ ਆਉਂਦੇ ਨੇ ਉਹਨੂੰ ਫਿਰ ਆਪਾਂ ਮੋਡਰੇਟ ਤਰੀਕੇ ਨਾਲ ਕਰਾਂਗੇ ਉਸ ਤੋਂ ਬਾਅਦ ਫਿਰ ਇਮੀਡੀਏਟਲੀ ਵਿਦਾਊਟ ਬ੍ਰੇਕ ਜਥੇਦਾਰਾਂ ਉੱਤੇ ਕੀ ਡਿਸਕਸ਼ਨ ਹੋਈ ਆ ਉਡੀ 10 ਮਿੰਟ ਦੀ ਪ੍ਰੈਜੈਂਟੇਸ਼ਨ ਹੋਊਗੀ ਫਿਰ ਉਸ ਤੇ ਕੁਐਸਚਨ ਆਨਸਰ ਹੋਣਗੇ 1 ਵਜੇ ਤੱਕ ਐਂਡ ਜੋ ਵੀ 1 ਵਜੇ ਤੱਕਰ ਹੋ ਗਿਆ ਫਿਰ ਆਪਾਂ ਡਿਸਾਈਡ ਕਰਾਂਗੇ ਕਿ ਇਹਨੂੰ ਐਕਸਟੈਂਡ ਕਰਨ ਦੀ ਲੋੜ ਆ ਜਾਂ ਉਸ ਤੇ ਥੋੜਾ ਬਹੁਤ ਅਗੇਨ ਇੱਕ ਦੋ ਜੜੇ ਜੋਣੀ ਚੀਜ਼ਾਂ ਚਾਉਣਗੇ ਮੈਂ ਪਹਿਲਾਂ ਹੀ ਦੱਸ ਦਵਾਂਗੀ ਕਿ ਪਿਛਲੇ ਦੋ ਤਿੰਨਾਂ ਚ ਹੋਇਆ ਉਹ ਨਹੀਂ ਹੋਊ ਇਥੇ ਆਪਾਂ ਦੇਖਾਂਗੇ ਕਿ ਕੁਝ ਸਾਡੇ ਕੋਲ ਲੂਮਿਨਰੀਜ਼ ਹੈਗੇ ਨੇ ਆਂਡਰਸਟੈਂਡ ਬਟ एवरीवन ਇਜ਼ ਰਿਸਪੈਕਟਿਡ ਹੇਅਰ ਸੋ ਵੀ ਹੈਵ ਟੂ ਸੀ ਕਿ ਜਨਰਲ ਕੰਸੈਂਸਸਸ ਜੇ ਨਹੀਂ ਬਣ ਰਿਹਾ ਤੇ ਕਿੱਧਰ ਲੈਵਲ ਜਾਣ ਦੀ ਲੋੜ ਆ ਕੋਈ ਫਾਈਨਲ ਆਨਸਰਸ ਨਹੀਂ ਹੈਗੇ ਆਪਣੇ ਕਿਸੇ ਕੋਲ ਸੋ ਆਈ ਵਿਲ ਨਾਉ ਰਿਕਵੈਸਟ ਕਿ ਲਵਨੀਤ ਕੋਰ ਤੇ ਜਗਮੀਤ ਸਿੰਘ ਤੁਸੀਂ ਆ ਕੇ 10 ਮਿੰਟਸ ਵਿੱਚ ਤੁਹਾਡੇ ਗਰੁੱਪ ਵਿੱਚ ਜਿਹੜੀ ਡਿਸਕਸ਼ਨ ਹੋਈ ਹੈ ਉਹ ਸ਼ੇਅਰ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅਮ ਸਾਰੇ ਸਾਥ ਸੰਗਤ ਨੂੰ ਮੈਂ ਦੱਸ ਦੇਣਾ ਚਾਹੁੰਦੀ ਆ ਕਿ ਸਾਡਾ ਅੱਜ ਦਾ ਜੋ ਵਿਸ਼ਾ ਸੀ ਟੌਪਿਕ ਸੀ OC ਸਰਬੱਤ ਖਾਲਸਾ ਕਾਫੀ ਪਾਰਟਿਸਪੈਂਟ ਸੀ ਔਰ ਕਾਫੀ ਚੰਗਾ ਹੰਗਾਰਾ ਮਿਲਿਆ ਕਾਫੀ ਲੋਕਾਂ ਨੇ ਇਨਪੁਟ ਪਾਇਆ ਸੋ ਆਈ ਜਸਟ ਵਾਂਟ ਟੂ ਥੈਂਕ ਯੂ एवरीवन ਕਿਉਂਕਿ ਦੈਟਸ ਦ ਵੇ ਵੀ ਵਾਂਟ ਟੂ ਰੋਲ ਵੀ ਸਾਰੇ ਆਪਣੀ ਸੁਝਾਅ ਸਾਨੂੰ ਦੇਣ ਤਾਂ ਕਿ ਅਸੀਂ ਉਹਨੂੰ ਅਗਲੀ ਮੀਟਿੰਗ ਵਾਸਤੇ ਲਿਖ ਸਕੀਏ ਸੋ ਬਾਕੀ ਬਰੀਫ ਦੇ ਵਿੱਚ ਜੋ ਡਿਸਕਸ਼ਨਸ ਹੋਈ ਜਿਨ੍ਹਾਂ ਤੋਂ ਜਿਹੜੇ ਸੀ ਪੁਆਇੰਟ ਨੋਟ ਕੀਤੇ ਆ ਕਾਫੀ ਹੋਈ ਪਰ ਅਸੀਂ ਸਾਰੀ ਇਹ ਗੱਲ ਆਬਵੀਅਸਲੀ ਨਹੀਂ ਕਰ ਸਕਦੇ ਪਰ ਅਸੀਂ ਮੇਨ ਮੇਨ ਪੁਆਇੰਟਸ ਅਸੀਂ ਲਿਖੇ ਆ ਉਹਨੂੰ ਅਸੀਂ ਹੁਣ ਡਿਸਕਸ ਕਰਾਂਗੇ ਮੈਂ ਆ ਭਾਜੀ ਜਗਮੀਤ ਸਿੰਘ ਨੂੰ ਰਿਕਵੈਸਟ ਕਰੂੰਗੀ ਕਿ ਇਹ ਤੋਂ ਟੇਕਓਵਰ ਕਰਨ ਤੇ ਪੁਆਇੰਟਸ ਡਿਸਕਸ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਫੇਰ ਫਤਿਹ ਪ੍ਰਵਾਨ ਕਰਨੀ ਜੋਸ਼ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਮੈਨੂੰ ਲੱਗਦਾ ਕਿ ਸਪੀਕਰ ਹੀ ਖਰਾਬ ਹੋ ਗਿਆ ਇੰਨਾ ਤੁਸੀਂ ਜੋਸ਼ ਨਾਲ ਇਨਾ ਜੋਸ਼ ਨਾਲ ਫਤਈ ਪਰਾਨ ਪਰਵਾਨ ਕੀਤੀ ਹੈ ਸੋ ਮੈਂ ਨਾਲ ਦੇ ਨਾਲ ਟਾਈਮਰ ਲਾ ਦੂੰਗਾ ਤਾਂ ਕਿ ਮੈਂ ਪੂਰੇ 9 ਮਿੰਟ ਤੇ ਮੈਂ ਪੂਰਾ ਕਰੂੰਗਾ ਸੋ ਸਾਰੇ ਨੂੰ ਆਵਾਜ਼ ਸਹੀ ਆ ਰਹੀ ਹੈ ਪਿਛੇ ਤੱਕ ਠੀਕ ਹੈ ਮੇਰਾ ਕੰਮ ਹੈ ਮੈਂ ਬੁਲਾ ਰਾਇਆ ਜੇ ਮੈਂ ਉੱਚੀ ਬੋਲ ਨਹੀਂ ਸਕਦਾ ਤਾਂ ਫਿਰ ਮੈਂ ਗਲਤ ਕੰਮ ਤੇ ਹੈਗਾ ਹਾਂ ਚਲੋ ਹੁਣ ਮਾਈਕ ਵੀ ਚੱਲਣ ਲੱਗ ਪਿਆ ਸੋ ਸਰਬਾਤ ਖਾਸ ਉਤੇ ਸਾਡੀ ਗੱਲਬਾਤ ਹੋਈ ਸੋ ਮੈਂ ਛੇਤੀ ਛੇਤੀ ਤੁਹਾਨੂੰ ਤੁਹਾਡੇ ਸਾਰੇ ਨਾਲ ਸਾਂਝੀ ਕਰਦਾ ਕਿ ਜੋ ਸਾਡੀ ਗੱਲ ਹੋਈ ਸੋ ਇੱਕ ਕੱਲ ਵੀ ਸਾਡੇ ਨਾਲ ਬਹੁਤ ਵਧੀਆ ਗਰੁੱਪ ਦੇ ਵਿੱਚ ਡਿਸਕਸ਼ਨ ਹੋਈ ਹੈ ਸੋ ਕਈ ਗੱਲਾਂ ਹੋਈਆਂ ਹੁਣ ਉਹਨੂੰ ਇੰਪਲੀਮੈਂਟ ਕਰਨਾ ਇੱਕ ਪ੍ਰੋਸੈਸ ਦੇ ਵਿੱਚ ਕਿ ਅਸੀਂ ਕੀ ਕਰ ਸਕਦੇ ਆ ਨੈਕਸਟ ਸਰਬਤ ਖਾਸ ਦੇ ਵਿੱਚ ਸੋ ਜਿਹੜੇ ਸੁਝਾਅ ਆ ਇੱਕ ਮੇਨ ਗੱਲ ਸੀਗੀ ਕਿ ਜੇ ਸਰਬਤ ਖਾਸ ਵਾਕੀ ਸਾਰਿਆਂ ਦੀ ਵਿਸ਼ਵਾਸ ਵਾਲਾ ਹੋਵੇ ਉਹਦੇ ਚ ਰੈਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ ਸੋ ਕੱਲ ਜਿਹੜੀ ਗੱਲ ਹੋਈ ਸੀ ਕਿ ਕਿ 51% ਆਫ ਦ ਕਮਿਊਨਿਟੀ ਆਫ ਦ ਸਿੱਖ ਕਮਿਊਨਿਟੀ ਐਟ ਲੀਸਟ ਕਟੂਕਟ ਉਹ ਅੱਧੇ ਤੋਂ ਇੱਕ ਜ਼ਿਆਦਾ ਕਿ ਉਹ ਕਟਿਕ ਕਟੂਕਟ ਉਹ ਇਨਵੋਲਵ ਹੋਣ ਜੀਓਗ੍ਰਾਫਿਕਲੀ ਤੇ ਪੋਪੂਲੇਸ਼ਨ ਤੋਂ ਉਹ ਤੇ ਰਿਪਰੈਜ਼ੈਂਟ ਕੀਤਾ ਜਾਵੇ ਸੋ ਉਹਨੂੰ ਪ੍ਰੈਕਟੀਕਲੀ ਕਿੱਦਾਂ ਇੰਪਲੀਮੈਂਟ ਕਰਨਾ ਬਹੁਤ ਐਕਟਿਵਲੀ ਸਾਨੂੰ ਬਹੁਤ ਐਕਟਿਵਲੀ ਸਾਨੂੰ ਰਿਕਰੂਟ ਕਰਨਾ ਪੈਣਾ ਪਊਗਾ ਸਾਰੇ ਨੂੰ ਇਨਵਾਈਟ ਕਰਨਾ ਪਊਗਾ ਇਟ ਹਾਸ ਟੂ ਬੀ ਸਮਥਿੰਗ ਵੀ ਐਕਟਿਵਲੀ ਡੂ ਟੂ ਇਨਸ਼ੋਰ ਦੈਟ एवरीवन ਇਜ਼ ਇਨਵੋਲਵਡ ਸੋ ਇਹਦੇ ਸਾਨੂੰ ਬਹੁਤ ਪ੍ਰੋਐਕਟਿਵ ਸਟੈਪ ਲੈਣਾ ਪਊਗਾ ਇਹਦੇ ਚ ਆ ਵੀ ਕਨਸਿਡਰੇਸ਼ਨਸ ਅਸੀਂ ਮਨਚ ਰੱਖੇ ਕਿ ਸਕੂਲ ਆਫ ਥੌਟਸ ਵੀ ਰਿਪਰੈਜ਼ੈਂਟ ਕੀਤੇ ਜਾਣ ਕਿਉਂਕਿ ਜੇ ਆਸੀਂ ਸਰਬੱਤ ਖਾਸ ਇੱਕ ਨੈਕਸਟ ਜਿਹੜਾ ਉਹਦੇ ਚ ਸਾਰਿਆਂ ਦਾ ਵਿਸ਼ਵਾਸ ਹੋਵੇ ਤਾਂ ਇਟ ਹਾਸ ਟੂ ਇਨਵੋਲਵ ਏਵਰੀ ਸਕੂਲ ਆਫ ਥੌਟ ਇਟ ਹਾਸ ਟੂ ਇਨਕਲੂਡ ਸਿੱਖ ਲੀਡਰਸ ਐਂਡ ਸਿੱਖ ਥੌਟ ਲੀਡਰਸ ਸਕਾਲਰਸ ਵੀ ਤੇ ਇਥੇ ਵੀ ਇੱਕ ਐਮਫਸਿਸ ਸੀਗਾ ਕਿ ਜਿਹੜੇ ਡਿਸ ਇਨਫਰਾਂਚਾਈਜ਼ ਲੋਕ ਹੈ ਸੋ ਜਿਹੜੇ ਲੋਕ ਕੋਲ ਆਮ ਤੌਰ ਤੇ ਸਿੱਖ ਸੰਸਥਾਵਾਂ ਵਿੱਚ ਉਹਦੇ ਕੋਲ ਥਾਂ ਨਹੀਂ ਹੁੰਦਾ ਉਹਨਾਂ ਨੇ ਜੇ ਅਸੀਂ ਸਿਕ ਸਰੂਪ ਜਾਂ ਸਿੱਖੀਅਤ ਸੂਤ ਤੇ ਕੰਮ ਕਰਨਾ ਤੇ ਉਹਨੂੰ ਵੀ ਸਾਨੂੰ ਪ੍ਰੋਐਕਟਿਵਲੀ ਇਨਵੋਲਵ ਕਰਨਾ ਪਊਗਾ ਸੋ ਉਹ ਕਈ ਲਿਸਟ ਕੀਤੇ ਕਿ ਔਰਤ ਨੂੰ ਇਨਵੋਲਵ ਕਰਨਾ ਸਾਨੂੰ ਸਾਨੂੰ ਥੋੜੀ ਜਿਹਾ ਐਕਟਿਵਲੀ ਕਰਨਾ ਪਊਗਾ ਜਿਹੜਾ ਮੂਲ ਨਿਵਾਸੀ ਜਾਂ ਦਲਤ ਕਮਿਊਨਿਟੀ ਜਿਹੜੇ ਜਾਤ ਪਾਤ ਤੇ ਜਿਹੜੇ ਸਾਡੇ ਚ ਰੋਗ ਹੈ ਜਿਹੜਾ ਬਹੁਤ ਵੱਡਾ ਡਿਜ਼ੀਜ਼ ਹੈ ਉਹਨੂੰ ਐਡਰੈਸ ਕਰਨਾ ਵੀ ਹਵ ਟੂ ਐਕਟਿਵਲੀ ਪਾਰਟਿਸਿਪੇਟ ਬਾਏ ਮੇਕਿੰਗ ਸ਼ੁਰ ਪੀਪਲ ਆਰ ਇਨਵੋਲਡ ਤੇ ਯੂਥ ਨੂੰ ਵੀ ਇਨਵੋਲਵ ਕਰਨਾ ਉਹਨਾਂ ਲਈ ਥਾਂ ਬਣਾਉਣਾ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਸਾਡੇ ਸੰਸਥਾਵਾਂ ਵਿੱਚ ਯੂਥ ਲਈ ਕੋਈ ਥਾਂ ਨਹੀਂ ਹੁੰਦਾ ਸੋ ਵੀ ਨੀਡ ਟੂ ਟੇਕ ਐਨ ਐਕਟਿਵ ਰੋਲ ਇਨ ਮੇਕਿੰਗ ਸ਼ੋਰ ਸੋ ਥਿਸ ਇਜ਼ ਦ ਕੰਪੋਜੀਸ਼ਨ ਐਲੀਜੀਬਿਲਟੀ ਦੇ ਵਿੱਚ ਕੀ ਗੱਲਾਂ ਹੋਈਆਂ ਬੇਸਿਕ ਜਿਹੜਾ ਕ੍ਰਾਈਟਰੀਆ ਸੀਗਾ ਕਿ ਇੱਕ ਐਲੀਜੀਬਲ ਨਾਮੰਦਗੀ ਵਾਸਤੇ ਸਰਬਤ ਖਾਸ ਦੇ ਵਿੱਚ ਕੀ ਉਹਨੂੰ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਸਿੱਖ ਰਹਿਤ ਮਰਿਆਦਾ ਤੇ ਤੇ ਇੰਸਟੀਚਿਊਸ਼ਨ ਆਪਣਾ ਆਜ਼ਾਦ ਅਕਾਲ ਤੱਕ ਤੇ ਉਹਨੂੰ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਇਹਦੇ ਚ ਇਹ ਵੀ ਹਾਈਲਾਈਟ ਕੀਤੀ ਗਈ ਸੀਗੀ ਡਿਸਕਸ਼ਨ ਸੀਗੀ ਕਿ ਮੇਬੀ ਵੀ ਨੀਡ ਟੂ ਹਾਈਲਾਈਟ ਕਿ ਗੁਰੂ ਇਨਸਪਾਇਰਡ ਹੋਵੇ ਕਿ ਉਹ ਸਪੈਸੀਫਿਕਲੀ ਜਿਹੜਾ ਸ਼ਬਦ ਗੁਰੂ ਤੋਂ ਇਨਸਪਾਇਰ ਹੋਣ ਉਹ ਕੇ ਆ ਨੇ ਵੀ ਇਹ ਵੀ ਗੱਲ ਕਿਹਾ ਕਿ ਜੇ ਤੁਸੀਂ ਰਹਿਤ ਨਾਮਾ 'ਚ ਪੂਰਾ ਵਿਸ਼ਵਾਸ ਰੱਖਦੇ ਹੋ ਤਾਂ ਉਹ ਵਿੱਚ ਹੋ ਜਾਂਦਾ ਵੈਸੇ ਸੋ ਇਹ ਗੱਲ ਚੱਲ ਰਹੀ ਸੀਗੀ ਕਿ ਐਲੀਜੀਬਿਲਟੀ ਇੱਕ ਹੋਰ ਆਈਡੀਆ ਪੇਸ਼ ਕੀਤਾ ਗਿਆ ਸੀਗਾ ਕਿ ਜਿਹੜਾ ਸੀ ਪੰਜ ਸਿਸਟਮ ਨੂੰ ਬਤੀ ਹੈ ਕਿ ਜਿਹੜਾ ਪੰਜ ਪਿਆਰਾ ਸਿਸਟਮ ਜਾਂ ਪੰਜ ਦਾ ਸਿਸਟਮ ਉਹ ਇੱਕ ਸਕਰੀਨਿੰਗ ਪ੍ਰੋਸੈਸ ਬਣ ਸਕਦਾ ਕਿ ਜਿਹੜਾ ਕੁਆਲੀਫਾਈਡ ਰੈਪrezentਟਿਵ ਕਿ ਹੋ ਜੇ ਪੰਜ ਪਿਆਰੇ ਜਾਂ ਪੰਜ ਸਿਸਟਮ ਨੂੰ ਸਕ੍ਰੀਨ ਕੀਤਾ ਜਾਵੇ ਕਿ ਦੈਟਸ ਵਨ ਵੇ ਟੂ ਪਰਹੈਪਸ ਮੇਕ ਸ਼ੁਰ ਅਸ ਸਾਡੇ ਕੋਲ ਜਿਹੜੇ ਰੈਪrezentਟਿਵ ਉਹ ਸਹੀ ਹੋਣ descouple of matters to discuss ਇਹ ਵਿੱਚ کافی ਗੱਲ ਹੋਈ ਸੀ ਕਿ ਪ੍ਰੈਕਟੀਕਲੀ ਸਪੀਕਿੰਗ ਜਿਹੜੇ ਜੇ ਅਸੀਂ ਸਰਬਤ ਖਾਸ ਰੱਖਣਾ ਤਾਂ ਵੀ ਸ਼ਡ ਨੋ ਕਿਹੜੇ ਕਿਹੜੇ ਵਿਸ਼ੇ ਦੇ ਉੱਤੇ ਸਰਬਤ ਖਾਸਾ ਰੱਖਿਆ ਜਾ ਰਿਹਾ ਸੋ ਉਹ ਜਾਣ ਤੋਂ ਪਹਿਲਾਂ ਲੋਕਾਂ ਨੂੰ ਪਤਾ ਹੋਵੇ ਕਿ ਇਹ ਅਜੰਡਾ ਆ ਜਾਂ ਇਹ ਮਸਲੇ ਹੈਗੇ ਜੇ ਇਸ ਵਿਸ਼ੇ ਦੇ ਉੱਤੇ ਗੱਲ ਕੀਤੀ ਜਾਵੇ ਉਹ ਇਸ਼ੂਸ ਪਹਿਲਾਂ ਪਤਾ ਹੋਵੇ ਤਾਂ ਕਿ ਤੁਸੀਂ ਪਹਿਲਾਂ ਹੀ ਥੋੜੀ ਡਿਲੀਬਰੇਸ਼ਨ ਕਰਨਾ ਸ਼ੁਰੂ ਕਰੋ ਕਿ ਇਹ ਨਾ ਹੋਵੇ ਕਿ ਲੋਕਾਂ ਨੂੰ ਇੱਕਦਮ ਉਥੇ ਪਹੁੰਚ ਕੇ ਉਦੋਂ ਹੀ ਵੀ ਪਤਾ ਲੱਗੂ ਕਿ ਕਿਹੜੇ ਕਿਹੜੇ ਵਿਸ਼ੇ 'ਤੇ ਅਸੀਂ ਅਸੀਂ ਗੱਲਬਾਤ ਕਰਨੀ ਜੇ ਪਹਿਲਾਂ ਤੁਹਾਨੂੰ ਪਤਾ ਹੋਵੇ ਕਿ ਇਹ ਵਿਸ਼ਿਆਂ ਦੇ ਉੱਤੇ ਗੱਲ ਹੋਣੀ ਹੈ ਫਿਰ ਤੁਸੀਂ ਪਹਿਲਾਂ ਡਿਲੀਬਰੇਸ਼ਨ ਥੋੜੀ ਜਿਹੀ ਕਰ ਸਕਦੇ ਹੋ ਫਿਰ ਸਰਬਸੰਮਤੀ ਵੱਲ ਜਾਣਾ ਸੌਖਾ ਹੋਊਗਾ ਜੇ ਤੁਹਾਨੂੰ ਪਹਿਲਾਂ ਹੀ ਥੋੜੀ ਜਿਹੀ ਪਤਾ ਕਿ ਅਸੀਂ ਕਿਹੜੇ ਵਿਸ਼ਿਆਂ ਦੇ ਉੱਤੇ ਕੰਮ ਕਰਨਾ ਗੱਲ ਕਰਨਾ ਤੇ ਆਮ ਤੌਰ ਤੇ ਜਿਹੜੇ ਇਸ਼ੂਸ ਹੋਣ ਉਹ ਮੈਰिज ਆਫ ਅਰਜੈਂਸੀ ਹੋਣ ਤੇ ਸਪੈਸੀਫਿਕਲੀ ਜਿਹੜੇ ਤਿੰਨ ਕ ਗੱਲਾਂ ਨੇ ਜਿਹੜੇ ਮੇਨ ਸਾਡੇ ਸਾਹਮਣੇ ਹੈਗਾ ਇੱਕ ਤਾਂ ਜਿਹੜਾ ਆਜ਼ਾਦ ਔਕਾਤ ਤੱਕ ਦਾ ਕਨਸੈਪਟ ਉਹਦੇ ਉੱਤੇ ਡਿਸਕਸ਼ਨ ਕੀਤੀ ਜਾਵੇ ਉਹਦੇ ਉੱਤੇ ਇਸ਼ੂਸ ਫੋਕਸ ਹੋਣ ਤੇ ਸਪੈਸੀਫਿਕਲੀ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਆਦ ਵੀ ਉਹ ਇੱਕ ਇਸ਼ੂ ਦੇ ਉੱਤੇ ਜਾਂ ਤਾਂ ਜਸਟਿਸ ਅਸੀਂ ਸਾਨੂੰ ਕਿੱਦਾਂ ਮਿਲ ਸਕਦਾ ਤੇ ਉਹਨੂੰ ਪ੍ਰੀਵੈਂਡ ਕਿੱਦਾਂ ਕਰਨਾ ਅੱਗੇ ਤੋਂ ਅਸੀਂ ਕਿਹੋ ਜਿਹਾ ਸਿਸਟਮ ਕਿਹਾ ਨੇ ਕਿ ਆ ਕਿ ਰਜਿਸਟ੍ਰੇਸ਼ਨ ਸਿਸਟਮ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਤਾਂ ਕਿ ਅਸੀਂ ਸਾਨੂੰ ਪੂਰਾ ਪਤਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਕਿਥੇ ਨੇ ਆਪਣੇ ਗੁਰੂ ਰਣ ਸਾਹਿਬ ਦੀ ਪੂਰੀ ਪ੍ਰੋਟੈਕਸ਼ਨ ਕੀਤਾ ਜਾਵੇ ਤੇ ਇਹ ਕਦਾ ਨਾ ਹੋਵੇ ਕਿ ਕਿਸੇ ਦੇ ਹੱਥ ਚ ਬਿਨੇ ਮਤਲਬ ਤੋਂ ਅੰਜਾਮ ਵਿਦਆਊਟ ਅੰਡਰਸਟੈਂਡਿੰਗ ਉਹਦੇ ਹੱਥ ਜਾਵੇ ਟੂ ਇਨਸ਼ੂਰ ਦੈਟ देयर ਇਸ ਨੋ ਫਿਊਚਰ ਬੀਅਰਬੀ ਅਮ ਫਰੀ ਅਕਾਉਂਟ ਆਕਦੇ ਅਸੀਂ ਉਹਦੀ ਨਿਸ਼ਾਨੀਆਂ ਬਾਰੇ ਥੋੜੀ ਜਿਹੀ ਗੱਲ ਕੀਤੀ ਹੈ ਕਿ ਇਨ ਥਿਸ ਡਿਸਕਸ਼ਨ ਅਬ ਸਰਬਤ ਖਾਸ ਸਪੈਸੀਫਿਕਲੀ ਅਸੀਂ ਇਹ ਗੱਲਾਂ ਦੇ ਉੱਤੇ ਕੰਮ ਕਰੀਏ ਕਿ ਅਮ ਇਹ ਅਕਾਉਂਟ ਸਾਹਿਬ ਦਾ ਜਿਹੜਾ ਟਾਂਚਾ ਜਿਹੜਾ ਸਿਸਟਮ ਜਿਹੜਾ ਸੰਸਥਾ ਜਿਹੜਾ ਇੰਸਟੀਟਿਊਸ਼ਨ ਉਹ ਫਰੀ ਫਰਮ ਪੋਲਰ ਇਨਫੀਰੈਂਸ ਹੋਵੇ ਸੋਵਰਨੋਵੇ ਸੋਵਰੈਂਟੀ ਦਾ ਕੀ ਨਿਸ਼ਾਨੀ ਹੈ ਕਿ ਸੈਫ ਗਵਰਨਡ ਹੋਵੇ ਫੋਰ ਦ ਸਿਕਸ ਬਾਈ ਦ ਸਿਕਸ ਇਹ ਗਵਰਨੈਂਸ ਹੋਵੇ ਕੰਸੈਂਸਸ ਬੇਸਡ ਡਿਸੀਜਨਸ ਉਹਦੇ ਚ ਇਹ ਨਿਸ਼ਾਨੀ ਹੈ ਹੋਵੇ ਕਿ ਜਿਹੜੇ ਡਿਸੀਜਨਸ ਇਹ ਨਾ ਹੋਵੇ ਕਿ ਕੇ ਆਂਦਾ ਇਹ ਸੀਗਾ ਕਿ ਆਮ ਤੌਰ ਤੇ ਸਰਬਤ ਖਾਸ ਆ ਅ ਲੋਕਾਂ 'ਚ ਥੋੜੀ ਜਿਹੀ ਕਨਫਿਊਜ਼ਨ ਹੁੰਦਾ ਕਿ ਜਿਹੜੇ ਬੰਦੇ ਸਟੇਜ 'ਤੇ ਆਉਂਦੇ ਨੇ ਜਾਂ ਜਿਹਦੇ ਕੋਲ ਮਾਈਕ ਆ ਉਹੀ ਫੈਸਲੇ ਲੈ ਰਹੇ ਨੇ ਉਹੀ ਮਤੇ ਪੇਸ਼ ਕਰ ਰਹੇ ਨੇ ਸੋ ਉਹਦੇ ਸਟਰੈਂਥ ਸਪੈਂਸੀ ਨਹੀਂ ਹੁੰਦਾ ਉਹਦੇ 'ਚ ਵਾਕਈ ਜਿਹੜੇ ਸਰਬੱਤ ਖਾਲਸਾ ਦਾ ਰੂਪ ਜਾਂ ਸਰਬੱਤ ਖਾਲਸਾ ਦਾ ਜਿਹੜਾ ਜੋਤ ਹੈ ਉਹ ਨਹੀਂ ਦਿਸਦਾ ਜੇ ਥੋੜੇ ਜਿਹਾ ਜਨਿਆਂ ਚ ਹੱਥ ਦੇ ਵਿੱਚ ਕੰਟਰੋਲ ਹੋਵੇ ਸੋ ਕੰਸੈਂਸਸ ਬੇਸ ਸਲਬ ਸਹਿਮਤੀ ਨਾਲ ਡਿਸੀਜਨ ਹੋਵੇ ਕਿ ਇਹਨੇ ਕਿਹਾ ਕਿ ਬਹੁ ਸਹਿਮਤੀ ਹੁੰਦੀ ਹੈ ਤੇ ਸਰਬ ਸਹਿਮਤੀ ਹੁੰਦੀ ਹੈ ਸਿੱਖੀ ਦੇ ਵਿੱਚ ਸਾਡੀ ਜਿਹੜੀ ਊਸੂਲੇ ਸਰਬਸਹਿਮਤੀ ਸੋ ਉਹ ਤੇ ਇੱਕ ਹੋਰ ਵੀ ਜਿਹੜੀ ਪ੍ਰੋਸੈਸ ਰਿਲੇਟਡ ਗੱਲ ਸੀਗੀ ਕਿ ਇਫ ਵੀ ਮੇਕ ਡਿਸੀਜਨਸ ਕਿ ਉਹਦੇ ਵਿੱਚ ਗੁਰੂ ਇਨਸਪਾਇਰਡ ਜੇ ਕਿਸੇ ਨੇ ਕੋਈ ਇਸ਼ੂ ਰੇਜ਼ ਕਰਨਾ ਤਾਂ ਠੀਕ ਹੈ ਪਰ ਜੇ ਕਿਸੇ ਨੇ ਆਪਣੇ ਈਗੋ ਕਰਕੇ ਇਸ਼ੂ ਰੇਜ਼ ਕਰਨਾ ਜਾਂ ਆਪਣੇ ਹਉਮੈ ਕਰਕੇ ਜਾਂ ਕੋਈ ਗੁਰੂ ਇਨਸਪਾਇਰਡ ਇਸ਼ੂ ਨਾ ਹੋਵੇ ਤਾਂ ਫਿਰ ਉਹ ਤੁਸੀਂ ਇਗਨੋਰ ਕਰ ਸਕਦੇ ਹੋ ਕਿਉਂਕਿ ਉਹ ਗੁਰੂ ਇਨਸਪਾਇਰਡ ਨਹੀਂ ਹੈਗਾ ਸੋ ਇਹ ਜਿਹੜੇ ਗੁਰੂ ਇਨਸਪੀਰੇਸ਼ਨ ਤੋਂ ਜੇ ਅਸੀਂ ਜੇ ਇਸ਼ੂਜ਼ ਰੇਜ਼ ਕਰਨਾ ਤਾਂ ਉਹ ਰੇਜ਼ ਕਰ ਸਕਦਾ ਆ ਸੋ ਇਹ ਇਸ਼ੂ ਵੀ ਰੇਜ਼ ਕੀਤੀ ਗਈ ਸੀ ਕਿ ਪ੍ਰੋਸੈਸ ਦੇ ਵਿੱਚ ਤੇ ਇਨ ਜਨਰਲ ਜਿਹੜੇ ਪ੍ਰੋਸੈਸ ਉਹ ਇਹਦੇ ਚ ਕਾਫੀ ਐਮਫਸਿਸ ਕੀਤੀ ਗਈ ਸੀ ਕਿ ਇਹ ਟਰਾਂਸਪੇਰੈਂਟ ਤੇ ਓਪਨ ਹੋਵੇ ਮਤਲਬ ਕਿ ਖੁੱਲਾ ਹੋਵੇ ਕਿ ਲੋਕ ਨੂੰ ਪਤਾ ਹੀ ਬੰਦ ਫੈਸਲਾ ਨਾ ਕੀਤੇ ਜਾਣ ਇਹ ਬੰਦ ਸਿਸਟਮ ਨਾ ਹੋਵੇ ਇਹ ਖੁੱਲਾ ਸਿਸਟਮ ਹੋਵੇ ਜਿਵੇਂ ਸਾਰੇ ਨੂੰ ਪਤਾ ਲੱਗੇ ਕਿ ਕੀ ਹੋ ਰਿਹਾ ਤਾਂ ਕਿ ਇਹ ਵਾਕਈ ਇੱਕ ਸਰਬਤ ਖਾਸ ਸਹੀ ਤਰੀਕੇ ਨਾਲ ਹੋ ਸਕਦਾ ਸੋ ਡਿਸੀਜਨ ਮੇਕਿੰਗ ਜਿਹੜਾ ਫਰੇਮਵਰਕ ਹੈ ਇਹਦੇ ਚ ਜੀ ਪ੍ਰੈਕਟੀਕਲੀ ਸਪੀਕਿੰਗ ਅਸੀਂ ਕੀ ਕਰ ਸਕਦੇ ਹਾਂ ਇਸ਼ੂਜ਼ ਪ੍ਰੈਜ਼ੈਂਟ ਕੀਤੇ ਜਾਣ ਉਹਦੇ ਤੇ ਕੋਈ ਸਮਾਂ ਹੋਵੇ ਕਿ ਡਿਲੀਬਰੇਸ਼ਨ ਹੋਵੇ ਤੇ ਡਿਲੀਬਰੇਸ਼ਨ ਦਾ ਜਿਹੜਾ ਮਕਸਦ ਹੈ ਕਿ ਅਸੀਂ ਸਰਬਸਹਿਮਤੀ ਵੱਲ ਜਾਣਾ ਹੈ ਕਿ ਅਸੀਂ ਉੱਥੇ ਪਹੁੰਚਣਾ ਹੁਣ ਇੱਥੇ VOTING ਦੀ ਜਿਹੜੀ ਗੱਲ ਹੋਈ ਹੈ ਕਿ ਜਕਾਰਾ ਜਿਹੜਾ ਸਾਡੇ ਇਤਿਹਾਸਿਕ ਤੌਰ ਤੇ ਸਭੇ ਚਾਰ ਤੌਰ ਤੇ ਅਸੀਂ ਜ਼ਰੂਰ ਜਕਾਰੇ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਪਰ ਉਹਨੂੰ VOTING ਤੌਰ ਤੇ ਨਾਲ ਲਈਏ ਉਹਨੂੰ ਐਂਡੋਰਸਮੈਂਟ ਤੌਰ ਤੇ ਲਈ ਹੈ ਸੋ ਜੇ ਸਾਰਿਆਂ ਦੀ ਸਹਿਮਤੀ ਹੁੰਦੀ ਹੈ VOTING ਤਰੀਕੇ ਨਾਲ ਕਿ ਸਾਰਿਆਂ ਨੇ ਜੇ ਹੱਥ ਖੜੇ ਕਰਨਾ ਜਾਂ ਕਿਸੇ ਨੇ ਵੋਟ ਕਰਨਾ ਟੈਕਨੋਲੋਜੀ ਰਾਹੀਂ ਜਾਂ ਜਿੱਦਾਂ ਵੀ ਕਰਨਾ ਕਿ ਸਾਨੂੰ ਜਦੋਂ ਪਤਾ ਲੱਗੇ ਕਿ ਹਾਂ ਸਾਰੇ ਸਹਿਮਤ ਹੈਗੇ ਫਿਰ ਅਸੀਂ ਜਕਾਰਾ ਬੁਲਾ ਸਕਦੇ ਹਾਂ ਉਹਦੇ ਉਹਨੂੰ ਉਹਨੂੰ ਥਾਪਣਾ ਲਈ ਜਾਂ ਉਹਨੂੰ ਕਨਫਰਮ ਕਰਨ ਲਈ ਕਿ ਹਾਂ ਅਸੀਂ ਸਹਿਮਤ ਹੈਗੇ ਆ ਪਰ ਉਹਨੂੰ ਇੱਕ VOTING PROCESS ਤੌਰ ਤੇ ਵਰਤਣਾ ਉਹ ਜਾਇਜ਼ ਨਹੀਂ ਹੈਗਾ ਕਿਉਂਕਿ ਪਤਾ ਨਹੀਂ ਲੱਗਦਾ ਕਿ ਸਾਰੇ ਨੇ ਜਕਾਰੇ ਦਾ ਜਵਾਬ ਦਿੱਤਾ ਨਹੀਂ ਦਿੱਤਾ ਵੈਸੀ ਦੇਣਾ ਪੈਂਦਾ ਆ ਸੋ ਇਟਸ ਨਾਟ ਅ ਗ੍ਰੇਟ ਵੇ ਆ ਅਸੂਮਿੰਗ ਕਿ ਸਾਰਿਆਂ ਦੀ ਜਿਹੜੀ ਵੋਟ ਹੋਈ ਏ ਕਿ ਨਹੀਂ ਸੋ ਇਹ ਇੱਕ ਸਪੈਸੀਫਿਕ ਪ੍ਰੋਸੈਸ ਹੈ ਕਿ ਅਸੀਂ ਵੋਟ ਕਰੀਏ ਚਾ ਕੋਈ ਨਾ ਕੋਈ ਸਬੂਤ ਹੋਵੇ ਕਿ ਸਾਰਿਆਂ ਨੇ ਸਹਿਮਤੀ ਵੱਲ ਪਹੁੰਚੇ ਤਾਂ ਹੀ ਫਿਰ ਅਸੀਂ ਜਕਾਰਾ ਬੁਲਾ ਸਕਦੇ ਆ ਇੱਕ ਹੋਰ ਵੀ ਗੱਲ ਚੱਲੀ ਸੀ ਕਿ ਐਗਜ਼ੀਕਿਟਿਵ ਬਾਡੀ ਸਰਬਤ ਖਾਲਸਾ ਦੇ ਵਿੱਚ ਸਰਬਤ ਖਾਲਸਾ ਦੇ ਵਿੱਚ ਵੀ ਸ਼ੁੱਡ ਚੂਜ਼ ਐਨ ਐਗਜ਼ੀਕਿਟਿਵ ਬਾਡੀ ਜਿਹੜਾ ਐਡਮਿਨਿਸਟ੍ਰੇਸ਼ਨ ਜਿਹੜੇ ਸਾਰੇ ਦੇ ਸਹਿਮਤੀ ਨਾਲ ਚੁਣੇ ਜਾਵੇ ਸੋ ਇਹ ਵੀ ਇੱਕ ਇਸ਼ੂ ਸੀਗੀ ਅਮ ਇਨ ਜਨਰਲ ਇੱਕ ਹੋਰ ਜਿਹੜੇ ਪ੍ਰੋਸੈਸ ਦੇ ਵਿੱਚ ਕਾਫੀ ਐਮਫਸਿਸ ਕੀਤੀ ਗਈ ਸੀ ਕਿ ਸੰਗਤ ਨੇ ਕਿਹਾ ਕਿ ਸਾਨੂੰ ਸਾਡੇ ਕੋਲ ਹੋਣਾ ਚਾਹੀਦਾ ਇੱਕ ਸਿਲੈਕਸ਼ਨ ਪ੍ਰੋਸੈਸ ਨਾ ਕਿ ਇੱਕ ਇਲੈਕਸ਼ਨ ਪ੍ਰੋਸੈਸ ਇਹ ਜਿਹੜੀ ਇਲੈਕਸ਼ਨ ਪ੍ਰੋਸੈਸ ਨੇ ਕਈ ਵਾਰੀ ਸਾਨੂੰ ਗਲਤ ਪਾਸੇ ਨੂੰ ਤੋਰਿਆ ਤੇ ਜਿਹੜੇ ਸਿਲੈਕਸ਼ਨ ਪ੍ਰੋਸੈਸ ਇਸ ਮੋਰ ਇਨ ਲਾਈਨ ਵਿਦ ਸਾਡੇ ਜਿਹੜਾ ਸਿੱਖ ਸਭਿਆਚਾਰ ਤੇ ਵਿਰਸਾ ਸੋ ਜੇ ਫਰੇਮਵਰਕ ਅਜੇ ਕੰਸੈਂਸਸ ਅਸੀਂ ਅਚੀਵ ਨਹੀਂ ਕਰ ਸਕਦੇ ਉਹਦੇ ਵਿੱਚ ਕਿਹੜੀਆਂ ਸਟੈਪਸ ਉਹਦੇ ਬਾਰੇ ਸੋਚਣਾ ਚਾਹੀਦਾ ਇੱਕ ਤਾਂ ਹੈਗਾ ਕਿ ਆਬਵੀਸਲੀ ਕਮ ਬੈਕ ਟੂ ਮਿਨਿਮਮ ਅਗਰੀਮੈਂਟਸ ਇਹਦੇ ਵਿੱਚ ਇਹ ਵੀ ਹੋਇਆ ਕਿ ਇਫ ਥੇਰ ਇਜ਼ ਐਨ ਐਮਰਜੈਂਸੀ ਡਿਸੀਜਨ ਕਿ 2/3 ਦੇ ਜਿਹੜੇ ਅਗਰੀਮੈਂਟ ਹੋਵੇ ਉਹਦੇ ਬਾਰੇ ਵੀ ਸੋਚਣਾ ਚਾਹੀਦਾ ਤੇ ਅ ਫਾਈਨਲੀ ਪੁਆਇੰਟ ਆਈ ਸੀ ਕਿ ਪ੍ਰੋਸੈਸ ਦੇ ਵਿੱਚ ਇਫ ਵੀ ਕੈਨਟ ਅਚੀਵ ਕੰਸੈਂਸਸ ਕਿ ਇਹ ਵਰੀ ਵਾਪਸ ਲੋਕਲ ਬਾਡੀਜ਼ ਦੇ ਵਿੱਚ ਡਿਲੀਬਰੇਟ ਕਰਨ ਦੀ ਲੋੜ ਹੋਵੇ ਐਂਡ ਰੀ ਐਡਰੈਸਿੰਗ ਦੀ ਇਸ਼ੂ ਅਮ ਤੇ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਸਾਡਾ ਇਨਸਪੀਰੇਸ਼ਨ ਕੀ ਸੀਗਾ ਇਹ ਸਮਾਪਤੀ ਇਥੇ ਕਰਨਾ ਆਮ ਐਟ 8 ਮਿੰਟ 9 ਮਿੰਟਸ ਪੂਰਾ ਸੋ ਜਸ ਲਾਸਟ ਪੁਆਇੰਟ ਕਿ ਫਿਊਚਰਲੀ ਜਿਹੜਾ ਸਾਡਾ ਅਸੀਂ ਕੀ ਬਣਾਉਣਾ ਚਾਹੁੰਦਾ ਆ ਪਹਿਲਾ ਅਸੀਂ ਇਹ ਦੇਖਿਆ ਕੋਈ ਵੀ ਜਿਹੜਾ ਲਹਿਰ ਬਣਿਆ ਸਾਡੀ ਸਿੱਖੀ ਦੇ ਵਿੱਚ ਉਹ ਪਰਸਨੈਲਿਟੀ ਤੌਰ ਤੇ ਬਣਿਆ ਤੇ ਪਰਸਨੈਲਿਟੀ ਬੇਸ ਜਿਹੜਾ ਲਹਿਰ ਹੁੰਦਾ ਉਹ ਇੰਨਾ ਮਜ਼ਬੂਤ ਨਹੀਂ ਹੋ ਸਕਦਾ ਇੱਕ ਬੰਦੇ ਤੁਸੀਂ ਲਹਿਰ ਬਣਾਓ ਤਾਂ ਇਹ ਬੰਦਾ ਡੋਲਿਆ ਤਾਂ ਸਾਰਾ ਲਹਿਰ ਹੀ ਡੋਲਦਾ ਪਰ ਜੇ ਅਸੀਂ ਤਾਂਚਾ ਬਣਾ ਸਕਦੇ ਆ ਸਿਸਟਮ ਬਣਾ ਸਕਦੇ ਇੰਸਟੀਚਿਊਨ ਬਣਾ ਸਕਦੇ ਉਹ ਲਹਿਰ ਜਿਹੜਾ ਹੁੰਦਾ ਆ ਇੰਸਟੀਚਿਊਨ ਦੇ ਉੱਤੇ ਉਹ ਬਹੁਤ ਮਜ਼ਬੂਤ ਹੁੰਦਾ ਦੈਟਸ ਵਾਟ ਵੀ ਨੀਡ ਟੂ ਰੀਕ੍ਰੀਏਟ ਕਿ ਸਾਡੇ ਕੋਲ ਸਿਸਟਮਸ ਹੋਣ ਨਾ ਕਿ ਪਰਸਨੈਲਿਟੀਜ਼ ਹੋਣ ਕਿਉਂਕਿ ਪਰਸਨੈਲਿਟੀਜ਼ ਆਉਂਦੇ ਜਾਂਦੇ ਨੇ ਮੇਰੇ ਵਰਗੇ ਵੀ ਇੱਕ ਵਕਤ ਵਧੀਆ ਲੱਗਦਾ ਕੱਲ ਨੂੰ ਮਾੜਾ ਲੱਗਦਾ ਇਹ ਕੋਈ ਵਧੀਆ ਸਿਸਟਮ ਨਹੀਂ ਹੈਗਾ ਇਹ ਕੋਈ ਵਧੀਆ ਮਜ਼ਬੂਤ ਤਰੀਕਾ ਨਹੀਂ ਹੈਗਾ ਜੇ ਅਸੀਂ ਕੋਈ ਵਧੀਆ ਲਹਿਰ ਬਣਾਉਣਾ ਸੋ ਜੇ ਅਸੀਂ ਰੀਕਲੇਮ ਕਰ ਸਕਦੇ ਆ ਆਪਣੇ ਜਿਹੜੇ ਸੰਸਥਾਵਾਂ ਨੂੰ ਆਪਣੇ ਇੰਸਟੀਟਿਊਸ਼ਨਸ ਨੂੰ ਆਪਣੇ ਸਿਸਟਮਸ ਨੂੰ ਆਪਣੇ ਤਾਂਚੇ ਨੂੰ then we can create something very powerful ਤੇ ਉਹਦੇ ਨਾਲ ਅਸੀਂ ਆਰਗੇਨਾਈਜ਼ ਹੋ ਸਕਦੇ ਹਾਂ ਅਸੀਂ ਇਕੱਠੇ ਹੋ ਕੇ ਫੈਸਲੇ ਵੀ ਲੈ ਸਕਦੇ ਹਾਂ ਅਸੀਂ ਆਪਣੀ ਪੰਥ ਦੇ ਪਵਿੱਖ ਬਾਰੇ ਸੋਚ ਸਕਦੇ ਹਾਂ ਤੇ ਆਪਣੇ ਜੋ ਮਿਸ਼ਨ ਆ ਜੋ ਸਾਡਾ ਸਿੱਖਾਂ ਦੀ ਮਕਸਦ ਹੈ ਕਿ ਸਲਬਾ ਦਾ ਭਲਾ ਲੈ ਕੇ ਆਉਣਾ ਆਪਰੇ ਇੱਕ ਉਮਕਾਰ ਨੂੰ ਇੰਪਲੀਮੈਂਟ ਕਰਨਾ ਅਸੀਂ ਉਹ ਕਰ ਸਕਦੇ ਆ ਤੇ ਸਾਡੇ ਸਭ ਤੋਂ ਇੱਕ ਹੋਰ ਵੀ ਵੱਡੀ ਮਿਸ਼ਨ ਕੀ ਸਿੱਖੀ ਨੂੰ ਅਸੀਂ ਸਾਰੀ ਦੁਨੀਆ ਚ ਪਰਫਲਤ ਕਰਨੀ ਹੈ ਤੇ ਉਹ ਅਸੀਂ ਮਿਸ਼ਨ ਪੂਰਾ ਕਰ ਸਕਦੇ ਆ ਸੋ ਥਿਸ ਇਜ਼ ਦਾ ਵਰਕ ਥੈਟ ਵੀ ਆਰ ਗੋਇੰ ਟੂ ਡੂ ਟੂਗੇਦਰ 10 ਮਿੰਟ ਪੂਰੇ ਹੋ ਗਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਤਾਂ ਵੈਸੇ 12 ਹੀ ਗਏ ਦੋਨੇ ਵੀ ਲੈ ਸੀ ਬਟ ਐਨੀਵੇਅ ਅ ਵੀਰ ਐਕਚੁਅਲੀ ਅਸੀਂ ਨਾ ਸੈਕੰਡ ਪ੍ਰੈਜੈਂਟੇਸ਼ਨ ਵੀ ਹੋਣੇ ਕਰ ਦਿੰਦੇ ਆ ਬਿਕੋਜ਼ ਪਿਛਲੇ ਕੱਲ ਤੋਂ ਇਹ ਵੀ ਸਮਝ ਆਈ ਸੀ ਗੱਲ ਕਿ ਜੇ ਸਾਰੀਆਂ ਪ੍ਰੈਜੈਂਟੇਸ਼ਨ ਆਈਆਂ ਹੋਣ ਕੁਐਸਚਨਸ ਸਿਰਫ ਪ੍ਰੈਜੈਂਟੇਸ਼ਨ ਬਾਰੇ ਨਹੀਂ ਹੁੰਦੇ ਦੋਨਾਂ ਚੀਜ਼ਾਂ ਜਾਂ ਤਿੰਨਾਂ ਚੀਜ਼ਾਂ ਮਾਰੇ ਆਣੇ ਸ਼ੁਰੂ ਹੋ ਜਾਂਦੇ ਨੇ ਸੋ ਵਾਈ ਡੋਨਟ ਵੀ ਜਸਟ ਪ੍ਰੈਜ਼ੈਂਟ ਦਾ ਸੈਕਿੰਡ ਪ੍ਰੈਜੈਂਟੇਸ਼ਨ 10 ਮਿੰਟ ਉਹਨੂੰ ਲੱਗਣਗੇ ਕਿ ਜਥੇਦਾਰਾਂ ਵਾਲੇ ਸਬ ਗਰੁੱਪ ਦੇ ਵਿੱਚ ਕੀ ਕ੍ਰਾਈਟੇਰੀਆ ਤੇ ਕਿਹੜੇ ਪੋਟੈਂਸ਼ੀਅਲ ਨੇਮਸ ਦੀ ਗੱਲ ਹੋਈ ਆ ਉਸ ਤੋਂ ਬਾਅਦ ਫਿਰ ਸੰਗਤ ਟਾਈਮ ਹੋਊਗਾ ਟੂ ਡਿਸਕਸ ਆਲ ਦਿਸ ਸੋ ਸਤਨਾਮ ਸਿੰਘ ਐਂਡ ਮਨਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡਾ ਅੱਜ ਦਾ ਟੌਪਿਕ ਜਥੇਦਾਰ ਤੇ ਸੀਗਾ ਜਿਸ ਤੇ ਵਿੱਚ ਕੱਲ ਵੀ ਗਰੁੱਪ ਵਿੱਚ ਡਿਸਕਸ਼ਨ ਹੋਈ ਸੀ ਅਸੀਂ ਉਹ ਸਾਰੇ ਸਿਲੈਕਸ਼ਨ ਕ੍ਰਾਈਟੇਰੀਆ ਸਾਰੇ ਗਰੁੱਪ ਨੇ ਬੜੇ ਪਿਆਰ ਨਾਲ ਡਿਸਕਸ ਕੀਤੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੇ ਕਾਫੀ ਅੱਛਾ ਕੰਟ੍ਰਿਬਿਊਟ ਕੀਤਾ ਹੈ ਉਸ ਨੂੰ ਪ੍ਰੀਸਾਈਜ਼ ਔਰ ਸਮਰਾਈਜ਼ ਅਸੀਂ ਕੀਤਾ ਹੈ ਤੇ ਇਹ ਸਾਡੇ ਮੇਨ ਕ੍ਰਾਈਟੇਰੀਆਜ਼ ਜੋ ਅਸੀਂ ਸਾਨੂੰ ਲੱਗਦਾ ਹੈ ਜੋ ਸਾਰੀ ਕੁਆਲਿਟੀ ਜਥੇਦਾਰ ਸ ਵਿੱਚ ਹੋਣੀ ਚਾਹੀਦੀਆਂ ਨੇ ਮਨਿੰਦਰ ਵੀਰ ਜੀ ਉਹ ਸੁਨਾਲ ਹੋ ਡਿਸਕਸ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਕ੍ਰਾਈਟੇਰੀਆ ਸੈੱਟ ਕਰਨ ਦੀ ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਜਥੇਦਾਰ ਸਾਹਿਬ ਉਹ ਕ੍ਰਾਈਟੇਰੀਆ ਉਹਨਾਂ ਵਾਸਤੇ ਸੈੱਟ ਕੀਤੀ ਸੀ ਕਿ ਜਿਹੜਾ ਕੱਲ ਤਾਂਚਾ ਜਿਹੜਾ ਬੁੱਕਲੇਟ ਫੌਂਡ ਵਿੱਚ ਦਿੱਤਾ ਸੀਗਾ ਉਹ ਜਿਹੜੇ ਜਥੇਦਾਰ ਦੀ ਜਿਹੜੀ ਡਿਫੀਨੇਸ਼ਨ ਸੀਗੀ ਇਹ ਉਹ ਨਹੀਂ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੁਣ ਸਰਵਤ ਖਾਸ ਮਹੀਨੇ ਦੇ ਵਿੱਚ ਆ ਰਿਹਾ ਹੈ ਕਿ ਕਿਹੋ ਜਿਹੀ ਕ੍ਰਾਈਟੇਰੀਆ ਪੰਥਕ ਕੋਈ ਜਥੇਦਾਰ ਹੋਵੇ ਉਹਦੇ ਕੀ ਸੈੱਟ ਕਰਨੀ ਚਾਹੀਦੀ ਹੈ ਇਹ ਇੱਕ ਇੰਡੀਵਿਜੂਅਲ ਮੈਂ ਤੇ ਪਈਸਤ ਨਾਮ ਸਿੰਘ ਨਹੀਂ ਇਹ ਸਾਰੀ ਜਿਹੜੀ ਗਰੁੱਪ ਸੀਗੀ ਉਹਨਾਂ ਦੇ ਵਿੱਚੋਂ ਅਸੀਂ ਕੱਢ ਕੇ ਅਸੀਂ ਪੰਜ ਕਹਿ ਸਕੇ ਸੱਤ ਅੱਠ ਹੋ ਗਏ ਉਹਦਾਂ ਪਰ ਉਹ ਤੁਹਾਨੂੰ ਸਾਰੇ ਦਿਖਾ ਦਿੰਦੇ ਆ ਐਜ਼ ਅ ਨੇ ਸਜੈਸਚਨਸ ਯਾਰ ਤੇ ਉਹਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਆ ਕਿ ਜਿਹੜੀ ਧਾਰਮਿਕ ਪੱਖ ਆ ਉਹ ਦੋ ਤਿੰਨ ਅਸੀਂ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਧਾਰਮਿਕ ਪੱਖ ਦੇ ਵਿੱਚ ਸਾਨੂੰ ਇਹ ਲੱਗਦਾ ਸੀਗਾ ਕਿ ਅੰਮ੍ਰਿਤਧਾਰੀ ਨਿਤਨੇਮੀ ਰਹਤਵਾਨ ਸਿੱਖ ਜਿਹੜੇ ਮੀਰੀ ਪੀਰੀ ਨੂੰ ਇਨਸਪਾਇਰ ਕਰਦਾ ਹੈ ਕਿ ਉਹ ਜਿਹੜੀ ਕੰਟਰੀਬਿਊਸ਼ਨ ਦੋਹਣੀ ਦੋਹਣੀ ਜਿਹੜੇ ਆ ਉਹ ਪੰਥ ਨੂੰ ਦੇਣਯੋਗਾ ਹੋਵੇ ਤੇ ਨਾਲ ਨਾਲ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਆਪਣਾ ਆਪਣੇ ਗੁਰੂ ਮੰਨਣ ਤੇ ਕੋਈ ਵੀ ਇਹਦਾ ਕੋਈ ਅਫੀਲੀਏਸ਼ਨ ਬਾਹਰਲੇ ਕੋਈ ਡੇਰੇਵਾਦ ਦੇ ਨਾਲ ਜੋ ਕਿਤੇ ਨਾ ਹੋਵੇ ਤੇ ਜਿਹੜਾ ਇੰਡੀਵਿਜੂਅਲ ਆ ਔਥਰਲੀ ਨੋਲੇਜੇਬਲ ਜਿਹੜੇ ਤਿੰਨੇ ਵੀ ਸਿੱਖ ਟੈਕਸ ਆ ਸੌਟਿੰਗ ਜਿੱਤੇ ਸਾਡਾ ਗੁਰੂ ਆ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਦਸਮ ਬਾਣੀ ਤੋਂ ਰਹਿਤ ਨਾਮਤੁਲਾ ਕੇ ਭਾਈ ਨੰਦ ਲਾਲ ਭਾਈ ਗੁਰਦਾਸ ਇਹੋ ਜੇ ਕੋਈ ਵੀ ਸਕ੍ਰਿਪਚਰਸ ਜਾਂ ਟੈਕਸਟ ਜਾਂ ਸਿਕਸ ਸਟਡੀਆਂ ਜਾਂ ਉਹਦੇ ਵਿੱਚ ਪਰਪੱਕ ਹੋਣ ਤੇ ਉਹ ਇਸ ਕਰਕੇ ਕਿ ਜਿਹੜੇ ਜਦੋਂ ਵੀ ਤੁਸੀਂ ਕੋਈ ਨਾ ਕੋਈ ਰੈਪਰੈਜਨਟੇਸ਼ਨ ਕਰਦੇ ਆ ਕੌਮ ਦੀ ਇਹ ਬੇਸ ਲੈਵਲ ਫਾਊਂਡੇਸ਼ਨ ਉਹ ਇੰਡੀਵਿਜੂਅਲ ਤੋਂ ਹੋਣੀ ਚਾਹੀਦੀ ਹੈ ਨਾਲ ਨਾਲ ਉਹਨਾਂ ਦੇ ਐਡਵਾਈਜ਼ਰਸ ਵੀ ਹੋ ਸਕਦੇ ਹੋ ਹੋਰ ਵੀ ਹੋ ਸਕਦਾ ਪਰ ਐਟ ਅ ਮਿਨਿਮਮ ਉਹ ਆਪ ਵੀ ਇਹ ਗੱਲਾਂ ਦੇ ਵਿੱਚ ਪਰਪੱਕ ਹੋਣ ਤੇ ਜਿਹੜੀ ਐਕਸਪੀਰੀਐਂਸਡ ਐਂਡ ਐਜੂਕੇਟਿਡ ਇਨ ਸਿਕ ਸਟਡੀਆਂ ਜਾਂ ਇਹ ਅਸੀਂ ਥੋੜੀ ਜਿਹੀ ਦੁਨੀਆਵੀ ਐਜੂਕੇਸ਼ਨ ਦੀ ਵੀ ਗੱਲ ਕੀਤੀ ਆ ਕਿ ਐਜ਼ ਇਨ ਜਿੰਨਾ ਕਾਲਜ ਯੂਨੀਵਰਸਿ ਤੇ ਉਹ ਇੰਡੀਵਿਜੂਅਲਸ ਲਈ ਇਹ ਗੱਲ ਮੈਨਾ ਰੱਖ ਸਕਦੀ ਆ ਪਰ ਇਹ ਕੋਈ ਡਿਫੀਨਿਟਿਵ ਗੱਲ ਨਹੀਂ ਹੈਗੀ ਕਿ ਜਿਹੇ ਸਰਸਾਈਬਾਨ ਜਿਹੜੇ ਆ ਉਹਨਾਂ ਦਾ ਕੋਈ ਨਾ ਕੋਈ ਦੁਨੀਆਵੀ ਐਜੂਕੇਸ਼ਨ ਦੇ ਵਿੱਚ ਕੋਈ ਵੱਡੀ ਲੋੜ ਹੈਗੀ ਆ ਇਹ ਐਜ਼ ਐਨ ਇੱਕ ਲੋੜ ਹੋ ਸਕਦੀ ਆ ਬਟ ਇਟ ਇਜ਼ ਨਾਟ ਡਿਫੀਨਿਟਿਵ ਇਹ ਥੋੜੀ ਜੀ ਗੱਲ ਸਾਡੀ ਹੋਈ ਸੀ ਕਿ ਕਰਕੇ ਅਸੀਂ ਕਈ ਇਹੋ ਜਿਹੀ ਪર્સਨੈਲਿਟੀਆਂ ਪਿਛਲੇ ਮੌਜੂਦਾ ਸਮਾ ਦੇਖ ਲਈ ਪਿਛਲੇ 30 ਸਾਲਾਂ ਚ ਦੇਖਿਆ ਕਿ ਕਈ ਮੌਜੂਦਾ ਸਮਾ ਦੇ ਵਿੱਚ ਜਿਹਨੇ ਆਪਣਾ ਸਾਰਾ ਕੁਝ ਵਾਰ ਦਿੱਤਾ ਕੌਮ ਲਈ ਤੇ ਉਹ ਆਲੇ ਦੁਆਲੇ ਉਹਨਾਂ ਨੇ ਪੰਥ ਨੂੰ ਵੀ ਮੁੱਖ ਰੱਖਿਆ ਜਿਦਾ ਆਪਾਂ ਬਾਬਾ ਜਨਾਰ ਸਿੰਘ ਪਿੰਡਰਾਵਾਲਾ ਦੀ ਜਿਹਨੇ ਕਦੀ ਵੀ ਕੋਈ ਅਕਾਲਪਤਖ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਨਹੀਂ ਕੀਤੀ ਕਿਤੇ ਟਕਸਾਲ ਦੰਦਵੀ ਟਕਸਾਲ ਦੀ ਮਰਿਆਦਾ ਲਾਗੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨੇ ਪੰਥ ਨੂੰ ਪੰਥ ਦੇਖਿਆ ਤੇ ਜੇ ਇਹੋ ਜੇ ਪਰਸਨੈਲਿਟੀਜ਼ ਨੂੰ ਅਸੀਂ ਐਜੂਕੇਸ਼ਨਲੀ ਵੇਅ ਕਰਦੇ ਆ ਤੇ ਉਹਨਾਂ ਦੀ ਧਾਰਮਿਕ ਤੇ ਜਿਹੜੀ ਲੀਡਰਸ਼ਿਪ ਕੁਆਲਿਟੀਜ਼ ਨਹੀਂ ਦੇਖਦੇ ਉਹ ਵੀ ਹੈ ਕਾਹਨੀਆਂ ਕੌਮ ਲਈ ਸੋ ਅਸੀਂ ਉਹਨੂੰ ਥੋੜਾ ਜਿਹਾ ਏਦਾਂ ਰੱਖਿਆ ਕਿ ਜਿਹੜੀ ਸਟੱਡੀਜ਼ ਇੰਪੋਰਟੈਂਟ ਹੈਗੇ ਜਿਸ ਨਾਲ ਕੋਈ ਬੈਲੈਂਸਡ ਇੰਡੀਵਿਜੂਅਲ ਲੱਭਦਾ ਕਿ ਵਧੀਆ ਹੈ ਪਰ ਨਾਲ-ਨਾਲ ਹੋਰ ਵੀ ਇੰਡੀਵਿਜੂਅਲਿਜ਼ਮ ਡਿਸਕਾਊਂਟ ਨਹੀਂ ਕਰਨਾ ਚਾਹੀਦਾ ਅਗੇ ਤਰ ਦੇ ਹੋਏ ਅਸੀਂ ਇੱਕ ਮੇਨ ਪੁਆਇੰਟ ਰੱਖੀ ਸੀ ਕਿ ਜਿਹੜੀ ਚਹੇਦਾਰ ਦੀ ਪੋਸਟ ਹੈ ਉਹਦੇ ਵਿੱਚ ਏਜ ਜੈਂਡਰ ਰੇਸ ethnicities ਕਾਸਟ ਇਹ ਕੋਈ ਵੀ ਫੈਕਟਰ ਜਿਹੜੇ ਇਹ ਡਿਟਰਮਨ ਨਹੀਂ ਕਰਨੇ ਚਾਹੁੰਦੇ ਕਿ ਇੰਡੀਵਿਜੂਅਲ ਕਿਹੜਾ ਚਹੇਦਾਰ ਬਣਦਾ ਹੈ ਕੋਈ ਵੀ ਬੈਕਗ੍ਰਾਉਂਡ ਤੋਂ ਕੋਈ ਵਿਰਕਰਾ ਨਹੀਂ ਕਿਸੇ ਦਾ ਹੋਣਾ ਚਾਹੀਦਾ ਹੈ ਗੁਰੂ ਸਾਹਿਬ ਦਾ ਇੱਥੇ ਕਈ ਡਿਸਕਸ਼ਨਸ ਦੇ ਵਿੱਚ ਕਈ ਇੰਪੋਰਟੈਂਟ ਪੁਆਇੰਟਸ ਆਈਆਂ ਸਟੇਲੇ ਜਿਹਦੇ ਵਿੱਚ ਬੀਬੀਐਨ ਦੀ ਗੱਲ ਵੀ ਆਈ ਤੇ ਉਹਦੇ ਵਿੱਚ ਵੀ ਸਹਿਮਤੀ ਦੇ ਨਾਲ ਕਿਸੇ ਨੂੰ ਕੋਈ ਇਸ਼ੂ ਨਹੀਂ ਸੀਗਾ ਕਿ ਜਥੇਦਾਰ ਦੀ ਪੋਸਟ ਜਿਹੜੀ ਹੈ ਉਹ ਸਿਰਫ ਮਰਦਾਂ ਲਈ ਨਹੀਂ ਹੈਗੀ ਉਹ ਬੀਬੀ ਵੀ ਜਥੇਦਾਰ ਬਣ ਸਕਦੇ ਆ ਨਾਲ ਨਾਲ ਇੱਕ ਹੋਰ ਇੰਪੋਰਟੈਂਟ ਪੁਆਇੰਟ ਸੀ ਕਿ ਕਿਸੇ ਵੀਰ ਨੇ ਇਹ ਸਵਾਲ ਕੀਤਾ ਸੀਗਾ ਕਿ ਜੇ ਕੋਈ ਬਾਹਰੋਂ ਹੋਰ ਕੌਮ ਦਾ ਲੱਸੀ ਐਸ ਐਜ਼ ਇਨ ਇਨੀਸ਼ially ਗੋਰਾ ਕਲੋਕ ਕਿ ਉਹ ਸਿੱਖੀ ਦੇ ਵਿੱਚ ਆਉਂਦਾ ਆ ਤੇ ਗਾਂ ਉਹਦੀ ਐਸਪੀਰੇਸ਼ਨਸ ਆ ਕਿ ਉਹ ਸਿੱਖੀ ਵੱਲ ਕੰਮ ਕਰਦਾ ਆ ਪੰਥੇ ਕੰਮ ਕਰਦਾ ਆ ਤੇ ਉਹਦਾ ਨਾਂ ਆ ਜਾਂਦਾ ਜਥੇਦਾਰ ਲਈ ਉਹਦੇ ਵਿੱਚ ਕੋਈ ਵਿਰਕਰਾ ਹੋਊਗਾ ਤੇ ਉਹਦਾ ਸਾਰਿਆਂ ਵੱਲੋਂ ਆਨਸਰ ਹੀ ਸੀਗਾ ਕਿ ਨੋ ਕਿ এজ ਕੋਈ ਵੀ ਗੁਰੂ ਵੱਲ ਆਉਂਦਾ ਆ ਕੋਈ ਵੀ ਗੁਰੂ ਸਾਹਿਬ ਨੂੰ ਅਪਣਾ ਲੈਂਦਾ ਆ ਤੇ ਪੰਥ ਨੂੰ ਵਿੱਚ ਆ ਜਾਂਦਾ ਆ ਜਿਹੜੀ ਧਾਰਮਿਕ ਕ੍ਰਾਈਟੇਰੀਆ ਸੈੱਟ ਕੀਤੀ ਸੀਗੀ ਅੰਮ੍ਰਿਤਧਾਰੀ ਰਹਿਤਵਾਨ ਨਤ ਨਮੀ ਉਹ ਕ੍ਰਾਈਟੇਰੀਆ ਬੇਸਡ ਅਸੀਂ ਉੱਤੇ ਕਹਿੰਦੇ ਤਾਂ ਕਿ ਰੇਸ ਰਿਲੀਜੀਅਨ ਐਥਨਿਸਿਟੀ ਇਹ ਕੋਈ ਵੀ ਚੀਜ਼ ਆ ਮਾਣਾ ਨਹੀਂ ਰੱਖਦੇ ਤੇ ਉਹ ਵੀ ਇੰਡੀਵਿਜੂਅਲ ਨੂੰ ਓਪਰਚੁਨਿਟੀ ਦਿੱਤੀ ਰਣੀ ਚਾਹੀਦੀ ਆ ਤੇ ਇਹਦੇ ਨਾਲ ਨਾਲ ਜਿਹੜੀ ਡੈਮੋਨਸਟ੍ਰੇਟਡ ਲੀਡਰਸ਼ਿਪ ਅਸੀਂ ਕਹਿ ਸਕਿਆ ਕਿ ਕੁਆਲਿਟੀਜ਼ ਜਿਹੜੀਆਂ ਆ ਉਹਨਾਂ ਦੀਆਂ ਆ ਉਹਦੇ ਵਿੱਚ ਅਸੀਂ ਕਮਿਊਨੀਕੇਸ਼ਨ ਦੀ ਗੱਲ ਰੱਖੀ ਸੀਗੀ ਤੇ ਨਾਲ ਨਾਲ ਜਿਹੜੇ ਉਹਨਾਂ ਦੇ ਕੰਮ ਕਰਨ ਦਾ ਪਬਲਿਕ ਅਫੇਅਰਸ ਦੇ ਵਿੱਚ ਤੇ ਕਮਿਊਨੀਕੇਸ਼ਨ ਤਾਂ ਇੰਪੋਰਟੈਂਟ ਸੀ ਕਿ ਕਿ ਕਿਸਾਨ ਸਾਰਿਆਂ ਨੂੰ ਪਤਾ ਹੈ ਕਿ ਇੱਥੇ ਅਸੀਂ 10 ਮਿੰਟ ਦੀ ਪ੍ਰੈਜੈਂਟੇਸ਼ਨ ਕਰਨੀ ਹੈ ਕਿ 4 ਘੰਟੇ ਦੇ ਕੁਐਸਚਨਸ ਹੋਣੇ ਆ ਕਰਕੇ ਆਪਾਂ ਸਾਰੇ ਵੱਖਰੇ ਵੱਖਰੇ ਖਿਆਲ ਰੱਖਦੇ ਆਂ ਵੱਖਰੇ ਵੱਖਰੇ ਥਾਂ ਤੋਂ ਆਇਆ ਤੇ ਵੱਖਰੇ ਵੱਖਰੇ ਜਿਹੜੇ ਸਾਡੇ ਕਹੋ ਕਿ ਸਿੱਖੀ ਵੱਲੋਂ ਨੌਲੇਜ ਵੀ ਉਹ ਹੀ ਆ ਤੇ ਅਸੀਂ ਉਹ ਨੌਲੇਜ ਦੇ ਮੁਤਾਬਿਕ ਅਸੀਂ ਆਪਣੇ ਕੁਐਸਚਨਸ ਵੀ ਅਸੀਂ ਤਿਆਰ ਕਰਦੇ ਆਂ ਤੇ ਉਹਦੇ ਕਰਕੇ ਅਸੀਂ ਕਿਹਾ ਕਿ ਜਿਹੜਾ ਜਥੇਦਾਰ ਦੀ ਪੋਸਟ ਹੈ ਉਹਦਾ ਕੰਮ ਹੈ ਕਿ ਇਕੱਠਾ ਰੱਖਣਾ ਤੇ ਇੱਕ ਪਾਸੇ ਨੂੰ ਤੋੜਨਾ ਤੇ ਪੰਥਕ ਜਿਹੜੇ ਕਾਰਜ ਹੈ ਉਹਨਾਂ ਨੂੰ ਅੱਗੇ ਵਧਾਉਣਾ ਤੇ ਉਹਦੇ ਲਈ ਜਿਹੜੀ ਕਮਿਊਨੀਕੇਸ਼ਨ ਹੈ ਉਹ ਬਹੁਤ ਜ਼ਰੂਰੀ ਹੈ ਉਹਦੇ ਵਿੱਚ ਉਹਨਾਂ ਨੂੰ ਹਰੇਕ ਥਾਂ ਤੇ ਜਾ ਕੇ ਸਿੱਖਾਂ ਨੂੰ ਨਾਲ ਲੈਣਾ ਪੈਣਾ ਹੈ ਤੇ ਉਹਨਾਂ ਦੀ ਜਿਹੜੀ ਪਰਸਨੈਲਿਟੀ ਵੀ ਹੈ ਉਹ ਪਬਲਿਕ ਅਫੇਅਰਸ ਦੇ ਵਿੱਚ ਇੱਕ ਸਜੈਸ਼ਨ ਆਇਆ ਸਿਕਾ ਕਿ ਪਬਲਿਕ ਅਫੇਅਰਸ ਦੇ ਵਿੱਚ ਸਕਸੈਸਫੁਲ ਹੋਣ ਪਬਲਿਕ ਅਫੇਅਰਸ ਦਾ ਸਕਸੈਸ ਜਿਹੜਾ ਅਸੀਂ ਗਿਣਿਆ ਸਿਕਾ ਐਸ ਅ ਗਰੁੱਪ ਉਹ ਨੈਸੈਸਰਲੀ ਕੋਈ ਬਿਜ਼ਨਸ ਦੇ ਵਿੱਚ ਪਬਲਿਕ ਅਫੇਅਰਸ ਨਹੀਂ ਉਹ ਹੈਗਾ ਕਿ ਲੋਕਾਂ ਦੇ ਵਿੱਚ ਵਿਚਰਦੇ ਆ ਲੋਕਾਂ ਦੇ ਵਿੱਚ ਉਹਨਾਂ ਦਾ ਜਿਹੜਾ ਕਿ ਸਤਕਾਰ ਆ ਦੇ ਉਹ ਐਕਚੁਅਲੀ ਐਜ਼ ਅ ਕਾਮਨ ਇੰਡੀਵਿਜੂਅਲ ਲੋਕ ਉਹਨੂੰ ਦੇਖਦੇ ਆ ਕਿ ਅਪਰੋਚੇਬਲ ਹੋਣ ਸੋ ਉਹ ਇਸ ਪੁਆਇੰਟ ਦਾ ਇਹ ਮਤਲਬ ਸੀ ਤੇ ਜਿਹੜੀ ਐਕਸ਼ਨ ਓਰੀਐਂਟਡ ਪੋਲੀਟਿਕੀ ਅਵੇਅਰ ਆਫ ਐਕਸਟਰਨਲ ਇੰਟਰਨਲ ਪੋਲਿਟਿਕਸ ਉਹ ਐਕਚੁਅਲੀ ਇਸ ਤਰ੍ਹਾਂ ਕਿ ਜੇਦੋਂ ਵੀ ਅਸਾਨੂੰ ਕੋਈ ਅਜਿਹੇ ਸਮਾਜ ਦੇ ਵਿੱਚ ਲੀਡਰਸ਼ਿਪ ਮਿਲਦੀ ਹੈ ਉਹਦੇ ਵਿੱਚ ਉਹਨਾਂ ਨੂੰ ਕੰਪਰੋਮਾਈਜ਼ ਕਰਨਾ ਜਾਂ ਮੈਨੀਪੂਲੇਟ ਕਰਨਾ ਬੜਾ ਸੌਖਾ ਹੋ ਗਿਆ ਹੈ ਜਿਹੜਾ ਸਿਸਟਮ ਸਰਵਤ ਖਾਲਸੇ ਦਾ ਤੇ ਅਕਾਲਤਾ ਆਜ਼ਾਦ ਅਕਾਲਤਾ ਦਾ ਹੈ ਹੋਪਫਲੀ ਇਹ ਜਿਹੜਾ ਸਿਸਟਮ ਹੈ ਇਹ ਤੁਰ ਰਿਹਾ ਆ ਯਾ ਖਾਲਿਸਤਾਨ ਵੱਲ ਨੂੰ ਤੇ ਆਸ਼ੀ ਖਾਲਸਾ ਰਾਜ ਵੱਲੋਂ ਇਹ ਐਜ਼ ਅ ਐਜ਼ ਅ ਪਰਸਨ ਤੇ ਐਜ਼ ਅ ਸਿੱਖ ਸੋਵਰਨਟੀ ਵੱਲੋਂ ਸੀ ਜਾ ਰਹੇ ਆ ਕਾਨਫਰੰਸ ਵੀ ਸੋਵਰਨਟੀ ਦੇ ਉੱਤੇ ਆ ਪਰ ਇਹ ਜਿਹੜਾ ਆਜ਼ਾਦ ਸਿਸਟਮ ਦੇ ਵਿੱਚ ਤੁਸੀਂ ਲੀਡਰਸ਼ਿਪ ਕਿੱਦਾਂ ਪੈਦਾ ਕਰ ਸਕਦੇ ਆ ਕਿ ਕਿ ਜਦੋਂ ਕੋਈ ਨੇਸ਼ਨ ਵੀ ਬਣਦਾ ਆ ਅਕਾਲ ਤਖਤ ਸਾਹਿਬ ਉੱਥੇ ਵੀ ਫੇਰ ਵੀ ਆਜ਼ਾਦ ਰਹਿਣਗੇ ਤੇ ਉਹਦੇ ਵਿੱਚ ਵੀ ਸਾਨੂੰ ਦੇਖਣਾ ਪੈਣਾ ਕਿ ਇਹਨੂੰ ਕੰਪਰੋਮਾਈਜ਼ ਕੌਣ ਕਰੂਗਾ ਕੰਪਰੋਮਾਈਜ਼ ਇਹਨੂੰ ਕਰਨ ਲਈ ਅਸੀਂ ਸਾਰੇ ਜਣੇ ਬੈਠੇ ਆ ਕਰਕੇ ਅੱਜ ਮੈਂ ਆਪਣੀ ਗੱਲ ਕਰ ਰਿਹਾ ਕਿ ਇਹਨੂੰ ਮੈਨੀਪੂਲੇਟ ਕਰਨਾ ਵੀ ਸਾ ਜਿੱਤੇ ਸਾਨੂੰ ਸੂਟ ਕਰਦਾ ਹੈ ਅਸੀਂ ਉਹਨੂੰ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਵੱਲੋਂ ਕੋਈ ਡਿਸੀਜਨ ਲਈ ਜਾਵੇ ਸੋ ਉਹਨੂੰ ਕਿਦਾਂ ਉਹ ਮੈਨੀਪੂਲੇਸ਼ਨ ਤੋਂ ਦੂਰ ਰੱਖਣਾ ਹੈ ਅਸੀਂ ਚਾਹੁੰਦੇ ਹਾਂ ਕਿ ਇਹ ਜਿੰਨੀ ਵੀ ਕ੍ਰਾਈਟੇਰੀਆ ਹੈ ਇਹ ਆਈਡੀਅਲਿਸਟਿਕ ਹੈ ਸਾਨੂੰ ਆਈਡੀਅਲਿਸਟਿਕ ਬਣਾਉਣੀ ਪੈਣੀ ਹੈ ਕਰਕੇ ਸਾਨੂੰ ਥੋੜਾ ਜਿਹਾ ਡ੍ਰੀਮ ਵੀ ਕਰਨਾ ਪੈਣਾ ਹੈ ਤੇ ਆਈਡੀਅਲਿਸ ਵੀ ਰੱਖਣੇ ਪੈਣੇ ਆ ਕਿ ਸਾਡੇ ਜਥੇਦਾਰ ਇਦਾਂ ਦੇ ਹੋ ਸਕਦੇ ਆ ਪਿੱਛੇ ਵੀ ਹੋਏ ਆ ਤੇ ਗਾਹ ਵੀ ਹੋ ਸਕਦੇ ਆ ਜੇ ਉਹਨਾਂ ਦੇ ਆਲੇ ਦੁਆਲੇ ਅਕਾਉਂਟੇਬਿਲਟੀ ਦਾ ਸਿਸਟਮ ਹੋਵੇ ਅੱਜ ਜੋ ਅਕਾਉਂਟੇਬਿਲਟੀ ਦਾ ਸਿਸਟਮ ਹੈ ਨਹੀਂ ਜਿਹੜਾ ਜਥੇਦਾਰ ਬਣਦਾ ਆ ਉਹਦੇ ਉੱਤੇ ਵੀ ਜਿਹੜੇ ਉਹ ਵੀ ਕਰਾਪਟ ਹੈ ਜਿਹੜੇ ਆਲੇ ਦੁਆਲੇ ਆ ਉਹ ਵੀ ਕਰਾਪਟ ਹੈ ਸੋ ਜਿਹੜਾ ਉਹ ਇਨਸਾਨ ਹੈ ਉਹ ਜੋ ਉਹਦੇ ਜੀਚ ਹੁੰਦਾ ਹੈ ਉਹ ਕਰਦਾ ਹੈ ਉਹ ਡਿਸੀਜਨ ਪਾਸ ਕਰ ਦਿੰਦਾ ਹੈ ਜੇ ਅਕਾਉਂਟੇਬਿਲਟੀ ਹੋਵੇ ਤੇ ਉਹ ਕਰਨਾ ਬੜਾ ਔਖਾ ਹੋ ਜਾਂਦਾ ਹੈ ਸੋ ਉਹਦੇ ਵੱਲ ਆਈਡੀਆਜ਼ ਲਾ ਕੇ ਆਪਾਂ ਤੁਰ ਸਕਦੇ ਆ ਨੋਇੰਗ ਦੈਟ ਰੀਅਲਿਸਟਿਕਲੀ ਇਟਸ ਕਮ ਬੋਥ ਕਰਨ ਵਾਲਾ ਹੈ ਤੇ ਡਿਫਿਕਲਟੀ ਹੈ ਤੇ ਇੱਕ ਜਿਹੜੀ ਸੀਗੀ ਉਹ ਹੈ ਕਿ ਕੋਈ ਵੀ ਪ੍ਰੈਜੇਡੈਂਸ ਨਹੀਂ ਹੋਲ ਕਰਦੇ ਕੋਈ ਵੀ ਤਰ੍ਹਾਂ ਦੀ ਕਿ ਜਦੋਂ ਉਹਨਾਂ ਨੇ ਕੰਮ ਕਰਨਾ ਹੈ ਕਮਿਊਨਿਟੀ ਦੇ ਵਿੱਚ ਉਹ ਨਹੀਂ ਹੋ ਸਕਦਾ ਕਿ ਉਹ ਜਾਤ ਪਾਤ ਤੇ ਕੋਈ ਵਿਰਕਰਾ ਕਰਨਾ ਆਪਣਾ ਕੋਈ ਧਰਮ ਤੇ ਕੋਈ ਵਿਰਕਰਾ ਕਰਨਾ ਆਪਣਾ ਉਹਨਾਂ ਨੂੰ ਹੈਗਾ ਕੋਈ ਸਾਰਿਆਂ ਦੇ ਨਾਲ ਉਹਨਾਂ ਨੇ ਮਿਲ ਬਰਤਣਾ ਐਸ ਅ ਰੈਪਰੈਜ਼ੈਂਟੇਟਿਵ ਆਫ ਦਾ ਗੁਰੂ ਐਂਡ ਦਾ ਗੁਰੂਕਾਂਤ ਐਂਡ ਦਾ ਗੁਰੂਪੰਥ ਸੋ ਸਾਨੂੰ ਸਗਾ ਕਿ ਇਹ ਕੋਈ ਅੰਦਰੋਂ ਫੀਲਿੰਗਸ ਅਸੀਂ ਜਾਣ ਨਹੀਂ ਸਕਦੇ ਕਿਸੇ ਦਾ ਮਨ ਨਹੀਂ ਅਸੀਂ ਜਾਣ ਸਕਦੇ ਪਰ ਇੱਥੇ ਫੇ ਵੀ ਅਕਾਉਂਟੇਬਿਲਟੀ ਹੁੰਦੀ ਹੈ ਕਿ ਜੇ ਅਸੀਂ ਕਿਸ ਨੂੰ ਲਾਈਫ ਲਈ ਥਾਪ ਦਿੰਦੇ ਆ ਉਹ ਵੀ ਨਹੀਂ ਗਲਤ ਠੀਕ ਹੈਗੇ ਪਰ ਜਦੋਂ ਕੋਈ ਆਪਣੀ ਪੋਜੀਸ਼ਨ ਨਿਭਾ ਰਿਹਾ ਆ ਉਹਦੇ ਵਿੱਚ ਜਿਹੜੇ ਉਹਦੇ ਆਲੇ-ਦੁਆਲੇ ਐਡਵਾਈਜ਼ਰਸ ਆ ਜਿਹੜੇ ਉਹ ਸਰਵਤ ਖਾਲਸੇ ਨੂੰ ਪੰਜ ਪਿਆਰਿਆਂ ਨੂੰ ਅਕਾਉਂਟੇਬਲਸ ਜੱਥੇਦਾਰ ਹੈਗੇ ਆ ਤਾਂ ਉਹਦੇ ਵਿੱਚ ਤੁਸੀਂ ਇਹ ਲਿਆ ਸਕਦੇ ਆ ਕਿ ਜਦੋਂ ਉਹ ਕੋਈ ਵੀ ਗਲਤੀ ਕਰਦੇ ਆ ਜਾਂ ਕੋਈ ਉਹਨਾਂ ਦਾ ਬਿਆਨ ਹੁੰਦਾ ਆ ਉਥੇ ਅਕਾਉਂਟੇਬਿਲਟੀ ਸਾਨੂੰ ਸ਼ੋ ਕਰਨੀ ਪੈਣੀ ਲਾਸਟ ਪੁਆਇੰਟ ਜਿਹੜੀ ਸੀਗੀ ਉਹ ਕੱਲ ਦੇ ਡਿਸਕਸ਼ਨ ਤੋਂ ਨਗਲੀ ਸੀਗੀ ਅੱਜ ਵੀ ਉੱਥੇ ਸੀਗਾ ਉਹ ਸਿਰਫ ਇਹ ਸੀਗਾ ਕਿ ਇਹ ਐਕਚੁਅਲੀ ਕ੍ਰਾਈਟੇਰੀਆ ਦੇ ਵਿੱਚ ਨੈਸਰਲੀ ਨਹੀਂ ਪਰ ਐਕਚੀ ਜਿਹਦੇ ਵਿੱਚ ਇਹ ਸੀਗੀ ਕਿ ਅਸੀਂ ਚਾਹੁੰਦੇ ਸੀ ਕਿ ਇਹ ਪੁਆਇੰਟ ਨੋਟ ਕਰਨੀ ਚਾਹੀਦੀ ਹੈ ਕਿ ਜਿਹੜੇ ਵੀ ਕੋਈ ਕਨਵਿਕਸ਼ਨਸ ਆ ਜਬ ਬੰਦੇ ਜਿਹਨਾਂ ਨੇ ਪੰਥ ਲਈ ਕੰਮ ਕੀਤਾ ਆ ਇਥੇ ਕਈ ਵਧੀਆ ਗੱਲ ਤੇ ਭਾਈ ਰੇਸ਼ਮ ਸਿੰਘ ਨੇ ਵੀ ਗੱਲ ਕੀਤੀ ਸੀ ਕਿ ਸਾਡੇ ਡਿਸਕਸ਼ਨ ਦੇ ਵਿੱਚ ਕਿ ਜੇ ਗੁਰੂ ਸਾਹਿਬੀ ਆ ਉਹ ਵੀ ਐਕਸਮੇ ਦੇ ਵਿੱਚ ਕਨਵਿਕਟ ਹੋ ਕੇ ਤਾਂ ਹੀ ਉਹਨਾਂ ਨੂੰ ਸ਼ਹੀਦੀ ਕੀਤਾ ਗਿਆ ਸੀ ਸੋ ਜਿਹੜੀ ਕਨਵਿਕਸ਼ਨ ਆ ਦੁਨੀਆਵੀ ਕੋਰਟ ਦੇ ਵਿੱਚ ਉਹ ਸਾਨੂੰ ਦੇਖਣਾ ਪੈਣਾ ਹੈ ਕਿ ਕਹੋ ਜੀ ਕਨਵਿਕਸ਼ਨ ਹੈ ਜੇ ਉਹ ਪੰਥਕ ਕਾਰਜ ਵਾਸਤੇ ਕਿਸੇ ਨੇ ਕੋਈ ਕੰਮ ਚੁੱਕਿਆ ਆ ਉਹ ਸਰਬੱਤ ਖਾਲਸਾ ਡਿਟਰਮਾਈਨ ਕਰ ਸਕਦਾ ਆ ਕਿ ਉਹ ਜਿਹੜੀ ਕਨਵਿਕਸ਼ਨ ਆ ਉਹ ਕੋਈ ਠੀਕ ਆ ਪੰਥ ਲਈ ਜਿਹਦਾ ਭਾਈ ਜਗਤਾਰ ਸਿੰਘ ਹਵਾਰਾ ਦੀ ਅਸੀਂ ਠੀਕ ਮੰਨਦੇ ਆ ਤੇ ਜੇ ਉਹ ਗਲਤ ਹੈ ਜੇ ਕੋਈ ਨੋਰਮਲ ਜੇ ਕੰਮ ਦੇ ਵਿੱਚ ਜਾਂ ਜ਼ਮੀਨ ਦਾ ਝਗੜਾ ਹੈ ਉਹ ਫਰਕ ਪਿਆ ਪਰ ਉਹਦੇ ਵਿੱਚ ਡਿਸੀਜਨ 메ਕਿੰਗ ਫੇਰ ਵੀ ਸ਼ੁਰੂਤ ਖਾਲਸੇ ਦੇ ਵਿੱਚ ਹੀ ਆ ਕਿ ਉਹ ਜਿਹੜਾ ਨਾਂ ਆਉਂਦਾ ਹੈ ਉਹਨੂੰ ਕਿਦਾਂ ਹੋਏ ਕਰਨਾ ਹੈ ਹੁਣ ਆਪਣੀ ਗੱਲ ਆ ਗਈ ਐਂਡ ਤੇ ਨਾਵਾਂ ਦੀ ਤੇ ਨਾਂ ਤੋਂ ਸਕਰੀਨ ਤੇ ਲਾਉਣ ਤੋਂ ਪਹਿਲਾਂ ਇੱਕ ਬੇਨਤੀ ਹੈਗੀ ਆ ਅਸੀਂ ਜਦੋਂ ਨਾਂ ਲਏ ਸੀ ਅਸੀਂ ਇੱਕ ਬੇਨਤੀ ਸਾਰਿਆਂ ਨੂੰ ਕੀਤੀ ਸੀਗੀ ਕਿ ਨਾਂ ਸਾਰਿਆਂ ਦੇ ਲੈ ਲਓ ਜਿਹੜੇ ਵੀ ਆਉਂਦਾ ਹੈ ਉੱਥੇ ਰੱਖੋ ਐਕਸੈਪਟ ਫੋਰ ਜਿਹੜੇ ਤੁਸੀਂ ਕਹਿ ਸਕਦੇ ਆ ਜਿਦਾ ਕੋਲ ਕਿ ਰਾਮ ਰਹੀਮ ਆ ਜਿਹੜੇ ਪੰਥ ਦੇ ਵਿੱਚ ਹੈ ਹੀ ਨਹੀਂ ਬਸ ਜਿਹੜਾ ਹੋਰ ਵੀ ਆ ਉਹਨਾਂ ਦੇ ਆਲੇ ਦੁਆਲੇ ਕਈ ਚੀਜ਼ਾਂ ਆ ਇੱਥੇ ਤੁਸੀਂ 20 25 ਨਾਂ ਦੇਖਣੇ ਆ ਉਹ ਹਰੇਕ ਦਾ ਤੁਸੀਂ ਕੋਈ ਨਾ ਕੋਈ ਜਿਹੜਾ ਇੰਡੀਵਿਜੂਅਲ ਆ ਕੋਈ ਨਾ ਕੋਈ ਨੌਕਸ ਕਰ ਸਕਦਾ ਆ ਮੈਂ ਆਈ ਐਗਰੀ ਵਿਦ ਥੈਟ ਪਰ ਸਾਡਾ ਇਹ ਪਰਪਸ ਨਹੀਂ ਸਿਕਾ ਕਿ ਅਸੀਂ ਪਹਿਲੋਂ ਹੀ ਐਲੀਮੀਨੇਟ ਕਰ ਦਈਏ ਕਿ ਆਪਣੀ ਆਪਸ਼ਨਸ ਕਿਹੜੀਆਂ ਆ ਉਹ ਆਪਸ਼ਨਸ ਅਸੀਂ ਇੱਦਾਂ ਰੱਖਿਆ ਸੀ ਕਿ ਤੁਸੀਂ ਸਾਰੇ ਨਾਂ ਇੱਥੇ ਰੱਖ ਰੱਖ ਦੋ ਤੇ ਬਾਅਦ ਦੇ ਵਿੱਚ ਇਹ ਤਾਂ ਨਾਂ ਜਿਹੜੇ ਗਾਂਝਾਂ ਜਾਂਦੇ ਹੁੰਦੇ ਆ ਇਹ ਨਾਲੇ ਆਪਣੀ ਐਕਸਰਸਾਈਜ਼ ਆ ਇਹ ਕੋਈ ਲਿਸਟ ਦੰਦੀ ਨਹੀਂ ਹੈਗੀ ਕਿ ਇਹੀ ਲਿਸਟ ਬਣ ਗਈ ਕੋਈ ਤਰ੍ਹਾਂ ਦੀ ਇਹ ਆਪਣੇ ਲਈ ਇੱਕ ਐਕਸਰਸਾਈਜ਼ ਹੈ ਕਿ ਕਿੱਥੋਂ ਕਿੱਥੋਂ ਨਾਂ ਆਉਂਦੇ ਆ ਕਿਉਂ ਕਿਉਂ ਨਾਂ ਆਉਂਦੇ ਆ ਤੇ ਉਹ ਤੁਹਾਨੂੰ ਮੈਂ ਦਿਖਾ ਦਿੰਦਾ ਆ ਨਾਂ ਜਿਹੜੇ ਆਏ ਸੀਗੇ ਮੈਂ ਤੇ ਨਾਂ ਲਾਜ਼ਨਦਾ ਆ ਭਾਈ ਬਲਦੇਵ ਸਿੰਘ ਬਡਾਲਾ ਭਾਈ ਜਤਾਰ ਸਿੰਘ ਹਵਾਰਾ ਭਾਈ ਹਰਿੰਦਰ ਸਿੰਘ ਭਾਈ ਦਲਜੀਤ ਸਿੰਘ ਬਿੱਟੂ ਭਾਈ ਪਿੰਦਰਪਾਲ ਸਿੰਘ ਭਾਈ ਨਰਨ ਸਿੰਘ ਚੋੜਾ ਭਾਈ ਗੁਰਦੇਵ ਸਿੰਘ ਭਾਈ ਰਣਜੀਤ ਸਿੰਘ ਟੱਡਰਿਆਵਾਲਾ ਬੀਬੀ ਅਮਰਜੀਤ ਕੌਰ ਬੀਬੀ ਕਮਰਜੀਤ ਪਰਮਜੀਤ ਕੌਰ ਖਾਲੜਾ ਬੀਬੀ ਪ੍ਰੀਤਮ ਕੌਰ ਭਾਈ ਮਨਦੀਰ ਸਿੰਘ ਭਾਈ ਰਣਦੀਰ ਸਿੰਘ ਭਾਈ ਬਲਜੀਤ ਸਿੰਘ ਦਾਦੂਵਾਲ ਡਾਕਟਰ ਅਮਰਜੀਤ ਸਿੰਘ ਖਾਲਸਾ ਭਾਈ ਅਜਮੇਰ ਸਿੰਘ ਤੇ ਭਾਈ ਗੁਜਰਾਜ ਜੁਗਰਾਜ ਸਿੰਘ ਜਿਹੜੇ ਬੇਸਿਕਸ ਆਫ ਸਿੱਖੀ ਦੇ ਰਨ ਕਰਦੇ ਆ ਇਹ ਸਾਰੇ ਨਾਂ ਜਿਹੜੇ ਤੁਸੀਂ ਦੇਖ ਸਕਦੇ ਆ ਕਿੰਨੇ ਵੱਖ-ਵੱਖ ਨਾਂ ਡਾਇਸਪੋਰਾ ਦੇ ਵਿੱਚ ਵੀ ਨਾਂ ਆ ਆਨ ਦਾ ਗਰਾਉਂਡ ਵੀ ਨਾਂ ਆ ਇਨ ਪੰਜਾਬ ਇਹ ਸਾਰੇ ਨਾਂ ਜਿਹੜੇ ਆ ਤੁਸੀਂ ਦੇਖ ਸਕਦੇ ਆ ਕਿ ਜਿਹੜੀ ਫੀਲਿੰਗ ਆ ਜਾਂ ਜੇ ਭਾਵਨਾਵਾਂ ਆ ਜਦੋਂ ਤੁਸੀਂ ਇਹੋ ਜਿਹੇ ਇਕੱਠ ਦੇ ਵਿੱਚ ਆਉਂਦੇ ਆ ਅਸੀਂ ਸਾਰਿਆਂ ਨੇ ਆਪਣੀ ਆਪਣੀ ਲਾ ਕੇ ਆਉਂਦੇ ਤੇ ਅਸੀਂ ਕਿਹਨਾਂ ਵਿੱਚਦੇ ਆ ਕਿਹੜਾ ਸਾਨੂੰ ਬੰਦਾ ਚੰਗਾ ਲੱਗਦਾ ਬੀਬੀ ਚੰਗੀ ਲੱਗਦੀ ਹੈ ਜਿਹੜੇ ਪੰਥਕ ਕਾਰਜ ਦੇ ਵਿੱਚ ਲੱਗੇ ਆ ਅਸੀਂ ਉਹਨਾਂ ਦਾ ਨਾਮ ਲਾ ਕੇ ਮੋਰੇ ਰੱਖ ਦਿੰਦੇ ਆ ਪਰ ਜਿਹੜੇ ਇਹ ਅਸੀਂ ਸੋਚਣਾ ਪੈਣਾ ਕਿ ਸਾਡੀ ਅਬਿਲਿਟੀ ਇੰਨੀ ਹੈਗੀ ਆ ਕਿ ਜਿੰਨੇ ਵੀ ਨਾ ਯਰ ਰਾਦਰ ਦਨ ਨੁਕਸ ਕਰਨ ਨੋ ਅਸੀਂ ਦੇਖੇ ਕਿ ਇਹਨਾਂ ਦੀ ਕੁਆਲਿਟੀਜ਼ ਕਿੰਨੀਆਂ ਆ ਤੇ ਜਿਹੜੀ ਵੀਕਨੈਸਸ ਹੈ ਉਹ ਅਸੀਂ ਡਿਵੈਲਪ ਕਰਾ ਸਕਦੇ ਹਾਂ ਇਹ ਇੰਡੀਵਿਜੂਅਲ ਤੋਂ ਇਹਨਾਂ ਦੇ ਆਲੇ ਦੁਆਲੇ ਐਡਵਾਈਜ਼ਰਸ ਐਡਵਾਈਜ਼ਰਸ ਪੇਸ਼ ਕਰਕੇ ਇਹ ਕਾਮ ਲਈ ਕੰਮ ਕਰ ਸਕਦੇ ਆ ਇਹ ਜਿਹੜੀ ਬੇਨਤੀ ਸੀਗੀ ਐਟ ది ਅੰਦਰ ਦੇ ਡੇ ਇਹ ਸਾਰੀ ਐਕਸਰਸਾਈਜ਼ ਜਿਹੜੀ ਦੋ ਦਿਨਾਂ ਲਈ ਚੱਲ ਰਹੀ ਆ ਜੇ ਸੋਵਰਨਟੀ ਵੱਲ ਨੂੰ ਵੱਧ ਰਹੀ ਆ ਫੇ ਇਹ ਜਿਹੜੀ ਐਕਸਰਸਾਈਜ਼ ਹੈ ਇਹਦੇ ਬਹੁਤ ਵੱਡਾ ਬੈਨੀਫਿਟ ਹੈ ਜੇ ਐਕਸਰਸਾਈਜ਼ ਸਿਰਫ ਉਸ ਸਿਸਟਮ ਦੇ ਵਿੱਚ ਰਹਿਣ ਲਈ ਆ ਇਹਦੇ ਵਿੱਚ ਥੋੜਾ ਜਿਹਾ ਨੁਕਸਾਨ ਸਾਡਾ ਹੋਣਾ ਪਰ ਲੈਟਸ ਸੇ ਐਜ਼ ਇਨ ਅਪਾਇਟ ਪੋਜ਼ਿਟਿਵ ਲੱਗੇ ਤੁਰਿਆ ਕਿ ਅਸੀਂ ਚੇਂਜ ਲੈਣੀ ਹੈ ਕਿ ਚੇਂਜ ਜਿਹੜੀ ਹੈ ਅਸੀਂ ਇੱਥੋਂ ਸ਼ੁਰੂ ਕਰਕੇ 70 ਵੱਲ ਨੂੰ ਤੁਰਨਾ ਹੈ ਤੇ ਇਹ ਜਿਹੜੀ ਡਿਸਕਸ਼ਨ ਹੈ ਸਾਡੀ ਵੀ ਜਿਹੜੀ ਗਰੁੱਪ ਦੇ ਵਿੱਚ ਹੋਈ ਹੈ ਉਹਦੇ ਵਿੱਚ ਮੈਂ ਪਰਸਨਲੀ ਜੇ ਕਿਸੇ ਨੂੰ ਕੱਟ ਆਫ ਕੀਤਾ ਆ ਜਾਂ ਕਿਸੇ ਨੇ ਕੋਈ ਗੁਸਤਾਖੀ ਕੀਤੀ ਹੈ ਉਹਲੇ ਮੈਂ ਇੱਥੇ ਪਹਿਲਾਂ ਹੀ ਮਾਫੀ ਮੰਗਲਾਂ ਦਾ ਆਪਣੇ ਗਰੁੱਪ ਤੋਂ ਉੱਥੇ ਵੀ ਮੰਗੀ ਸੀਗੀ ਤੇ ਸੰਗਤ ਵੱਲੋਂ ਵੀ ਪਰ ਐਜ਼ ਇਨ ਜੇ ਸੁਜੈਸ਼ਨਸ ਆਰ ਤੁਸੀਂ ਹੋਰ ਵੀ ਨਾ ਐਡ ਕਰ ਸਕਦੇ ਹੋ ਹੋਰ ਵੀ ਸੁਜੈਸ਼ਨਸ ਦੇ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਨਾਂ ਸਬ ਗਰੁੱਪਸ ਦਾ ਬਹੁਤ ਬਹੁਤ ਥੈਂਕ ਯੂ ਕਿ ਤੁਸੀਂ ਇਹ ਕਿ ਪ੍ਰੋਸੈਸ ਨੂੰ ਅੰਮ ਐਸੈਂਸ਼ੀਅਲੀ ਨਾ ਇੱਕ ਐਕਟੀਵਿਟੀ ਬੇਸ ਕੰਮ ਕਰ ਰਹੇ ਆ ਆਪਾਂ ਇਵੈਂਚੁਅਲੀ ਇਸ ਤਰ੍ਹਾਂ ਦੀਆਂ ਜੇ ਸਾਡੀਆਂ ਕਈਆਂ ਦੀਆਂ ਟ੍ਰੇਨਿੰਗਸ ਹੋ ਜਾਣੀਆਂ ਫਿਰ ਪ੍ਰੋਪਰਲੀ ਜਿਵੇਂ ਹਾਇਰਸਟ ਲੈਵਲ ਤੇ ਹੋਣਾ ਵੀ ਚਾਹੀਦਾ ਉੱਥੇ ਵੀ ਹੋਣ ਦੀ ਇੱਕ ਸੰਭਾਵਨਾ ਵੱਧਦੀ ਆ ਬਟ ਇਟ ਆਲਸੋ ਟੈਲਸ ਅਸ ਕਿ ਸਾਨੂੰ ਬੈਠਣ ਦਾ ਤਰੀਕਾ ਵੀ ਅਪਣਾਉਣਾ ਪੈਣਾ ਵੱਖਰੀ ਵੱਖਰੀ ਡਾਈਵਰਸਿਟੀਜ਼ ਦਾ ਤੇ ਓਪੀਨੀਅਨਸ ਲੈਣ ਦਾ ਤੇ ਸਖਸ਼ੀ ਤਾਂ ਆਪਣੇ ਆਪ ਵਿੱਚ ਇੰਡੀਵਿਜੂਅਲੀ ਸਕਸੈਸਫੁਲ ਕੰਟਰੀਬਿਊਟਰੀ ਬੜੇ ਹੋਰ ਲੈਵਲ ਤੇ ਵੀ ਹੋ ਸਕਦੀਆਂ ਬਟ ਉਹਨਾਂ ਨੂੰ ਸੰਗਤ ਦੇ ਰੂਪ ਵਿੱਚ ਆ ਕੇ ਵੀ ਇਹ ਕੰਮ ਟਰਾਂਸਪੇਰੈਂਟ ਤੇ ਓਪਨ ਤਰੀਕੇ ਨਾਲ ਕਰਨ ਦੀ ਲੋੜ ਆ ਤਾਂ ਕਿ ਇਹ ਖੁੱਲ ਕੇ ਡਿਸਕਸ਼ਨ ਹੋ ਸਕੇ ਸੋ ਦੈਟਸ ਹੈਡ ਅਗੇਨ ਇਹ ਐਕਟੀਵਿਟੀ ਸੀਗੀ ਇਹ ਇਹਨੂੰ ਗਾਹਾਂ ਕਰਨ ਦੀ ਲੋੜ ਆ ਆਪਾਂ ਹੁਣ ਸੰਗਤ ਦੇ ਲੈਵਲ ਦੇ ਵਿੱਚ ਵੀ ਜਿਹੜੇ ਇੱਥੇ ਤੁਸੀਂ ਪ੍ਰੈਜ਼ੈਂਟ ਹੋ ਆਪਾਂ ਇਹਦੇ ਡਿਸਕਸ਼ਨ ਲਈ ਖੋਲ ਰਹੇ ਹਾਂ ਬਟ ਉਹਦੇ ਇੱਕ ਦੋ ਸਾਨੂੰ ਮਿਆਰ ਅਪਣਾਉਣੇ ਪੈਣਗੇ ਅਦਰਵਾਈਜ਼ ਕੇਆਓਸ ਜੀ ਖੜੀ ਹੋ ਜਾਊਗੀ ਸੋ ਪਹਿਲੀ ਗੱਲ ਤਾਂ ਇਹ ਹੈਗੀ ਕਿ ਜਿਹੜੇ ਜਿਹੜੇ ਸੱਜਣ ਮਿੱਤਰ ਵੀਰ ਭੈਣ ਪਿਛਲੇ 2 ਦਿਨ ਨਹੀਂ ਆਏ ਸੀਗੇ ਮੈਂ ਉਹਨਾਂ ਤੋਂ ਤੁਹਾਡੀ ਜਾਣਕਾਰੀ ਲਈ ਕਹਿ ਰਿਹਾ ਕਿ ਅਸੀਂ ਪਹਿਲੇ ਦਿਨ ਖੁੱਲਾ ਡਿਸਕਸ਼ਨ ਕੀਤਾ ਸੀ ਕੱਲ 5 ਅ ਇੰਸਟੀਟਿਊਸ਼ਨ ਤੇ ਡਿਵੈਲਪਮੈਂਟ ਦੀ ਗੱਲ ਕਰ ਰਹੇ ਸੀ ਕਿ ਸਰਬਤ ਕਲਸਾ ਉਹਦੇ ਵਿੱਚ ਉਹ ਇੱਕ ਸੀ ਜਥੇਦਾਰ ਸਾਹਿਬਾਨ ਪੰਜ ਪਿਆਰੇ ਉਹਦੇ ਬਾਰੇ ਬੜੇ ਡਿਫਰੈਂਟ ਓਪੀਨੀਅਨਸ ਨੇ ਕੀ ਕੀ ਹੋਣਾ ਚਾਹੀਦਾ ਫਿਰ ਇਹ ਗੱਲ ਕਹਿ ਰਹੇ ਸੀਗੇ ਕਿ ਅਸੂਮ ਕਰੋ ਜੇ ਸਾਨੂੰ 1 ਮਹੀਨੇ ਆ 1 ਸਾਲ ਦੇ ਵਿੱਚ ਕਰਨਾ ਪੈਂਦਾ ਫਿਰ ਸਾਡਾ ਕੀ ਪ੍ਰੋਸੈਸ ਹੋਵੇ ਕਿਉਂਕਿ ਕੁਝ ਪਤਾ ਨਹੀਂ ਪੰਥ ਵਿੱਚ ਬੜਾ ਕੁਝ ਡਾਇਨਾਮਿਕ ਚੱਲ ਰਿਹਾ ਆ ਆਰਗੇਨਿਕ ਚੱਲ ਰਿਹਾ ਕੁਝ ਵੀ ਹੋ ਸਕਦਾ ਹੈਗਾ ਸੋ ਡਿਸਕਸ਼ਨ ਹੁਣ ਦੀ ਆਪਾਂ ਇਹ ਦੋ ਟਾਪਿਕਸ ਤੇ ਰੱਖਣੀ ਆ ਸਰਬਤ ਖਾਲਸੇ ਦੇ ਪ੍ਰੋਸੈਸ ਤੇ ਵਰੀ ਵਰੀ ਹਾਂ ਜਿਹਨੂੰ ਆਪਾਂ ਕਹਿ ਦਿੰਦੇ ਆ ਆਮ ਤੌਰ ਤੇ ਤੇ ਜਥੇਦਾਰਾਂ ਦੇ ਕ੍ਰਾਈਟਰੀਆਸ ਤੇ ਤੇ ਪੋਟੈਂਸ਼ਲ ਨੇਮਸ ਦੇ ਉੱਤੇ ਉਹਨਾਂ ਦਾ ਤਰੀਕਾ ਇਹ ਹੈਗਾ ਕਿ ਜੇ ਤੁਹਾਡਾ ਕੋਈ ਕੁਐਸਚਨ ਹੈ ਪਹਿਲਾਂ ਤਾਂ ਅਸੀਂ ਮਾਈਕ ਉਧਰ ਲਜਾਣਾ ਸੀ ਬੜੋ ਫਿਰ ਨਾ ਲਾਈਵ ਸਟ੍ਰੀਮ ਤੇ ਆ ਨਹੀਂ ਸਕਦਾ ਇਸ ਕਰਕੇ ਹਾਂਜੀ ਫਿਕਸ ਕਰਤਾ ਨਹੀਂ ਬੜੋ ਫਿਕਸ ਹੋ ਨਹੀਂ ਉਹਦੇ ਨਾਲ ਟਾਈਮ ਵੀ ਬੜਾ ਖਰਾਬ ਹੋ ਰਿਹਾ ਸੀ ਸੈਕੰਡ ਮਾਈਕ ਨਹੀਂ ਅਵੇਲੇਬਲ ਫੋਰ ਐਨੀਵੇ ਵੀ ਵਰਕਡ ਵਿਦ ਦਾ ਆਰਗੇਨਾਈਜ਼ਰ ਸੋ ਥਿਸ ਇਜ਼ ਹਾਊ ਵੀ ਗoing ਟੂ ਡੂ ਇਟ ਜੇ ਨਾ ਦੇ ਕੁਐਸਚਨ ਨੇ ਸਪੈਸੀਫਿਕਲੀ ਜਿਹੜਾ ਹੁਣੇ ਡਿਸਕਸ਼ਨ ਹੋ ਕੇ ਅਟਿਆ ਪਿਛਲੇ 20 ਮਿੰਟਾਂ ਦੇ ਵਿੱਚ ਵੈਰੀ ਸਪੈਸੀਫਿਕ ਨੋ ਦਿਸ ਕਿ ਕੋਈ ਅਗਰੀਮੈਂਟ ਹੈ ਨਹੀਂ ਪੰਥ ਵਿੱਚ ਕੋਈ ਪ੍ਰੋਸੈਸ ਹੈ ਨਹੀਂ ਬਟ ਉਹਦੇ ਬਾਵਜੂਦ ਵੀ ਯੂ ਹੈਵ ਟੂ ਕਮ ਅਪ ਵਿਦ ਸਮਥਿੰਗ ਸੋ ਉਹਦੇ ਬਾਰੇ ਸਰਬਤ ਖਾਲਸੇ ਦੇ ਬਾਰੇ ਤੇ ਜਥੇਦਾਰਾਂ ਦੇ ਕ੍ਰਾਈਟੇਰੀਆਸ ਦੇ ਬਾਰੇ ਜੇ ਕਿਸੇ ਨੇ ਆ ਕੇ ਸਵਾਲ ਕਰਨੇ ਨੇ ਜਾਂ ਆਪਣੇ ਸੁਜੈਸ਼ਨਸ ਦੇਣੇ ਨੇ ਸਿੰਪਲ ਰੂਲ ਇਜ਼ ਦਿਸ ਕਿ ਤੁਸੀਂ ਇੱਥੇ ਆ ਜਾਓ ਇੱਥੇ ਆਪਾਂ ਲਾਈਨ ਲਾ ਲਈਏ ਆਪਾਂ ਵਾਦ ਵਿਵਾਦ ਦੀ ਥਾਂ ਪਹਿਲਾਂ ਸੁਣ ਲਈਏ ਕੁਝ ਕੁ ਸੱਜਣਾ ਨੂੰ ਮਿੱਤਰਾਂ ਨੂੰ ਜਿਨ੍ਹਾਂ ਨੇ ਗੱਲ ਕਰਨੀ ਆ ਰੂਲ ਇਜ਼ ਵੈਰੀ ਸਿੰਪਲ 30 ਸਕਿੰਡਸ ਟੂ 1 ਮਿੰਟ ਤੁਸੀਂ 30 ਸਕੰਡ ਤੋਂ ਲੈ ਕੇ 1 ਮਿੰਟ ਤੱਕ ਆਪਣੇ ਵਿਚਾਰ ਦੇ ਸਕਦੇ ਹੋ ਜੇ ਤੇ ਇੱਥੇ ਲਬਨੀਤ ਕੋਰ ਇਫ ਯੂ ਕੈਨ ਪਲੀਜ਼ ਹੈਲਪ ਇਨ ਰਾਈਟ ਆਲ ਦੋਸ ਡਾਊਨ ਤਾਂ ਕਿ ਅਸੀਂ ਇਹਨਾਂ ਨੂੰ ਵੀ ਡਾਕੂਮੈਂਟ ਕਰ ਸਕੀਏ ਸੋ ਅਗੇਨ ਫਲੋਰ ਇਜ਼ ਓਪਨ ਸਰਬਤ ਖਾਸ ਤੇ ਜਥੇਦਾਰਾਂ ਦੇ ਬਾਰੇ 30 ਸਕਿੰਡਸ ਟੂ 1 ਮਿੰਟ ਜੀਨੇ ਵੀ ਪੁੱਛਣਾ ਓਪਨ ਇਨਵੀਟੇਸ਼ਨ ਆ ਇੱਥੇ ਲਾਈਨ ਲਾ ਲਓ ਤੇ ਨੇੜੇ ਅਗਣਾ ਸ਼ੁਰੂ ਕਰ ਦੋ ਤੇ ਤਾਂ ਕਿ ਆਪਣਾ ਟਾਈਮ ਵੇਸ ਨਾ ਹੋਵੇ ਜੀ ਤੇ ਜੇ ਕੋਈ ਜ਼ਿਆਦਾ ਵਕਤ ਲਊਗਾ ਮੈਂ ਪਹਿਲਾਂ ਹੀ ਗੁਸਤਾਖੀ ਦੀ ਮਾਫੀ ਮੰਗ ਲਵਾਂ ਮੇਰਾ ਇੱਕ ਰੋਲ ਹੈ ਕਿ ਇੱਥੇ ਜਾ ਕੇ ਫਿਰ ਤੁਹਾਨੂੰ ਕਹਣਾ ਤੁਹਾਡਾ ਟਾਈਮ ਉੱਗ ਗਿਆ ਆਓ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਮੇਰਾ ਨਾਮ ਦਿਲਜੀਤ ਸਿੰਘ ਹੈ ਜੀ ਮੇਰਾ ਕੁਐਸਚਨ ਇਸ ਟੌਪਿਕ ਤੇ ਨਹੀਂ ਹੈ ਜਿਹੜਾ ਇਹ ਕੁਐਸਚਨ ਤੁਸੀਂ ਟੌਪਿਕ ਹੈ ਪਰ ਨਹੀਂ ਇਸ ਟੌਪਿਕ ਤੇ ਮੇਰਾ ਕੁਐਸਚਨ ਨਹੀਂ ਹੋਏਗਾ ਮੇਰਾ ਟੌਪਿਕ 1 ਮਿੰਟ ਭਾਜੀ ਮੇਰਾ ਕੁਐਸਚਨ ਜਿਹੜਾ ਹੈਗਾ ਹੈ ਪੂਰੇ ਹੋਲ ਪ੍ਰੋਸੈਸ ਦੇ ਉੱਤੇ ਹੈ ਜਿਹੜਾ ਹੋਲ ਤੁਸੀਂ ਪਹਿਲੇ ਦਿਨ ਏਜੰਡਾ ਸੈੱਟ ਕੀਤਾ ਸੀਗਾ ਉਸ ਏਜੰਡੇ ਦੇ ਉੱਤੇ ਆ ਜਿਹੜੀ ਤੇ ਕਾਨਫਰੰਸ ਹੋਈ ਸੀਗੀ ਉਹਦੇ ਉੱਤੇ ਇੱਕ ਮਿੰਟ ਲੈ ਲਓ ਹਾਂਜੀ ਮੇਰਾ ਕੁਐਸਚਨ ਹੈ ਸੋਵਰਨਿਟੀ ਦੇ ਇਸ਼ੂ ਦੇ ਉੱਤੇ ਕਿਉਂਕਿ ਜਿਹੜਾ ਪਹਿਲੇ ਦਿਨ ਇਹ ਵਰਲਡ ਸਿੱਕ ਕਾਨਫਰੰਸ ਹੋਈ ਸੀਗੀ ਉਹ ਸੋਵਰਨਿਟੀ ਇੱਕ ਇਸ਼ੂ ਸੀਗਾ ਪਰ ਜਿਹੜੀ ਕਿ ਹੁਣ ਵਰਲਡ ਸਿੱਕ ਕਾਨਫਰੰਸ ਸਿਰਫ ਸਰਬੱਤ ਖਾਲਸਾ ਦੇ ਉੱਤੇ ਸੰਕੀਰਨ ਹੋ ਕੇ ਰਹਿ ਗਈ ਹੈ ਤੇ ਉਹਦੇ ਵਿੱਚ ਜਿਹੜਾ ਸੋਵਰਨਿਟੀ ਦਾ ਇਸ਼ੂ ਹੈ ਉਹਨੂੰ ਟੋਟਲ ਡਿਨਾਈਲ ਕੀਤਾ ਗਿਆ ਔਰ ਆਈ ਥਿੰਕ ਇਟਸ ਅ ਡਿਲੀਬਰੇਟ ਅਟੈਂਪਟ ਤੇ ਇਟ ਇਟਸ ਟੋਟਲੀ ਨਾਟ ਡਿਨ Sare the sari radio world conference, it's working against sovereignty issue. and i'm not the only one who's feeling it. everyone here, i mean, 90% of public is feeling it. even your panelists are feeling it. some of your panelists are feeling it. so you're totally denying that and you're totally working against that, you know, totally talking about Jathedar, how to appoint Jathedar, how to appoint, sir, how to do Sarbat Khalsa, how to do World Parliament. There was the issue of sovereignty and World Parliament. So you basically, can you please come back to the point, you know, where we talk, where we started, you just talk about sovereignty a lot. No, no, I'm, I'm, I'm saying, so you have one from, minute. from the very first day, you, you have pointed you. some issues, okay. so please stick to the issues, please. Okay. Thank you. So, ਪਹਿਲੀ ਗੱਲ ਇਹ ਕਹਿਣਾ ਕਿ ਸਾਰੇ ਸਹਿਮਤ ਨਹੀਂ ਸਹਿਮਤ ਮੈਂ ਲੈਟ ਮੀ ਐਜ਼ ਅ ਫੈਸਿਲਿਟੇਟਰ ਐਂਡ ਅ ਓਰਗੇਨਾਈਜ਼ਰ ਰਿਸਪੌਂਡ ਟੂ ਥਿਸ ਇਟਸ ਵੈਰੀ ਇੰਪੋਰਟੈਂਟ ਕਿਵੇਂ ਫੈਸਿਲਿਟੇਟਰ ਨੇ ਜਾਂ ਓਰਗੇਨਾਈਜ਼ਰ ਨੇ ਆਪਣੇ ਓਪੀਨੀਅਨਸ ਦਿੱਤੇ ਨੇ ਅੱਜ ਦੀ ਵੀ ਤੁਸੀਂ ਸੁਣੀ ਹੋਣੀ ਗੱਲ ਕੁਝ ਹਰੇਕ ਬੰਦੇ ਨੂੰ ਆਪਣਾ ਹੱਕ ਆ ਕਿ ਆਪਣਾ ਓਪੀਨੀਅਨ ਦੇ ਸਕੇ ਨੋਬਾਡੀ ਇਜ਼ ਅੰਡਰਮਾਈਨਿੰਗ ਇਟ ਬਟ ਥੇਅਰ ਇਜ਼ ਅ ਵਾਇਰਿਟੀ ਆਫ ਐਕਸਪੀਰੀਅੰਸ ਇਹ ਗੱਲ ਸਮਝਣ ਦੀ ਲੋੜ ਆ ਤੁਸੀਂ ਹੁਣੇ ਲਾਸਟ ਟੂ ਵੀ ਜਿਹੜੀਆਂ ਪ੍ਰੈਜ਼ੈਂਟੇਸ਼ਨ ਸੁਣੀਆਂ ਉਹਦੇ ਵਿੱਚ ਵੀ ਇਹ ਕਲੀਅਰਲੀ ਸੁਣਿਆ ਕਿ ਇੱਕ opinion ਇੱਕ ਗਰੁੱਪ ਚੋਂ ਕੀ ਆ ਰਿਹਾ ਸੀਗਾ ਸੋ ਪੁਆਇੰਟ ਇਜ਼ ਆਰਗੇਨਾਈਜ਼ਰਸ ਵੱਲੋਂ ਕੋਈ ਕੰਡਮਨੇਸ਼ਨ ਨਹੀਂ ਹੋ ਰਹੀ ਕਿਸੇ ਵੀ ਗਲਤੀ ਇਹ ਸਾਨੂੰ ਸਹਿਨ ਸ਼ਕਤੀ ਬਣਾਉਣੇ ਪੈਣੀ ਆ ਸਾਰੀ ਗੱਲਾਂ ਸੁਣਣ ਦੀ ਸੋਵਰਿਨਿਟੀ ਦੀ ਪੂਰੀ ਗੱਲ ਹੋਈ ਆ ਉਹਦੇ ਪ੍ਰਿੰਸੀਪਲਸ ਦੀ ਵੀ ਗੱਲ ਹੋਈ ਆ ਉਹ ਪ੍ਰਿੰਸੀਪਲਸ ਦੀ ਇੰਪਲੀਮੈਂਟੇਸ਼ਨ ਤੇ ਬੜੀਆਂ ਰਾਵਾਂ ਨੇ 댓 ਸਵੇਰ ਸਾਨੂੰ ਥੋੜਾ ਜਿਹਾ ਸਹਿਨ ਸ਼ਕਤੀ ਨਾਲ ਸੁਣਨਾ ਪੈਣਾ ਇੱਕ ਓਪਨ ਕੁਸ਼ਨ ਐ ਇਸ ਤੋਂ ਬਾਅਦ ਵੀ ਆ ਬਟ ਇਸ ਕਰਕੇ ਇਸ ਪ੍ਰੋਸੈਸ ਬਾਰੇ ਹੀ ਹੁਣੇ ਗੱਲ ਹੋ ਰਹੀ ਸੀ ਤੁਸੀਂ ਧਿਆਨ ਨਾਲ ਇਨਸਟਰਕਸ਼ਨ ਸੁਣੀ ਨਹੀਂ ਬਟ ਵੀ ਵਿਲ ਕਮ ਬੈਕ ਟੂ ਇਟ ਹਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਵਿੱਚ ਇਸ ਸਮਾਪਤੀ ਕਰ ਦਿਆਂਗਾ ਤਾਂ ਮੇਰਾ ਇੱਕ ਸੁਜੈਸ਼ਨ ਹੈ ਕਿੰਤੂ ਪ੍ਰੰਤੂ ਕੋਈ ਨਹੀਂ ਕਿੰਤੂ ਪ੍ਰੰਤੂ ਇੱਥੇ ਲਾੜ ਨਹੀਂ ਸਜੈਸ਼ਨ ਮੇਰਾ ਇਹ ਹੈ ਕਿ ਸਾਰੇ ਜਥੇਦਾਰ ਦੇ ਨਾਮ ਅਸੀਂ ਸੁਣ ਲਏ ਆ ਉਹਨਾਂ ਵਿੱਚ ਸਜੈਸ਼ਨ ਮੇਰਾ ਇਹ ਹੈ ਕਿ ਜਥੇਦਾਰ ਉਹ ਹੋਣਾ ਚਾਹੀਦਾ ਕੱਲਾ ਪਿੱਛੇ ਸਿੰਘ ਲੱਗਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਲਾਉਂਦੇ ਆ ਨਾ ਉਹ ਸੋਢੀ ਨਹੀਂ ਲਾਉਂਦੇ ਪਿੱਛੇ ਨੰਬਰ 2 ਦੇ ਉੱਤੇ ਮੈਰਿਡ ਹੋਣੇ ਚਾਹੀਦੇ ਆ ਜੇ ਇੱਕ ਜਣਾ ਜਥੇਦਾਰ ਬਣਦਾ ਹੈ ਤਾਂ ਉਹਦੀ ਉਹ ਮੈਰਿਡ ਹੋਣਾ ਚਾਹੀਦਾ ਕਿ ਉਹਦੀ ਵਾਈਫ ਹੀ ਹੋਵੇ ਮੈਰਿਟਲੀ ਉਹਦੇ ਨਾਲ ਜਥੇਦਾਰ ਕਿਉਂ ਦੋ ਟੂ ਬਾਡੀਜ਼ ਐਂਡ ਵਨ ਸਪਿਰਟ ਹੁੰਦੀ ਹੈ ਤਾਂ ਇਸ ਕਰਕੇ ਉਹ ਮੈਰਿਡ ਹੋਣੀ ਚਾਹੀਦੀ ਐ ਇੱਕ ਗੋਤਨੀ ਲੱਗਣਾ ਚਾਹੀਦਾ ਕਿਉਂ ਉਹ ਫੇ ਖਾਲਸਾ ਖਾਲਸਾ ਮੀਨ ਪਿਓਰ ਫਿਓ ਪਿਓਰ ਨਹੀਂ ਰਹਿੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਨਾ ਚੇਂਜ ਕਰਿਓ ਫਿਰ ਸਾਰਾ ਟਿਕੜ ਜੂ ਤੁਹਾਡੀ ਆਵਾਜ਼ ਚਲੀ ਜਾਊ ਠੀਕ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਦੋ ਕੁਐਸਚਨਸ ਨੇ ਪਹਿਲਾ ਇਹ ਕਿ ਆਪਣੇ ਕੋਲ ਕਾਫੀ ਇੱਥੇ ਜਿਸ ਤਰ੍ਹਾਂ ਵਰਲਡ ਲੈਵਲ ਤੋਂ ਰਿਪਰੈਜ਼ੈਂਟੇਟਿਵਸ ਆਏ ਨੇ ਹਰ ਕਿਸੇ ਦਾ ਕਿਸੇ ਨਾ ਕਿਸੇ ਜਥੇਬੰਦੀ ਨਾਲ ਲਿੰਕ ਹੈਗਾ ਅਸੀਂ ਜਿਸ ਤਰ੍ਹਾਂ ਡਿਸਕਸ਼ਨ ਕਰ ਰਹੇ ਸੀ ਸਰਬਤ ਖਾਲਸਾ ਬਾਰੇ ਕਿ ਇਮੀਡੀਏਟ ਮੇਬੀ ਇਨ 1 ਮੰਥ অর 1 ਈਅਰ ਜਿੱਦੋਂ ਵੀ ਹੋਏਗਾ ਮੇਰਾ ਕੁਐਸਚਨ ਹੈ ਹਰ ਕਿਸੇ ਨੇ ਕੁਐਸਚਨ ਹੈ ਕਿ ਜਿਹੜੀ ਵੀ ਜਥੇਬੰਦੀ ਨਾਲ ਇਸ ਵਕਤ ਸੰਬੰਧ ਰੱਖਦੇ ਨੇ ਜਾਂ ਜਿੰਨੀ ਇਹਨਾਂ ਨੂੰ ਨੌਲੇਜ ਹੈਗੀ ਹੈ ਹੂ ਇਜ਼ ਐਕਟਿਵਲੀ ਪਲੈਨਿੰਗ ਐਟ ਦਾ ਮੂਮੈਂਟ ਫਾਰ ਦਾ ਨੈਕਸਟ ਸਰਬਤ ਖਾਲਸਾ ਜੇ ਤੁਹਾਡੇ ਕਿਸੇ ਚੋਂ ਵੀ ਕੋਈ ਕਰ ਰਿਹਾ ਹੈ ਤੋ ਸਾਨੂੰ ਜਰੂਰ ਦੱਸੋ ਕਿ ਅਸੀਂ ਐਕਟਿਵਲੀ ਕਰ ਰਹ ਤਾਂ ਕਿ ਦੂਸਰੀ ਵੀ ਉਹਦੇ ਨਾਲ ਕੋਆਰਡੀਨੇਸ਼ਨ ਇੱਥੇ ਹੀ ਕੁਛ ਨਾ ਕੁਛ ਸਟਾਰਟ ਕਰ ਸਕੀਏ ਦੂਸਰਾ ਆਈ ਡੋਨਟ نو ਇਟਸ ਅ ਕੁਐਸਚਨ অর ਸੁਜੈਸ਼ਨ ਅਸੀਂ ਸਰਬੱਤ ਖਾਲਸਾ ਦੀ ਤੇ ਜਥੇਦਾਰਾਂ ਦੀ ਗੱਲ ਕਰ ਰਹੇ ਹਾਂ ਕਿ ਸਾਨੂੰ ਇਹ ਵਿਚਾਰ ਕਰਨ ਦੇ ਲਈ ਵੀ ਅਸੀਂ ਕਿੰਨਾ ਨਾਲ ਵਿਚਾਰ ਕਰ ਰਹੇ ਹਾਂ ਉਹ ਪਬਲਿਕ ਉਹ ਸੰਗਤ ਗੁਰਸਿੱਖੀ ਨਾਲ ਕਿੰਨੀ ਜੁੜੀ ਹੋਈ ਆ ਸਿੱਖੀ ਨਾਲ ਕਿੰਨੀ ਜੁੜੀ ਹੋਈ ਆ ਆਪ ਉਹ ਸਿੱਖੀ ਦੇ ਕਿੰਨੇ ਕੁ ਮਹਨੇ ਮੰਨਦੀ ਐ ਤੇ ਉਹ ਇਸ ਵਕਤ ਐਕਟਿਵਲੀ ਸਰਬੱਤ ਖਾਲਸਾ ਦੇ ਲਈ ਆਪ ਵੀ ਇਨਵੋਲਵਮੈਂਟ ਉਹਨਾਂ ਨੇ ਪਿੱਛੇ ਕਰ ਰਹੇ ਨੇ ਜਾਂ ਕਦੀ ਡਿਸਕਸ਼ਨ ਚ ਕਰਦੇ ਪਏ ਨੇ ਬੁੱਕਸ ਪੜ੍ਹਦੇ ਪਏ ਨੇ ਕਿ ਉਹ ਸਿਰਫ ਸਿਰਫ ਇੱਥੇ ਆਪਣਾ ਇੱਕ ਕੌਂਟ੍ਰੋਵਰਸ਼ੀਅਲ ਪੁਆਇੰਟ ਦਾ ਇੱਕ ਕਿਉਂਕਿ ਮੈਨੂੰ ਪਤਾ ਕਿ ਕਈ ਮੈਨੂੰ ਵੀ ਕੱਲ ਤਾਂ ਫੋਨ ਆ ਰਹੇ ਨੇ ਕਈ ਸਿਰਫ ਮਜ਼ੇ ਲੈਣ ਆਏ ਨੇ ਸੋ ਸੋ ਜਸਟ ਟੂ ਫਿਨਿਸ਼ ਇਟ ਕਿ ਉਹ ਸੰਗਤ ਕਿਹੋ ਜੀ ਹੋਣੀ ਚਾਹੀਦੀ ਜਿਨ੍ਹਾਂ ਨਾਲ ਵਿਚਾਰ ਵੀ ਕਰਨੇ ਚਾਹੀਦੇ ਨੇ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਬੇਨਤੀ ਤਾਂ ਮੈਂ ਇਹ ਕਰਨੀ ਹੈ ਕਿ ਸਰਬਤ ਖਾਲਸਾ ਕਦੋਂ ਹੋਣਾ ਚਾਹੀਦਾ ਇਸ ਦੇ ਬਾਰੇ ਅੰਡਰਲਾਈਨ ਜਿਹੜਾ ਐਮਫਸਿਸ ਹੈ ਉਹ ਇਹ ਹੈ ਕਿ ਇਮੀਡੀਏਟਲੀ ਹੋਣਾ ਚਾਹੀਦਾ ਥਿਸ ਸ਼ੁਡ ਬੀ ਰਿਮੂਵਡ ਐਸੀ ਕੋਈ ਗੱਲ ਨਹੀਂ ਹੈ ਸਰਬਤ ਖਾਲਸਾ ਸਾਲ ਬਾਅਦ ਹੋਵੇ ਲੇਕਿਨ ਪਹਿਲਾਂ ਸਭ ਤੋਂ ਪਹਿਲਾਂ ਉਹ ਕੰਸਲਟੇਸ਼ਨ ਹੋਣੀ ਚਾਹੀਦਾ ਜਿਹੜਾ ਸਰਬਤ ਖਾਲਸਾ ਕਰਨ ਵਾਸਤੇ ਜ਼ਰੂਰੀ ਹੈ ਔਰ ਉਸ ਤੋਂ ਬਾਅਦ ਹੋਣਾ ਚਾਹੀਦਾ ਦੂਸਰੀ ਗੱਲ ਜੇਸ਼ੇਦਾਰਾਂ ਦੀ ਕਰਨੀ ਹੈ ਜੇਸ਼ੇਦਾਰ ਦੇ ਕੁਆਲੀਫਿਕੇਸ਼ਨ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਹੈ ਜੇਸ਼ੇਦਾਰ ਕੌਣ ਹੋਣੀ ਚਾਹੀਦੀ ਹੈ ਗੱਲਾਂ ਠੀਕ ਹੈ ਸਾਰੀਆਂ ਲੇਕਿਨ ਪਹਿਲਾਂ ਇਹ ਤਾਂ ਵਿਚਾਰ ਕਰ ਲਓ ਕਿ ਜੇਜ਼ਦਾਰ ਹੋਣਾ ਵੀ ਚਾਹੀਦਾ ਕਿਹੜੇ ਕਿਹੜੀ ਜਗ੍ਹਾ ਦੇ ਉੱਤੇ ਕਿਹੜੇ ਪੰਥ ਨੇ ਕਿਸ ਵੇਲੇ ਕਿਹੜੇ ਗ੍ਰੰਥ ਦੇ ਵਿੱਚ ਸੈਂਕਸ਼ਨ ਕੀਤਾ ਜੇਜ਼ਦਾਰ ਹੋਣ ਹੋਣ ਦੀ ਗੱਲ ਨੂੰ ਇਹ ਆਪਾਂ ਨੂੰ ਵਿਚਾਰਨਾ ਚਾਹੀਦਾ ਜੇ ਉਹ ਨਹੀਂ ਹੈਗਾ ਤਾਂ ਫਿਰ ਉਸ ਨੂੰ ਕੁਝ ਲੀਡਰ ਚਾਹੀਦਾ ਤੁਹਾਨੂੰ ਕੁਝ ਉਹ ਨਾ ਹੋਰ ਰੱਖ ਲਓ ਕੋਈ ਜ਼ਰੂਰ ਤੁਸੀਂ ਸਾਰੀਆਂ ਟਰੈਡੀਸ਼ਨਸ ਵਾਇਲੇਟ ਕਰਨੀਆਂ ਔਰ ਜੋ ਚੱਲੇ ਆ ਰਿਹਾ ਪਿਛਲੇ ਸਮਿਆਂ ਦੇ ਵਿੱਚ ਟਰੈਡੀਸ਼ਨ ਦੇ ਬਰਕਰਾਰ ਉਸ ਨੂੰ ਬਰਕਰਾਰ ਰੱਖਣਾ ਹੈ ਤੀਸਰੀ ਗੱਲ ਮੈਂ ਇਹ ਕਰਨੀ ਹੈ ਇਹ ਇੱਕ ਐਕਟੀਵਿਟੀ ਹੈ ਜਗਮੀਤ ਸਿੰਘ ਜਿਆਦਾ ਕਰਵਾ ਲੈਂਦੇ ਆ ਖੜੇ ਹੋ ਜਾਓ ਬੈਠ ਜਾਓ ਮੈਂ ਵੀ ਉਸ 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 ਸਲਸਿਲੇ ਦੇ ਵਿੱਚ ਮੈਂ ਇੱਕ ਐਕਟੀਵਿਟੀ ਕਰਨਾ ਚਾਹਣਾ ਜੇ ਸਾਰੀ ਸੰਗਤ ਨੂੰ ਮਨਜ਼ੂਰ ਹੋਵੇ ਤਾਂ ਐਕਟੀਵਿਟੀ ਇਹ ਹੈ ਕਿ ਤਿੰਨ ਆਦਮੀ ਇੱਥੇ ਬੈਠੇ ਜਿਨ੍ਹਾਂ ਨੇ ਇਹ ਪਿਛਲਾ ਜਿਹੜਾ ਜਿਹਨੂੰ ਸਰਬੱਤ ਖਾਲਸਾ ਕਹਿੰਦੇ ਹਨ ਚੱਬੇ ਪਿੰਡ ਦੇ ਵਿੱਚ اٹੈਂਡ ਕੀਤਾ ਹੈ ਇਹਨਾਂ ਦੇ ਵਿੱਚੋਂ ਦੋ ਆਦਮੀ ਚਲੇ ਜਾਣ ਬਾਹਰ ਜਿੱਥੇ ਕੋਈ ਸੁਣ ਨਾ ਸਕੇ ਆ ਜਿਹੜੀਆਂ ਗੱਲਾਂ ਹੋੜੀਆਂ ਸੁਣ ਨਾ ਸਕਣ ਇੱਕ ਇੱਕ ਕਰਕੇ ਇਹ ਤਿੰਨੇ ਸਾਨੂੰ ਦੱਸਣ ਕਿ ਉੱਥੇ ਕੀ ਹੋਇਆ ਤੇ ਜੋ ਅੱਜ ਅਸੀਂ ਮਿਆਰ ਨiyet ਕਰ ਰਹੇ ਆ ਉਹਨਾਂ ਦੇ ਉਹ ਕਿਸ ਤਰ੍ਹਾਂ ਨਾਲ ਫਾਲੋ ਕੀਤੇ ਗਏ ਕਿਉਂਕਿ ਬਾਰ ਬਾਰ ਖਾਸ ਤੌਰ ਤੇ ਸਰ ਰੇਸ਼ਮ ਸਿੰਘ ਇਹੀ ਗੱਲ ਕਰਦੇ ਨੇ ਕਿ ਜੀ ਉੱਥੇ ਫਲਾਨਾ ਨਹੀਂ ਆਇਆ ਉਸ ਨੇ ਬਹਾਨਾ ਬਣਾ ਲਿਆ ਫਲਾਨੇ ਦਾ ਫਲਾਨਾ ਹੋਇਆ ਇਸ ਤਰ੍ਹਾਂ ਦੇ ਮਿਹਣ ਮਾਰਨ ਨਾਲ ਕੋਈ ਗੱਲ ਨਹੀਂ ਬਣਨੀ lettes examine let us clarify ਕਿ ਹੋਇਆ ਕੀ ਆ ਤੇ ਕਿਉਂ ਹੋਇਆ ਤੇ ਕਿਸ ਤਰ੍ਹਾਂ ਕਿਉਂ ਕੰਸੈਂਸਸ ਨਹੀਂ ਹੋਇਆ ਤੇ ਕੰਸੈਂਸਸ ਹੋਇਆ ਤਾਂ ਕੀ ਕੰਸੈਂਸਸ ਹੋਇਆ ਕਿਹਦਾ ਕੰਸੈਂਸਸ ਹੋਇਆ ਔਰ ਜਿਹੜੇ ਮਤੇ ਪਾਸ ਕੀਤੇ ਗਏ ਕਿਹਦੇ ਮਤੇ ਸੀਗੇ ਕਿ ਉਹੀ ਮਤੇ ਸੀ ਜਿਹੜੇ ਕੰਸੈਂਸਸ ਹੋਇਆ ਸੀ ਇਹ ਸਾਰੀਆਂ ਗੱਲਾਂ ਕਰਨ ਵਾਲੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਸ ਕੀ ਲਵਨੀਤ ਕੌਰ ਪਲੀਜ਼ ਕੀਪ ਨੋਟਿੰਗ ਆਲ ਆਫ ਦਮ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਆਪਣੇ ਸਰਬਤ ਖਾਲਸਾ ਬਾਰੇ ਜਿਹੜੀ ਇੱਕ ਮੇਰੀ ਪਰਸਨਲ رائے ਆ ਥੋੜੀ ਇੱਕ ਕੋਸ਼ਿਸ਼ ਸੱਜਣਾਂ ਨਾਲ ਇੱਥੇ ਹੋਈ ਵੀ ਆ ਜਿਹੜੀ ਜਦੋਂ ਆਪਾਂ ਕਹਿੰਦੇ ਜਥੇਬੰਦੀਆਂ ਆ ਕੇ ਆਪਣੀ رائے ਦੇਣ ਵੀ ਜਥੇਬੰਦੀਆਂ ਜਦੋਂ ਅਸੀਂ ਸੱਦ ਕੇ ਉਹਨਾਂ ਨੂੰ ਨਾਮਿਨੇਟ ਕਰਦੇ ਵੀ ਕੋਈ 200 ਜਾਂ 300 ਜਥੇਬੰਦੀਆਂ ਸਿੱਖ ਕੌਮ ਵਿੱਚ ਸਾਡੀ ਕੰਸੈਂਸਸ ਨਾ ਬਣਨ ਦਾ ਸਭ ਤੋਂ ਪਹਿਲਾ ਕਾਰਨ ਇਹ ਮੁੰਡੀ ਇਹ ਹੈ ਵੀ ਜਥੇਬੰਦੀਆਂ ਆਉਂਦੀਆਂ ਆ ਉਹ ਆਪਣੀਆਂ ਰਹਿਤ ਮਰਿਆਦਾਵਾਂ ਨਾਲ ਹੀ ਲੈ ਕੇ ਆਉਂਦੀਆਂ ਆ ਜਿੰਨੀ ਦੇਰ ਤੱਕ ਅਸੀਂ ਜਥੇਬੰਦੀਆਂ ਨੂੰ ਸੱਦ ਕੇ ਸਰਬੱਤ ਖਾਲਸਾ ਦਾ ਇੱਕ ਓਪਨ ਡਿਸਕਸ਼ਨ ਜਾਂ ਇੱਕ ਓਪਨ ਕੋਸ਼ ਵੀ ਇੱਕ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਆ ਮੇਰੇ ਹਿਸਾਬ ਨਾਲ ਉਹ ਪੋਸੀਬਲ ਨਹੀਂਗਾ ਇਸ ਕਰਕੇ ਜਥੇਬੰਦੀਆਂ ਜਾਂ ਆਪਾਂ ਐਗਜ਼ੈਂਪਲ ਲੈ ਲਏ ਨੇ ਮਿਸਲਾਂ ਦੀ ਮਿਸਲਾਂ ਦੇ ਵਿੱਚ ਕੋਈ ਇਹੋ ਜਿਹਾ ਵਖਰੀਵੇਂ ਨਹੀਂ ਸੀ ਜਿੰਨੇ ਅੱਜ ਕੱਲ ਜਥੇਬੰਦੀਆਂ ਜਾਏ ਹੋਏ ਆ ਜਥੇਬੰਦੀਆਂ ਤੋਂ ਦੂਸਰੀ ਜਥੇਬੰਦੀ ਨਾਲ ਕੋਈ ਬਹਿਣ ਨੂੰ ਹੀ ਰਾਜ਼ੀ ਨਹੀਂਗੀ ਪਹਿਲਾਂ ਤੋਂ ਉਹ ਕਹਿੰਦੇ ਵੀ ਇਹਨੂੰ ਤਾਂ ਅਸੀਂ ਲੈਣਾ ਹੀ ਨਹੀਂਗਾ ਉਥੇ ਕਾਮਨ ਕੰਸੈਂਸਸ ਹੋਣਾ ਨਾ ਮੁਮਕਨ ਵਾਲੀ ਗੱਲ ਹੀ ਆ ਇਸ ਕਰਕੇ ਜਥੇਬੰਦੀਆਂ ਦੀ ਜਗ੍ਹਾ ਇੱਕ ਕਾਮਨ ਸਿੱਖ ਨੂੰ ਕਾਲ ਕੀਤਾ ਜਾਵੇ ਜਿਹੜਾ ਵੀ ਕਾਮਨ ਸਿੱਖ ਗੁਰੂ ਗ੍ਰੰਥ ਸਾਹਿਬ 'ਚ ਯਕੀਨ ਰੱਖਦਾ ਉਹ ਆ ਕੇ ਆਪਣੇ ਵਿਚਾਰ ਦਵੇ ਇਹ ਕ੍ਰਾਈਟੇਰੀਆ ਮੇਰੇ ਹਿਸਾਬ ਨਾਲ ਸਭ ਤੋਂ ਬੈਟਰ ਰਹੂਗਾ ਤੇ ਨਾਲੇ ਕੰਸੈਂਸਸ ਉੱਤੇ ਬਹੁਤ ਛੇਤੀ ਬਣੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਹਿਲਾ ਕੁਐਸਚਨ ਹੈਗਾ ਆਰਗੇਨਾਈਜ਼ਰ ਨੂੰ ਕਿ ਜੇ ਵਾ ਅਸੀਂ ਕਹਿ ਰਹੇ ਹਾਂ ਸਰਬੱਤ ਖਾਲਸਾ ਕਰਨਾ ਆ ਉਦੇ ਰਿਗਾਰਡਿੰਗ ਇੱਥੇ ਸਾਨੂੰ ਫ੍ਰੀडम ਆਫ ਵਾਇਸ ਆ ਸਭ ਨੂੰ ਹੀ ਬਟ ਅਸੀਂ ਜਾਣਦੇ ਆ ਕਿ ਇਨ ਇੰਡੀਆ ਜੇ ਕੋਈ ਵਾਇਸ ਚੁੱਕਦਾ ਆ ਉਹਨਾਂ ਨਾਲ denn ਜੇਲ੍ਹ ਛੱਡ ਦਿੰਦੇ ਆ ਔਰ ਦੂਸਰਾ ਕੀ ਸਾਡੇ ਕੋਲ ਇੰਨੇ ਵੋਲੰਟੀਅਰਸ ਹੈਗੇ ਨੇ ਕਿ ਅਸੀਂ ਪਿੰਡ-ਪਿੰਡ ਜਾ ਕੇ ਇਸ ਚੀਜ਼ ਦਾ ਪ੍ਰਚਾਰ ਕਰ ਸਕੀਏ ਕਿ ਸਵਤੰਤਰ ਖਾਲਸਾ ਹੋਣਾ ਆ ਸਾਰੇ ਆਪਣੇ ਥੀਸ ਦੇਣ ਕਿਉਂਕਿ ਇੱਥੇ ਅਸੀਂ ਬਹੁਤ ਘੱਟ ਮੇਬੀ 100 ਔਰ 200 ਬਟ ਸਾਡੀ ਮੋਸਟਲੀ ਮੈਜੋਰਟੀ ਜਿਹੜੀ ਆ ਪੰਜਾਬ ਦੇ ਵਿੱਚ ਆ ਤੇ ਅਸੀਂ ਸਵਤੰਤਰ ਖਾਲਸਾ ਵੀ ਉੱਥੇ ਹੀ ਹੋਣਾ ਆ ਸਾਰੇ ਜਾਣਦੇ ਆ ਕਿ ਸਾਡੇ ਕੋਲ ਐਸੇ ਪਲੈਨਿੰਗਸ ਹੈਗੀਆਂ ਆ ਕਿ ਅਸੀਂ ਉੱਥੇ ਪਿੰਡ- ਐਂਡ ਸੈਕੰਡ ਡੇ ਅਜ ਸਬਤ ਖਾਲਸਾ ਹੋਇਆ ਸੀਗਾ ਪਹਿਲਾਂ ਉਹਦੇ ਵਿੱਚ ਜਿਹੜੇ ਵੀ ਇਸ਼ੂਸ ਸੀਗੇ ਜੋ ਉਹਨਾਂ ਪਲੈਨਿੰਗ ਕੀਤੀਆਂ ਸੀਗੀਆਂ ਉਹ ਹੋ ਗਿਆ ਕਾਫੀ ਸੰਗਤ ਵੀ ਆਈ ਉਸ ਤੋਂ ਬਾਅਦ ਜਿਹੜੇ ਉੱਥੇ ਜਥੇਦਾਰ ਅਪੁਆਇੰਟ ਕੀਤੇ ਸੀਗੇ ਉਹ ਰੈਸਟ ਹੋਇਆ ਇਸ ਕਾਨਫਰੈਂਸ ਦਾ ਫਰਸਟ ਡੇ ਆ ਬਟ ਮੈਂ ਚਾਹਨਾ ਹੈ ਕਿ ਉਹਦੇ ਬਾਰੇ ਥੋੜਾ ਡਿਸਕਸ਼ਨ ਹੋਏ ਕਿ ਜਿਹੜੇ ਸੋਇਆ ਉਹਨਾਂ ਬਾਰੇ ਕੀ ਕਰਨਾ ਹੈ ਕਿ ਅਸੀਂ ਸਭ ਕੁਝ ਭੁੱਲ ਕੇ ਅੱਗੇ ਚੱਲਣਾ ਹੈ ਕਿ ਉਹਨਾਂ ਦਾ ਵੀ ਕੁਝ ਹੈਲਪ ਕਰਨੀ ਹੈ ਉਹਨਾਂ ਦੀ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਜੀ ਗੱਲ ਹੈ ਕਿ ਜਥੇਦਾਰ ਹੋਣਾ ਚਾਹੀਦਾ ਕਿ ਨਹੀਂ ਜੋ ਜਥੇਦਾਰਾਂ ਨੇ ਪ੍ਰਬੰਧ ਸਿਰਜਿਆ ਜਾਂ ਪ੍ਰਬੰਧ ਨੂੰ ਨੇ ਨਹੀਂ ਚਲਾਇਆ ਪਿਛਲੇ ਕੁਝ ਦਹਾਕਿਆਂ ਤੋਂ ਉਹਦੇ ਕਰਕੇ ਪੰਥ ਦੇ ਵਿੱਚ ਇੱਕ ਨਵੀਂ ਗੱਲ ਸ਼ੁਰੂ ਹੋ ਗਈ ਹੈ ਕਿ ਜਥੇਦਾਰ ਹੋਣਾ ਚਾਹੀਦਾ ਜਾਂ ਪਰ ਨਹੀਂ ਪਰ ਇਤਿਹਾਸ ਦੇ ਵਿੱਚ ਹੈ ਸੋ ਮੈਂ ਇਸੇ ਗੱਲ ਨੂੰ ਸਪਸ਼ਟ ਕਰਨ ਦੇ ਲਈ ਪੰਥ ਪ੍ਰਕਾਸ਼ ਦੇ ਵਿੱਚ ਉਹ ਸਾਂਝਾ ਕਰ ਰਿਹਾ ਕਾਮ ਪਰਤਥਾ ਜੋ ਕੁਛ ਕਬਹੀ ਕਰਤ ਗੁਰਮਤਾ ਮਿਲ ਕਰ ਸਭ ਹੀ ਜਥੇਦਾਰ ਜੋ ਕਹਿ ਜਥੇਦਾਰ ਜੋ ਕੁਝ ਕਹਿ ਦਿੰਦਾ ਸੋਈ ਪੰਥ ਮਾਨ ਸਭ ਲੇਤਾ ਜੋ ਜਥੇਦਾਰੀ ਦਾ ਪ੍ਰਬੰਧ ਆ ਉਹ ਸਾਡੇ ਪੰਥ ਦੇ ਵਿੱਚ ਹੈ ਇਹ ਚੀਜ਼ ਤੋਂ ਸਾਨੂੰ ਨਹੀਂ ਮੁਕਰਨਾ ਚਾਹੀਦਾ ਪਰ ਜਥੇਦਾਰੀ ਦਾ ਪ੍ਰਬੰਧ ਹੁਣ ਮੌਜੂਦਾ ਹਾਲਾਤਾਂ ਦੇ ਵਿੱਚ ਕਿਵੇਂ ਹੋਣਾ ਚਾਹੀਦਾ ਇਹ ਤੇ ਸਾਨੂੰ ਧਿਆਨ ਦੇਣਾ ਚਾਹੀਦਾ ਪਰ ਉਤੋਂ ਸਾਨੂੰ ਭੱਜਣਾ ਨਹੀਂ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਥੇ ਥੋੜੀ ਢਿੱਲੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫੇਰ ਇਹੋ ਗੱਲ ਕਹਾਂ ਕਿ ਘਟੋ ਘਟ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇੰਨੇ ਵਿਰੋਧੀ ਵਿਚਾਰ ਹੋਣ ਦੇ ਬਾਵਜੂਦ ਵੀ ਅਸੀਂ ਇਕੱਠੇ ਬੈਠ ਕੇ ਗੱਲਬਾਤ ਕਰ ਰਹੇ ਹਾਂ ਇੱਕ ਚੀਜ਼ ਜਿਹੜੀ ਮੈਂ ਮਹਿਸੂਸ ਕਰ ਰਿਹਾ ਪਿਛਲੇ 3 ਦਿਨ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਪਿਛਲੇ 30-32 ਸਾਲਾਂ ਚ ਸਿੱਖ ਕੌਮ ਨੇ ਸੰਘਰਸ਼ ਲੜਿਆ ਹੈ ਉਹ ਬਿਲਕੁਲ ਮੂਰਖਤਾ ਸੀ ਬੇਮਾਨਾ ਸੀ ਤੇ ਨਵੇਂ ਰਾਹ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਅੱਜ ਸਰਕਾਰਾਂ ਏਜੰਸੀਆਂ ਕਹਿ ਰਹੀਆਂ ਨੇ ਕਿ ਸਾਨੂੰ ਪਿਛਲਾ ਭੁੱਲ ਜਾਣਾ ਚਾਹੀਦਾ ਅੱਜ ਤੋਂ ਨਵੇਂ ਸਿਰੇ ਤੋਂ ਸਾਨੂੰ ਗੱਲ ਸ਼ੁਰੂ ਕਰਨੀ ਚਾਹੀਦੀ ਹੈ ਦੂਜੀ ਗੱਲ ਮੈਂ ਇਹ ਕਹਿਣੀ ਚਾਹਨਾ ਕਿ ਜਦੋਂ ਅਸੀਂ ਕੋਈ ਵੀ ਪ੍ਰੋਗਰਾਮ ਪਹਿਲੀ ਵਾਰੀ ਕਰਦੇ ਆ ਉਹਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਹੁੰਦੀਆਂ ਹਨ ਉਹ ਉਹਦੇ باوجود ਵੀ ਮੈਂ ਪ੍ਰਬੰਧਕਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਉਹ ਜਿਵੇਂ ਵੀ ਹੈ ਇਹਨੂੰ ਖਿੱਚ ਧੂਕੇ ਅਖੀਰ ਤੱਕ ਲਿਆਏ ਨੇ ਸੋ ਬ ਗੱਲ ਜਿਹੜੀ ਮੈਂ ਮੈਨ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਅਸੀਂ ਅੱਜ ਹਰ ਸਿਸਟਮ ਜਿਹੜਾ ਪਿਛਲੇ ਸਾਡਾ 350 ਸਾਲ ਤੋਂ ਕੰਮ ਕਰ ਰਿਹਾ ਹੈ ਉਹਦੇ ਤੇ ਅਸੀਂ ਕਿੰਤੂ ਕਰਨ ਤੇ ਤੁਰੇ ਹੋਏ ਆਂ ਪਰ ਅੱਜ ਦੇ ਹਾਲਾਤ ਦੇ ਉੱਤੇ ਗੱਲ ਕਰਨ ਨੂੰ ਅਸੀਂ ਤਿਆਰ ਨਹੀਂ ਵੀ ਅੱਜ ਸਾਡੇ ਹਾਲਾਤ ਕੀ ਨੇ ਅੱਜ ਪਿਛਲੇ 30 35 ਸਾਲਾਂ ਚ ਕੌਮ ਨਾਲ ਕੀ ਹੋਇਆ ਤੇ ਉਹਦਾ ਸੋਲੂਸ਼ਨ ਕੀ ਹੋ ਸਕਦਾ ਅਸੀਂ ਪੰਜ ਪਿਆਰਿਆਂ ਨੂੰ ਡਿਫਾਈਨ ਕਰਨ ਤੇ ਲੱਗੇ ਹੋਏ ਆਂ ਜਿਹੜਾ ਗੁਰੂ ਸਾਹਿਬ ਨੇ ਅਲਰੇ ਡਿਫਾਈਨ ਕੀਤਾ ਹੋਇਆ ਅਸੀਂ ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਜਦੋਂ ਮੀਰੀ ਪੀਰੀ ਸਿਧਾਂਤ ਅਸੀਂ ਗੱਲ ਕਰਦੇ ਆਂ ਤਾਂ ਫਿਰ ਐਡੇ ਇਸ਼ੂ ਵਾਰ-ਵਾਰ ਕਿਉਂ ਆਉਂਦੇ ਆ ਕਿ ਉੱਥੇ ਜਥੇਦਾਰ ਕਿਹੋ ਜਿਹਾ ਹੋਣਾ ਚਾਹੀਦਾ ਜਿਹੜਾ ਮੀਰੀ ਤੇ ਪੀਰੀ ਨੂੰ ਮੰਨਦਾ ਜਿਹਦੇ ਚ ਕੈਰੇਕਟਰ ਚ ਉਹ ਚੀਜ਼ ਗੱਲ ਹੈਗੀ ਆ ਉਹ ਆਪੇ ਜਥੇਦਾਰ ਹੈ ਬਹੁਤ ਵਧੀਆ ਗੱਲ ਹੈ ਕਿ ਅਸੀਂ ਇਹਨਾਂ ਨੂੰ ਲਿਮਟ ਕਰਨੇ ਚਾਹੀਏ ਮੈਨੂੰ ਇੱਕ ਮਿੰਟ ਦੇ ਦਿਓ ਇੱਕ ਲੈ ਲਓ ਹਾਂਜੀ ਤੇ ਬਾਕੀ ਗੱਲ ਹੈਗੀ ਹੈ ਕਿ ਅਸੀਂ ਬਾਰ-ਬਾਰ ਉਹਨਾਂ ਗੱਲਾਂ ਨੂੰ ਨਾ ਕਮਾਈਏ ਮੈਂ ਭਾਈ ਗੁਰਤੇਜ ਸਿੰਘ ਜੀ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਆ ਜਿੰਨੀਆਂ ਜਥੇਬੰਦੀਆਂ ਜਿੱਥੇ ਬੈਠੀਆਂ ਨੇ ਸਾਰਿਆਂ ਦੇ ਵੱਖਰੇ-ਵੱਖਰੇ ਥਿਊ ਨੇ ਕਿਸੇ ਵੀ ਗੱਲ ਲਈ ਤੁਸੀਂ ਕਰਦੇ ਹੋ ਕਿ ਮੈਂ ਕਰਦਾ ਹਾਂ ਭਾਈ ਹਰਿੰਦਰ ਸਿੰਘ ਕਰਦੇ ਆ ਇਹ ਏਡੀਆਂ ਛਿੱਤੀ ਮਸਲੇ ਹੱਲ ਹੋਣ ਵਾਲੇ ਨੇ ਮੈਂ ਆਹ ਸਾਰੀ ਸੰਗਤ ਦੇ ਵਿੱਚ ਇਹਨੂੰ ਗੁਰੂ ਰੂਪ ਜਾਣ ਕੇ ਕਹਿਣਾ ਕਿ ਸਰਬੱਤ ਖਾਲਸੇ ਦੇ ਵਿੱਚ ਜੋ ਕੁਝ ਹੋਇਆ ਭਾਈ ਜਗਤਵਿੰਦਰ ਸਿੰਘ ਬੈਠੇ ਆ ਮੈਂ ਖੜਾ ਇੱਥੇ ਤੁਹਾਡੇ ਸਾਹਮਣੇ ਭਾਈ ਹਰਿੰਦਰ ਸਿੰਘ ਖੜੇ ਆ ਹੋਰ ਵੀ ਸਿੰਘ ਹੋਣਗੇ ਜਿਹੜੇ ਉੱਥੇ ਹਾਜ਼ਰ ਸੀ ਭਾਈ ਅਈਸ਼ਰ ਸਿੰਘ ਜੀ ਇਹ ਜਦੋਂ ਮਰਜੀ ਜਿੱਥੇ ਮਰਜੀ ਇਸ ਗੱਲ ਤੇ ਆਪਾਂ ਗੱਲ ਕਰ ਸਕਦੇ ਆ ਇਸ ਇਸ ਕਰਕੇ ਨਹੀਂ ਕਿ ਅਸੀਂ ਕਿਸੇ ਨੂੰ ਨੀਮਾ ਦਿਖਾਉਣਾ ਇਸ ਕਰਕੇ ਕਿ ਉਹਦੇ ਵਿੱਚ ਕੀ ਚੰਗਾ ਹੋਇਆ ਤੇ ਕੀ ਮਾੜਾ ਹੋਇਆ ਇਸ ਗੱਲ 'ਈ ਅਸੀਂ ਗੱਲ ਕਰਨ ਤਿਆਰ ਆਂ ਇਹ ਅਸੀਂ ਇਹ ਦਿਖਾਉਣਾ ਹੈ ਕਿ ਉਹ ਫਲਾਣੇ ਨੂੰ ਮੋਰੇ ਕਿਉਂ ਬਿਠਾਤਾ ਹੈ ਫਲਾਣਾ ਪਿੱਛੇ ਕਿਉਂ ਬੈਠਾ ਸੀ ਇਹ ਕੋਈ ਇਸ਼ੂ ਨਹੀਂ ਹੈਗਾ ਜਿਹੜੇ ਬੰਦੇ ਨੇ ਅੱਗੇ ਹੋ ਕੇ ਲੀਡ ਲਈ ਆ ਉਹਨਾਂ ਨੇ ਉਹ ਗੱਲ ਨੂੰ ਆਪਣੀ ਸਮਝ ਮੁਤਾਬਕ ਆਪਣੇ ਸੋਰਸਸ ਮੁਤਾਬਕ ਵਧੀਆ ਤਰੀਕੇ ਨਾਲ ਸਿਰੇ ਚੜਾਇਆ ਇਹ ਕਿਸੇ ਨੂੰ ਕੋਈ ਕੰਤੂ ਪ੍ਰੰਤੂ ਹੈਗਾ ਉਹਦਾ ਜਵਾਬ ਦੇਣ ਦੇ ਇਸਤਿਹਾਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਬਤਾ ਟਾਈਮ ਇਨੇ ਲਵਾਗਾ ਆ ਮੈਂ ਸਭ ਤੋਂ ਪਹਿਲਾਂ ਜੋ ਸਾਡੇ ਵੀਰ ਪ੍ਰਬੰਧਕ ਹਨ ਇਹ ਪ੍ਰੋਗਰਾਮ ਆਰਗੇਨਾਈਜ਼ ਕਰਨ ਵਾਲੇ ਉਹਨਾਂ ਨੂੰ ਵਧਾਈ ਦਿੰਦਾ ਹਾਂ ਕਿਉਂਕਿ ਮੇਰਾ ਖਿਆਲ ਇਹਨਾਂ ਨੇ ਵੀ ਪਹਿਲੀ ਵਾਰੀ ਇਹੋ ਜਿਹੀ ਕਾਨਫਰੰਸ ਕੀਤੀ ਹੈ ਇਹਦੇ ਵਿੱਚ ਬਹੁਤ ਕਮੀਆਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਹਨ ਪਰ ਉਦੋਂ ਮੈਂ ਸੋਚਦਾ ਜੋ ਕੀਤਾ ਹੈ ਉਹ ਵੱਡਾ ਹੈ ਇਹਨਾਂ ਵੱਲੋਂ ਸੋ ਇਹ ਚੱਲਦੇ ਰਹਿਣ ਚਾਹੀਦੇ ਨੇ ਟੌਪਿਕ ਦੇ ਉੱਤੇ ਮੈਂ ਆਵਾਂਗਾ ਭਾਈ ਸਾਹਿਬ ਜੋ ਜਥੇਦਾਰ ਸਾਹਿਬਾ ਸਾਡੇ ਕਿਸੇ ਵੀ ਕੌਮ ਦੇ ਵਿੱਚ ਤੁਹਾਨੂੰ ਕੁਝ ਨਾ ਕੁਝ ਢਾਂਚਾ ਨਿਸ਼ਚਿਤ ਕਰਨਾ ਹੀ ਪੈਂਦਾ ਹੈ ਚਾਹੇ ਜਸਤੇਦਰ ਪਹਿਲਾਂ ਸੀਗੇ ਜਾਂ ਨਹੀਂ ਸੀ ਹੁਣ ਮੌਜੂਦਾ ਸਮੇਂ ਵਿੱਚ ਸਾਡੇ ਕੋਲ ਹੈ ਪਰ ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਨੇ ਛੋੜਨਾ ਹੈ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਜੋ ਸਾਡੇ ਕੌਮੀ ਇਸ਼ੂ ਹਨ ਉਹਨਾਂ ਤੇ ਤੇ ਖੜੇ ਕਰਨਾ ਹੈ ਇਹ ਸਾਡਾ ਫੋਕਸ ਹੋਣਾ ਚਾਹੀਦਾ ਹੈ ਜੋ ਉਹਨਾਂ ਦੇ ਹਸਤੀ ਨੂੰ ਕੰਡੈਮ ਕਰਦੇ ਹਨ ਐਮ ਐਸ ਉਹਦਾ ਭਾਵੇਂ ਉਹਨਾਂ ਅੰਦਰ ਸ਼ੰਕੇ ਹਨ ਪਰ ਮੈਸ ਉਹਦਾ ਇਹ ਹਸਤੀ ਨੂੰ ਸਾਨੂੰ ਰੱਖ ਲੈਣਾ ਚਾਹੀਦਾ ਹੈ ਜੋ ਸਾਡੇ ਵੀਰ ਜੀ ਨੇ ਨੌਜਵਾਨ ਹਨ ਉਹਨਾਂ ਦੀ ਕੁਆਲੀਫਿਕੇਸ਼ਨ ਦਿੱਤੀ ਹੈ ਐਮ ਐਸ ਉਹਦਾ ਪਹਿਲਾਂ ਵੀ ਇਹੋ ਜਿਹੇ ਹੀ ਹਨ ਇਹ ਜ਼ਰੂਰ ਤਕਰੀਮ ਰੈਲੇਵਟ ਹਨ ਜੋ ਸਾਨੂੰ ਚਾਹੀਦੇ ਹਨ ਸੋ ਸਰਬਤ ਖਾਲਸਾ ਜੋ ਭਾਈ ਰੇਸਨ ਸਿੰਘ ਹੁਣਾਂ ਨੇ ਕੀਤਾ ਹੈ ਗੱਲ ਕਰ ਰਹੇ ਅਕਾਲੀ ਦਾਮ ਅਨਸਰ ਦੀ ਸੋ ਚਲੋ ਆਪਾਂ ਫੋਰਗੇਟ ਕਰਦੇ ਹਾਂ ਜੋ ਅੱਗੇ ਆਲਾ ਉਹਦੇ ਲਈ ਸਾਰੀਆਂ ਤਿਆਰੀਆਂ ਹੋ ਰਹੀਆਂ ਹਨ ਸੋ ਜੋ ਚਾਹੇ ਅਪ੍ਰੈਲ ਦੇ ਵਿੱਚ ਮੈਂ ਸੋਚਦਾ ਵੀ ਨਹੀਂ ਹੋਵੇਗਾ ਕਿਉਂਕਿ ਸਾਡੇ ਕੋਲ ਮੌਜੂਦਾ ਪ੍ਰਬੰਧ ਨਹੀਂ ਹੋਏ ਐ ਹੁਣ ਸਮੇਂ ਤੱਕ ਸੋ ਜੋ ਹੋਵੇਗਾ ਉਦਲੇ ਹੁਣ ਤੋਂ ਹੀ ਅਸੀਂ ਇਹ ਤਿਆਰੀਆਂ ਆਰੰਭ ਲਈਏ ਮੈਂ ਸੋਚਦਾ ਇਹ ਪਹਿਲਾ ਉਦਮ ਰੱਖ ਲੋ ਸੋ ਚਲੋ ਠੀਕ ਆ ਭਾਈ ਸਾਹਿਬ ਇੱਥੇ ਸਮਾਪਤੀ ਹੈ ਮੇਨ ਇਸ਼ੂ ਇਹੀ ਹੈ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹੁਣੇ ਰੀਸੈਂਟਲੀ ਡਿਸਕਸ ਕੀਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸੋਵਰਨਿਟੀ ਤੇ ਇਹ ਡਿਸਕਸ ਹੋਇਆ ਹੈ ਕਿ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ ਉਹ ਪਿਓਰਲੀ ਰਿਲੀਜੀਅਸ ਹੋਣਾ ਚਾਹੀਦਾ ਹੈ ਜਿਹੜਾ ਕਿ ਬਿਲਕੁਲ ਠੀਕ ਨਹੀਂ ਹੈ ਜਥੇਦਾਰ ਇਨਾ ਕੰਪੀਟੈਂਟ ਹੋਣਾ ਚਾਹੀਦਾ ਹੈ ਜ ਜਿਹੜੀ ਰਾਜਨੀਤੀ ਹੈ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਅੱਜ ਹਰ ਪੜ੍ਹੇ ਲਿਖਿਆ ਸਿੱਖ ਬੈਠਿਆ ਹੋਇਆ ਹੈ ਦੇਸ਼ ਦੀ ਕੌਮ ਦੀ ਦਿਸ਼ਾ ਤੇ ਦਸ਼ਾ ਕੀ ਹੋਣੀ ਹੈ ਇਹ ਪੋਲਿਟਿਕਲ ਪਾਵਰ ਡਿਸਾਈਡ ਕਰਦੀ ਹੈ ਸੋ ਜਿਹੜੀ ਪ੍ਰੈਕਟੀਕਲ ਪਾਵਰ ਹੈ ਉਹਦੇ ਉੱਪਰ ਸਾਡੇ ਜਥੇਦਾਰ ਨੇ ਕੌਮ ਨੇ ਕੰਟਰੋਲ ਕਿਵੇਂ ਕਰਨਾ ਹੈ ਇਸ ਗੱਲ ਤੇ ਵੀ ਸਾਨੂੰ ਡਿਸਕਸ਼ਨ ਕਰਨੀ ਚਾਹੀਦੀ ਹੈ ਜਿਹੜਾ ਗੱਲ ਅਸੀਂ ਮਹਿਸੂਸ ਕਰਦੇ ਹਾਂ ਜਥੇਦਾਰ ਚਾਹੇ ਸਿੱਖਾਂ ਦਾ ਲੀਡਰ ਕਿਹੋ ਜਿਹਾ ਹੋਣਾ ਚਾਹੀਦਾ ਉਹ ਤਾਂ ਉਹੀ ਹੋਣਾ ਚਾਹੀਦਾ ਜਿਹੜਾ ਸਿੱਖੀ ਦੀ ਗੱਲ ਕਰਦਾ ਹੋਵੇ ਪੰਥ ਦੀ ਗੱਲ ਕਰਦਾ ਹੋਵੇ ਉਹੀ ਸਾਨੂੰ ਚੂਜ਼ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਦੋ ਸੁਝਾਅ ਨੇ ਜੀ ਕੁਐਸਚਨ ਕੋਈ ਨਹੀਂ ਪਹਿਲਾ ਤਾਂ ਹੈਗਾ ਵੀ ਜਿਹੜਾ ਸਰਬੱਤ ਖਾਲਸਾ ਚਲੋ ਜੇ ਸਾਲ ਚ ਇੱਕ ਵਾਰੀ ਹੋਵੇ ਤਾਂ ਵਧੀਆ ਗੱਲ ਆ ਨਹੀਂ ਤਾਂ ਇੱਕ ਵਰਲਡ ਲੈਵਲ ਤੇ ਇੱਕ ਕਾਨਫਰੰਸ ਇੱਕ ਕਾਨਫਰੰਸ ਜ਼ਰੂਰ ਹੋਣੀ ਚਾਹੀਦੀ ਆ ਉਹ ਕਿਸੇ ਵੀ ਕੰਟਰੀ ਚ ਹੋ ਸਕਦੀ ਆ ਉਹਦੀ ਜਿਹੜੀ ਕੋਈ ਵੀ ਲੋਕੇਸ਼ਨ ਨੇ ਇਹ ਨਹੀਂ ਕੋਈ ਪੰਜਾਬ ਹੋਵੇ ਜਿੱਥੇ ਮਰਜ਼ੀ ਹੋਵੇ ਤੇ ਦੂਸਰਾ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਸਰਬੱਤ ਖਾਲਸਾ ਦਾ ਇਸ਼ੂ ਆ ਸਾਡੇ ਅੱਜ ਦੇ ਹਾਲਾਤ ਨੇ ਰਾਜਨੀਤਿਕ ਵਿੰਗ ਸਾਨੂੰ ਆਪਣਾ ਫਰਨਾ ਕਰਨਾ ਚਾਹੀਦਾ ਨਾ ਕਿ ਸਾਨੂੰ ਦੂਜੀਆਂ ਪਾਰਟੀਆਂ ਵੱਲ ਦੇਖਣਾ ਚਾਹੀਦਾ ਇਹ ਜ਼ਰੂਰ ਉਹਦਾ ਮੁੱਦਾ ਹੋਣਾ ਚਾਹੀਦਾ ਜਦੋਂ ਵੀ ਸਰਬੱਤ ਖਾਲਸਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਸਵੇਰ ਦੀ ਡਿਸਕਸ਼ਨ ਚ ਭਾਗ ਨਹੀਂ ਲੈ ਸਕਿਆ ਪਰ ਮੈਂ ਇੱਕ ਗੱਲ ਹੁਣੇ ਦੇਖੀ ਮੇਰੇ ਤੋਂ ਇਹਨਾਂ ਵੀਰ ਜੀ ਤੋਂ ਪਹਿਲਾਂ ਇੱਕ ਉਹਨਾਂ ਨੇ ਆ ਕੇ ਕਿਹਾ ਕਿ ਵੀ ਅਕਾਲ ਤਖਤ ਦੇ ਜਥੇਦਾਰ ਦੀ ਜਿਹੜੀ ਕਿਦਾਂ ਚੋਣ ਕੀ ਉਹਦੀ ਲਿਆਕਤ ਹੋਣੀ ਚਾਹੀਦੀ ਏ ਉਹਦੇ ਬਾਰੇ ਪਰ ਮੇਰੇ ਖਿਆਲ ਨਾਲ ਸੀ ਸਰਬਤ ਖਾਲਸਾ ਦੇ ਜਥੇਦਾਰ ਦੀ ਗੱਲ ਕਰ ਰਹੇ ਸੀ ਨਹੀਂ ਅਕਾਲ ਤਖਤ ਦੇ ਜਥੇਦਾਰ ਦੀ ਗੱਲ ਉਹ ਅੱਜ ਦੇ ਡਿਸਕਸ਼ਨ 'ਚ ਇਹ ਕਿਹਾ ਸੀਗਾ ਜਸਟ ਫॉर ਕਲੈਰੀਫਿਕੇਸ਼ਨ ਕਿ ਜੋ ਮੌਜੂਦਾ ਸਿਸਟਮ ਚੱਲ ਰਿਹਾ ਉਹਦੇ ਵਿੱਚ ਜੇ ਇਮੀਡੀਏਟ ਤਬਦੀਲੀਆਂ ਲਿਆਉਣੀਆਂ ਪੈਣ ਨੇ ਲੈਸ ਥੈਨ 1 ਇਅਰ ਤਾਂ ਕੀ ਕੀਤਾ ਜਾਵੇ ਥੈਟ ਵਾਸ ਦਾ ਅਸੰਪਸ਼ਨ ਇਹ ਬਹੁਤ ਚੰਗੀ ਗੱਲ ਲੱਗੀ ਕਿ ਆਪਾਂ ਉਹਦੀ ਗੱਲ ਕਰ ਰਹੇ ਹਾਂ ਮੈਂ ਉਹੀ ਗੱਲ ਕਹਿ ਰਿਹਾ ਸੀ ਜੇ ਸਰਬਤ ਖਾਲਸਾ ਆਪਾਂ ਸੱਦਣਾ ਹੁਣ ਸਰਬੱਤ ਖਾਲਸਾ ਦੀ ਰੂਪਰੇਖਾ ਕੀ ਹੈ ਸਰਬੱਤ ਖਾਲਸਾ ਦਾ ਮਤਲਬ ਸਰਬੱਤ ਖਾਲਸਾ ਸਾਰਿਆਂ ਦੀ ਪਾਰਟਿਸਪੇਸ਼ਨ ਹੁਣ ਸਰਬੱਤ ਖਾਲਸਾ ਦੀ ਕਾਲ ਕੌਣ ਦੇਵੇਗਾ ਜਿਹੜਾ ਕਾਲ ਦੇਵੇਗਾ ਉਹਨੂੰ ਉਹ ਅਥਾਰਟੀ ਕੀ ਹੈ ਕਿ ਉਹ ਕਾਲ ਦੇ ਸਕਦਾ ਤੇ ਜੇ ਉਹਨੂੰ ਉਹ ਅਥਾਰਟੀ ਨਹੀਂ ਹੈ ਤੇ ਉਹ ਕਿਦਾਂ ਕਾਲ ਦੇ ਦੇਗਾ ਕੋਈ ਵੀ ਕਾਲ ਦੇ ਦੇਗਾ ਕੱਲ ਨੂੰ ਤੇ ਉਹ ਕਾਲ ਸਰਬੱਤ ਖਾਲਸਾ ਦੀ ਲੈਣ ਵਾਸਤੇ ਅਥਾਰਟੀ ਕਿੱਥੋਂ ਮਿਲੇਗੀ ਅਥੋਰਿਟੀ ਕਿਸ ਤਰੀਕੇ ਨਾਲ ਆਉਂਦੀ ਹੈ ਜਾਂ ਤਾਂ ਮੈਂ ਸਾਰੇ ਸਰਬੱਤ ਖਾਲਸਾ ਇਹ ਅਸੀਂ 40 ਬੰਦੇ ਬੈਠੇ ਆਂ ਦੁਨੀਆ ਦੇ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੇ ਆਂ ਜੋ 40 ਸਿੱਖ ਮੰਨ ਲਓ ਦੁਨੀਆ ਦੇ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੇ ਆ ਤੇ ਉਹ ਕਾਲ ਦੇਣਗੇ ਤੇ ਉਹ 40 ਸਿੱਖਾਂ ਨੂੰ ਦੁਨੀਆ ਭਰ ਦੇ ਸਿੱਖਾਂ ਨੇ ਚੁਣਿਆ ਤੁਹਾਨੂੰ ਅਥੋਰਿਟੀ ਤਾਂ ਮਿਲਦੀ ਹੈ ਜਦੋਂ ਤੁਸੀਂ ਚੁਣੇ ਹੋਏ ਹੁੰਦੇ ਹੋ ਜੇ ਅਸੀਂ 70 ਬੰਦੇ ਦਿੱਲੀ ਦੀ ਵਿਧਾਨ ਸਭਾ 'ਚ ਬੈਠ ਕੇ ਕੋਈ ਗੱਲ ਕਰਦੇ ਆਂ ਤੇ ਉਹ 2.5 ਕਰੋੜ ਲੋਕਾਂ ਨੇ ਸਾਨੂੰ ਚੁਣਿਆ ਉਹ ਅੱਗੇ ਉਹਦਾ ਉਹਦੀ ਕਾਲ ਲੈਣਗੇ ਉਹਦਾ ਕੀ ਪ੍ਰੋਸੈਸ ਹੋਏਗਾ ਜਦ ਤੱਕ ਅਸੀਂ ਉਹਦੇ ਵਿੱਚ ਨਹੀਂ ਜਾਵਾਂਗੇ ਤਦ ਤੱਕ ਦਿੱਕਤ ਹੋਏਗੀ ਦੂਜੀ ਗੱਲ ਫਿਰ ਕਹਿਣ ਨੂੰ ਗੱਲ ਆ ਜਾਏਗੀ ਕਿ ਕੱਲ ਵੀ ਗੱਲ ਕਹੀ ਸੀ ਕਿ 70 80% ਜੇ ਸਿੱਖ ਪੰਜਾਬ ਦੇ ਹਿੱਸੇ 'ਚ ਐ ਉਹ ਕਹਿਣਗੇ ਉਹਦੀ ਰਿਪਰੈਜ਼ੈਂਟੇਸ਼ਨ ਐਸਜੀਪੀਸੀ 'ਚ ਹੋ ਰਹੀ ਐ ਉਹ ਉੱਥੇ ਉਹਨਾਂ ਨੂੰ ਚੁਣ ਰਿਹਾ ਉਹ ਆਪਣੇ ਲੀਡਰ ਚੁਣ ਰਿਹਾ ਉੱਥੇ ਇੱਕ ਪ੍ਰੋਸੈਸ ਹੈ ਪਰ ਅਸੀਂ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਅਸੀਂ ਇੱਕ ਟਕਰਾਅ ਬਣੇਗਾ ਕਿੱਦਾਂ ਬਣੇਗਾ ਉਹਦਾ ਰਸਤਾ ਦੇਖਣਾ ਪਏਗਾ ਮੈਂ ਮੈਂ ਬਾਰ ਬਾਰ ਇਸ ਕੱਲ ਕਰ ਰਿਹਾ ਸਾਡਾ ਧਿਆਨ ਬਿਲਕੁਲ ਵੀ ਐਸਜੀਪੀਸੀ ਨੂੰ ਕਿੱਦਾਂ ਆਪਣੇ ਅੰਡਰ ਲੈਣਾ ਹੈ ਕਿੱਦਾਂ ਜਿੱਤਣਾ ਹੈ ਉਹਦੇ ਉੱਤੇ ਨਹੀਂ ਹੈ ਕੱਲ ਨੂੰ ਇਹ ਬੜੇ ਬਦਮਾਸ਼ ਨੇ ਮੈਂ ਤੁਹਾਨੂੰ ਫੇਰ ਕਹਿ ਦਿੰਦਾ ਇਹ ਕਹਿਣਗੇ ਇਹ ਬਾਹਰਲੇ ਸਿੱਖਾਂ ਨੇ ਆਪਣਾ ਬਣਾ ਦਿੱਤਾ ਤੁਸੀਂ 80% ਸਿੱਖੋ ਤੁਹਾਡੀ ਅਥਾਰਟੀ ਖਿੱਚਦੇ ਪਏ ਆ ਇਹ ਬੜੀ ਗੰਦੀ ਗੇਮ ਖੇਲਣਗੇ ਯਾਦ ਰੱਖ ਲੈਣਾ ਕਿ ਆ ਦੇਖੋ ਇਹ ਬਾਹਰਲੇ ਸਿੱਖਾਂ ਦਾ ਜਥੇਦਾਰ ਇਹ ਤੁਹਾਡਾ ਜਥੇ ਇਹ 80% ਸਿੱਖਾਂ ਨੇ ਇਥੋਂ ਐਸਜੀਪੀਸੀ ਨੇ ਤੇ ਆ ਚੁਣ ਕੇ ਬਣਾਇਆ ਇਸ ਕਰਕੇ ਮੇਰੀ ਗੱਲ ਸੁਣ ਲਵੋ ਜੀਕਮ ਆਪਾਂ ਨੂੰ ਉਹ ਸਾਰੇ ਮੁੱਦਿਆਂ ਤੇ ਵਿਚਾਰ ਕਰਕੇ ਇਹਨਾਂ ਦੀ ਗੰਦੀ ਸਾਜ਼ਿਸ਼ਾਂ ਨੂੰ ਵੀ ਸਮਝ ਕੇ ਜੋ ਵੀ ਉਹ ਲਹੇ ਉਹਨੂੰ ਅਥਾਰਟੀ ਦੇਣ ਦਾ ਇੱਕ ਤਰੀਕਾ ਟੰਗ ਜ਼ਰੂਰ ਲੱਭੀਏ ਤਾਂਕਿ ਉਹ ਕੱਲ ਨੂੰ ਫੇਰ ਬਾਰ-ਬਾਰ ਕੰਟਰੋਵਰਸੀ ਫੇਰ ਦਿੱਕਤ ਫੇਰ ਵਿਵਾਦ ਨਾ ਹੋ ਕੇ ਉਹ ਵਾਕਈ ਇੱਕ ਸਰਬੱਤ ਖਾਲਸੇ ਨੂੰ ਨੁਮਾਇੰਦਗੀ ਦੇਣ ਵਾਲੀ ਸੰਸਥਾ ਹੋਵੇ ਜੋ ਦੇ ਵਰਲਡ ਸਿਕ ਪਾਰਲੀਮੈਂਟ ਵੀ ਬਣਾਉਣੀ ਹੈ ਤਾਂ ਉਹਦੇ ਵਿੱਚ ਇੰਡੀਆ ਤੋਂ ਪਾਰਟਿਸਪੇਸ਼ਨ ਕਿੱਦਾਂ ਹੋਏਗੀ ਕਿਉਂਕਿ ਟੋਟਲ ਸਿੱਖਾਂ ਦੀ ਲੈਣੀ ਹੈ ਇਸ ਨੂੰ ਧਿਆਨ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਮਾਫੀ ਚਾਹਾਂਗਾ ਕਿ ਇਟ ਮੇਕ ਟੇਕ ਮੀ ਮੋਰ ਦਨ 1 ਮਿੰਟ ਕਿਉਂਕਿ ਮੈਂ ਕੁਝ ਸੁਝਾਅ ਨਹੀਂ ਦੇਣਾ ਮੈਂ ਆਪਣਾ ਪਰਸਪੈਕਟਿਵ ਦੇਣਾ ਚਾਹੁੰਨਾ ਆ ਅ ਸਰਬਤ ਖਾਲਸੇ ਉੱਤੇ ਵੀ ਤੇ ਜਿਹੜਾ ਇੱਕ ਕਾਨਫਰੰਸ ਉੱਤੇ ਵੀ ਆ ਇਫ ਇਫ ਯੂ ਅਲਾਉ ਮੀ ਐਕਸਟਰਾ 1 ਮਿੰਟ ওকে ওকে ਦੇਖੋ ਆ ਕੁਝ ਕੁ ਗੱਲਾਂ ਆਈਆਂ ਨੇ ਇਸ ਕਾਨਫਰੰਸ ਦੇ ਥਰੂ ਵਨ ਆਫ ਥੇਮ ਇਜ਼ ਸੋਵਰਨਿਟੀ ਕਿ ਜਿਹੜਾ ਸੋਵਰਨਿਟੀ ਦਾ ਇਸ਼ੂ ਆ ਉਹ ਅੰਡਰਮਾਈਨ ਹੋ ਰਿਹਾ ਆ ਦੂਜਾ ਆ ਕਿ ਜਿਹੜਾ ਸਰਬਤ ਖਾਲਸਾ ਹੋਇਆ ਆ ਉਹਦੇ ਬਾਰੇ ਬੜੇ ਡਿਫਰੈਂਟ ਵਿਊਜ਼ ਨੇ ਆ ਵਕ-ਵਕ ਸਾਈਡਸ ਤੋਂ ਆਏ ਜਿਹੜਾ ਮੇਰਾ ਪਰਸਪੈਕਟਿਵ ਆ ਸੋਵਰਨਿਟੀ ਬਾਰੇ ਵੀ ਔਰ ਸਰਬਤ ਖਾਲਸੇ ਬਾਰੇ ਵੀ ਉਹ ਇਹ ਆ ਕਿ ਸਿਰਫ ਗੱਲਾਂ ਨਾਲ ਜਾਂ ਸਿਰਫ ਅਨਲਿਸਿਸ ਨਾਲ ਨਾਥਿੰਗ ਇਜ਼ ਗਨੂ ਹੈਪਨ ਜੇ ਤੁਸੀਂ ਸਰਬਤ ਖਾਲਸਾ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਪਿਛਲੇ ਸਮੇਂ 'ਚ ਜਿਹੜਾ ਹੋਇਆ ਆ ਉਹਦੇ 'ਚ ਕੋਈ ਊਣਤਈਆਂ ਨੇ ਰਹਿ ਗਈਆਂ ਰਾਈਟ ਅਸੀਂ ਉਹਦੇ ਵਿੱਚ ਜਿਹੜੇ ਉਹਦੇ 'ਚ ਸਰਬਤ ਖਾਲਸੇ ਦੇ ਵਿੱਚ ਜਿਹੜੇ ਵਨ ਆਫ ਦਾ ਰੈਜ਼ੋਲੂਸ਼ਨ ਆਈ ਵਾਂਟ ਟੂ ਰਿਮਾਈਂਡ ਇਟ ਕਿ ਜਿਹੜੇ ਜਥੇਦਾਰ ਸਾਹਿਬ ਨਿਯੁਕਤ ਕੀਤੇ ਗਏ ਸੀਗੇ ਉਹ ਇੰਟਰਮ ਸੀਗੇ ਇੰਟਰਮ ਅੰਤਰਿੰਗ ਤੌਰ ਦੇ ਉੱਤੇ ਆਰਜੀ ਤੌਰ ਦੇ ਉੱਤੇ ਤਾਂ ਕਿ ਜਿਹੜਾ ਅਗਲਾ ਸਰਬਤ ਖਾਲਸਾ ਹੋਣਾ ਆ ਉਹ ਅਸੀਂ ਥਰੂ ਪ੍ਰੋਸੈਸ ਜਿਹੜਾ ਕਿ ਪਿਛਲੇ ਸਰਬਤ ਖਾਲਸਾ ਵੇਲੇ ਡਿਫਰੈਂਟ ਰੀਜ਼ਨਸ ਕਰਕੇ ਕੋਈ ਪ੍ਰੋਸੈਸ ਨਹੀਂ ਅਡਾਪਟ ਹੋ ਸਕਿਆ ਜਿੱਦਾਂ ਅਸੀਂ ਚਾਹੁੰਦੇ ਆ ਕਿ ਵਰਲਡ ਵਾਈਡ ਜਿਹੜੀ ਸਾਡੀ ਕੌਮ ਜਿਸ ਤਰੀਕੇ ਨਾਲ ਵਸੀ ਹੋਈ ਆ ਉਹਦੇ ਥਰੂ ਕੋਈ ਪ੍ਰੋਸੈਸ ਦੇ ਥਰੂ ਸਾਰਾ ਕੁਝ ਡਵੈਲਪ ਹੋਵੇ ਉਹ ਅਸੀਂ ਉਹ ਪ੍ਰੋਸੈਸ ਅਡਾਪਟ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜਿਹੜਾ ਸਰਬਤ ਖਾਲਸਾ ਹੋ ਕਰੀਏ ਤਾਂ ਕਿ ਉਹਦੇ ਵਿੱਚੋਂ ਜੋ ਕੁਝ ਵੀ ਨਿਕਲੇ ਉਹ ਸਾਡੀ ਕੌਮ ਦੀ ਰਿਪਰੈਜੈਂਟੇਸ਼ਨ ਬਣੇ ਔਰ ਕੁਝ ਵੀ ਅਸੀਂ ਕਰਨਾ ਆ ਜਿਹੜੀ ਸੋਵਰਨਿਟੀ ਵੀ ਅਸੀਂ ਕਰਨੀ ਆ ਸੋਵਰਨਿਟੀ ਕਹਿਣਾ ਸੋਵਰਨਿਟੀ ਨਾਅਰੇ ਲਾਉਣੇ ਇਟਸ ਗੁੱਡ ਅਸੀਂ ਪਿਛਲੇ 30 ਸਾਲ ਤੋਂ ਲਾ ਰਹੇ ਆਮ ਵਨ ਆਫ ਥਮ ਪਰ ਸੋਵਰਨਿਟੀ ਅਚੀਵ ਕਰਨ ਲਈ ਵੀ ਨੀਡ ਸਟਰਕਚਰਸ ਵੈਰੀ ਬੇਸਿਕ ਸਟਰਕਚਰਸ ਇਨ आवर ਕਮਿਊਨਿਟੀ ਜਿਹੜੇ ਕਿ ਉਸ ਸੋਵਰਨਿਟੀ ਨੂੰ ਸਪੋਰਟ ਕਰਦੇ ਹੋਣ ਸਿਰਫ ਮਤਲਬ ਗੱਲਾਂ ਕਰਨ ਦੇ ਨਾਲ ਸੋਵਰੈਂਟੀ ਨਹੀਂ ਆਉਣੀ ਵੀ ਨੀਡ ਟੂ ਕ੍ਰੀਏਟ ਦੋ ਸਟਰਕਚਰਸ ਐਂਡ ਆਈ ਫਰਮਲੀ ਬਲੀਵ ਕਿ ਜਿਹੜਾ ਅਕਾਲ ਤਖਤ ਸਾਹਿਬ ਦਾ ਸਟਰਕਚਰ ਆ ਇੰਡੀਪੈਂਡੈਂਟ ਸਟਰਕਚਰ ਆ ਇਟ ਇਜ਼ ਥੀਸ ਬੇਸਿਕ ਸਟਰਕਚਰ ਦੈਟ ਵੀ ਨੀਡ ਟੂ 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 ਹੈਵ ਆਵਰ ਸੋਵਰੈਂਟੀ ਸਾਰੀਆਂ ਗੱਲਾਂ ਗਾਹਾਂ ਤੁਰਨ ਗਈਆਂ ਜੇ ਅਸੀਂ ਇੱਕ ਆਪਦੇ ਬੇਸਿਕ ਕਮਿਊਨਿਟੀ ਦੇ ਸਟਰਕਚਰ ਨੇ ਜਿਹੜੇ ਉਹ ਖੜੇ ਕਰ ਲਈਏ ਸੋ ਮੇਰਾ ਇਹ ਇੰਨੇ ਥੋੜੇ ਸਮੇਂ ਦੇ ਵਿੱਚ ਮੈਂ ਜਿੰਨਾ ਕੁਝ ਕਹਿ ਸਕਿਆ ਆਈ ਟਰਾਇਡ ਮਾਈ ਬੈਸਟ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਟਾਈਮ 1 ਮਿੰਟ ਤੋਂ ਟੱਪ ਗਿਆ ਤਾਂ ਮੈਨੂੰ ਮਾਫ ਕਰਿਓ ਮੈਂ ਬੱਸੇ ਸਪੀਡ ਨਾਲ ਖਿੱਚਣ ਦੀ ਕੋਸ਼ਿਸ਼ ਕਰਦਾ ਮੈਂ 1 ਮਿੰਟ ਚ ਹੀ ਗੱਲ ਖਤਮ ਹੋਵੇ ਕਿ ਮੈਂ ਰੋਕਦਾ ਨਾ ਐ ਨੰਬਰ 1 ਤਾਂ ਜਿਹੜੀ ਸਰਵਤ ਖਾਲਸਾ ਤੇ ਮਤੇ ਜਿਹੜੇ ਆ ਉਹ ਇਹੋ ਜਿਹੇ ਪਾਏ ਜਾਣ ਆਪਾਂ ਨੂੰ ਸੀਰੀਅਸ ਹੋ ਕੇ ਇਹ ਦੇਖਣ ਦੀ ਲੋੜ ਆ ਆਪਾਂ ਇਸ ਗੱਲ ਦੇ ਵਿੱਚ ਨਾ ਜਾਈਏ ਕਿ ਕੀ ਸਹੀ ਹੋਇਆ ਉਹਨ ਕਿਉਂ ਕੀਤਾ ਤੇ ਕੀ ਅਸੀਂ ਬਾਹਰ ਬੈਠ ਕੇ ਉੱਤੇ ਅਸੀਂ ਕੁਐਸਚਨਰਾਈਜ਼ ਕਰ ਰਹੇ ਹਾਂ ਪਰ ਆਪਾਂ ਇੱਕ ਗੁਰੂ ਦੇ ਸਿੱਖ ਹੋ ਕੇ ਅੱਜ ਅਸੀਂ ਇਹ ਫੈਸਲਾ ਕਰੀਏ ਕਿ ਉਹਦੇ ਚੋ ਜੋ ਅਸੀਂ ਨੁਕਸਾਨ ਕੀਤਾ ਜਾਂ ਹੋਇਆ ਉਹਦੇ ਦੇ ਨਵੀਂ ਦਿਸ਼ਾ ਕੀ ਦੇਣੀ ਆ ਨੰਬਰ 2 ਕਿ ਜਿਹੜੇ ਸਰਵਤ ਖਾਲਸੇ 'ਚ ਮਤੇ ਪਾਏ ਗਏ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਉਹ ਚੰਗੀ ਤਰ੍ਹਾਂ ਪੜੋ ਔਰ ਆਉਣ ਵਾਲੇ ਸਰਵਤ ਖਾਲਸੇ ਦੇ ਵਿੱਚ ਇਹੋ ਜਿਹੇ ਮਤੇ ਨਾ ਪਾਏ ਜਾਣ ਉਹਨਾਂ ਦੇ ਰਿਸਰਚ ਕਰਕੇ ਉਹਦੇ ਦੇ ਚੰਗੀ ਤਰ੍ਹਾਂ ਵਰਕ ਕਰਕੇ ਤਾਂ ਪਾਜਣਾ ਮੈਂ ਇੱਕ ਉਹਦੇ ਵਿੱਚ ਛੋਣ ਦੀ ਕੋਸ਼ਿਸ਼ ਕਰਾਂਗਾ ਜਿਹਦੇ ਵਿੱਚ ਮਤਾ ਇੱਕ ਇਹ ਪਾਇਆ ਗਿਆ ਸੀਗਾ ਕਿ ਕੁਲਦੀਪ ਸਿੰਘ ਪਾਇ ਕੁਲਦੀਪ ਬਰਾੜ ਨੂੰ ਤੇ ਕੇਪੀਐਸ ਗਿੱਲ ਨੂੰ ਜਿਹੜਾ ਆ ਉਹ ਐਨੀ ਤਰੀਕ ਤੱਕ ਉਹ ਆ ਕੇ ਜਵਾਬਦੇਹ ਹੋਣ ਅਕਾਲਤਾ ਖਦੇ ਉੱਤੇ ਇਹਦੇ ਤੇ ਤੁਸੀਂ ਸੋਚ ਕੇ ਦੇਖਿਓ ਵੀ ਕਿੰਨਾ ਕ ਸਹੀ ਆ ਤੇ ਕਿੰਨਾ ਕ ਗਲਤ ਆ ਮੇਰਾ ਕੋਈ ਕਮੈਂਟਸ ਨਹੀਂ ਇਹਦੇ ਉੱਤੇ ਮੇਰਾ ਪੁਆਇੰਟ ਇਹ ਆ ਕਿ ਸਾਰੇ ਜਿਹੜੇ ਮਤੇ ਆ ਉਹ ਇਹੋ ਜੇ ਪਾਏ ਜਾਣ ਪਾਵਾ ਦੋ ਹੋਣ ਜਾਂ ਤਿੰਨ ਹੋਣ ਆਉਣ ਵਾਲੇ ਟਾਈਮ ਦੇ ਵਿੱਚ ਉਹ ਕੀਪ ਕੰਟੀਨਿਊ ਉੱਤੇ ਕੰਮ ਹੋਣਾ ਚਾਹੀਦਾ ਹੈ ਦੂਸਰੀ ਗੱਲ ਜਿਹੜੀ ਇੱਕ ਜਥੇਦਾਰਾਂ ਦੀ ਉੱਤੇ ਗੱਲ ਸੀਗੀ ਮੈਂ ਮੈਨੂੰ ਮਹਿਸੂਸ ਹੁੰਦਾ ਮੇਬੀ ਮੈਨੂੰ ਸਮਝ ਨਹੀਂ ਲੱਗੀ ਉਸ ਗੱਲ ਦੇ ਵਿੱਚ ਕਿ ਜੇ ਜਥੇਦਾਰ ਆਪਾਂ ਚੁਣਦੇ ਆ ਉਹਦੇ ਵਿੱਚ ਆਪਾਂ ਇਹ ਕ੍ਰਿਟੇਰੀਆ ਨਹੀਂ ਰੱਖਿਆ ਕਿ ਜਿਸ ਤਰ੍ਹਾਂ ਇੱਥੇ ਦੀਆਂ ਗਵਰਨਮੈਂਟਾਂ ਚੁਣੀਆਂ ਜਾਂਦੀਆਂ ਨੇ ਉਹ ਪਹਿਲਾਂ 5 ਸਾਲ ਕਿਸੇ ਹੋਰ ਜਗ੍ਹਾ ਕੰਮ ਕਰਦੇ ਨੇ 5 ਸਾਲ ਉਸ ਤੋਂ ਬਾਅਦ ਕਿ ਮੁੱਖ ਮੰਤਰੀ ਬਣਦੇ ਨੇ 5 ਸਾਲ ਕੋਈ ਸੈਨੇਟਰ ਬਣਦਾ ਕੋਈ ਫੇਰ ਜਾ ਕੇ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਪਹੁੰਚਦਾ ਅਸੀਂ ਕਿਹੜਾ ਕ੍ਰਿਟੇਰੀਆ ਰੱਖਿਆ ਹੈਗਾ ਕਿ ਤੁਸੀਂ ਜਥੇਦਾਰ ਚੁਣਦੇ ਹੋ ਤੇ ਜੇ ਗੁਰਾ ਅੱਜ 2 2 ਸਾਲ ਪਹਿਲਾਂ ਸਿੱਖ ਬਣਦਾ ਤੁਸੀਂ ਚਾਕੇ ਜਥੇਦਾਰ ਅਥਾਥੂ ਪਾਉਂਗੇ ਉਹਨੂੰ ਮੇਰੀ ਬਸ ਇਹੀ ਬੇਨਤੀ ਹੈਗੀ ਕਿ ਇਹਨਾਂ ਦੋ ਚੀਜ਼ਾਂ ਦੇ ਉੱਤੇ ਜ਼ਰੂਰ ਧਿਆਨ ਲਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਵਾਣੀ ਚ ਸਤਗੁਰ ਗੁਰੰਗਤ ਪਾਸ਼ਾ ਦਾ ਸ਼ਲੋਕ ਹੈਗਾ ਨਾਨਕ ਪਰਖੈ ਆਪ ਕੋ ਤਾਂ ਪਾਰਖ ਜਾਣ ਰੋਗ دارو ਦੋਵੇਂ ਬੁਝੇ ਤਾਂ ਬੈਦ ਸਜਾਨ ਮੈਂ ਸੋਚਦਾ ਵੀ ਸਾਡੀ ਕੌਮ ਦੀ ਹਾਲਤ ਐ ਨਾ ਸਾਨੂੰ ਰੋਗ ਦਾ ਪਤਾ ਨਾ ਹਨ ਦੁਆਰੇ ਦਵਾਈ ਦਾ ਪਤਾ ਹਲਤਾ ਕੋਈ ਮੈਂ ਸੋਚਦਾ ਇਹ ਗੱਲ ਕਿਉਂਕਿ ਸਾਨੂੰ ਰੋਗ ਹੀ ਨਹੀਂ ਪਤਾ ਸਾਨੂੰ ਕੀ ਇਹ ਬਿਮਾਰੀ ਕਿਸੇ ਲਬਣੀਆ ਤੇ ਬਿਮਾਰੀ ਲੱਭ ਪਈ ਸਰ ਕੋ ਦਵਾਈ ਹੈ ਨਹੀਂ ਕੋਈ ਸਾਡੀ ਹਾਲਤ ਪਤਾ ਕੀ ਬਣੀ ਹੋਈ ਆ ਸਾਡੀ ਕਿਸੇ ਸੰਗੀ ਫੜੀ ਹੋਈ ਘੁੱਟ ਕੇ ਤੇ ਅਸੀਂ ਕਿੰਨੇ ਪੀ ਅਸੀਂ ਸੰਗੀ ਛਡਾਉਣ ਦੀ ਹੋਇਆ ਉਹਨੂੰ ਧਾਰੀ ਆ ਪਾ ਥੱਲੇ ਸਾਡੀ ਹਾਲਤ ਇਹ ਬਣੀ ਹੋਈ ਆ ਮੈਂ ਤੁਹਾਨੂੰ ਬੇਨਤੀ ਕਰਾਂ ਆਰਐਸਐਸ ਸਾਡੇ ਗੁਰਧਾਮਾ ਤੇ ਕਾਬੂ ਹੋ ਚੁੱਕੀ ਐ ਤੇ ਸਾਡੀ ਸੰਗੀ ਫੜੀ ਹੋਈ ਹੈ ਉਹਨਾਂ ਨੇ ਤੇ ਅਸੀਂ ਕਹਿੰਨੇ ਅਸੀਂ ਸੰਘਰਸ਼ ਕਰਨ ਦੀ ਬਜਾਏ ਉਹਨੂੰ ਢਾ ਲਈਏ ਇਦਾਂ ਗੱਲ ਨਹੀਂ ਹੋਣੀ ਸਾਨੂੰ ਸੋਚਣਾ ਪਊਗਾ ਇਹਨਾਂ ਗੱਲਾਂ ਬਾਰੇ ਕੌਮ ਨੂੰ ਲੀਡਰਲੈਸ ਕਰ ਦਿੱਤਾ ਗਿਆ ਹੈ ਸਾਡੀ ਨੂੰ ਪੋਲੀਟੀਕਲੀ ਸਾਡੀ ਕੌਮ ਲੀਡਰਲੈਸ ਅਸਥੇਲੇ ਹੁਣ ਸਾਜ਼ਿਸ਼ ਹੈ ਕਿ ਕੌਮ ਨੂੰ ਵਿਦਵਾਨਲੈਸ ਕਰਤਾ ਜਾਵੇ ਜਿਹੜੀ ਵੀ ਕੌਮ ਦੇ ਵਿਦਵਾਨ ਨੇ ਨਾ ਜਿਹੜਿਆਂ ਨੂੰ ਜਾਗਰੂ ਕਰਦੇ ਨੇ ਉਹਨਾਂ ਨੂੰ ਤਿਆਰ ਕਰਦੇ ਨੇ ਉਹਨਾਂ ਦਾ ਸਪਿਰਟ ਕਰਦੇ ਨੇ ਹਮੇ ਖਾਸ ਸਰਾਇ ਦੀ ਪਰ ਮੈਂ ਸਿੱਖੀ ਦੂੰ ਉੱਪਰ ਤੱਕ ਪਹੁੰਚਾਉਣ ਦੀ ਉਹ ਸ਼ਾਜਿਸਿਆਨਾਂ ਦੀ ਉਹਨਾਂ ਨੂੰ ਪਬਲਿਕ 'ਚ ਭੰਡੀ ਪ੍ਰਚਾਰ ਕਰਕੇ ਉਹਨਾਂ ਨੂੰ ਬਦਨਾਮ ਕਰ ਦੋ ਤਾਂ ਜੋ politically leaderless ਹੋਈ ਕੌਮ ਜਿਹੜੀ ਹੈ ਵਿਦਵਾਨਲੈਸ ਹੋ ਜਾਏ ਤੇ ਇਹਨਾਂ ਨੂੰ ਗੁਵਾਈ ਦੇਣ ਵਾਲਾ ਕੋਈ ਨਾ ਰਵੇ ਤਾਂ ਇਹ ਆਪ ਹੀ ਆਪ ਵਿਚੀ ਲੜ ਪੜ ਕੇ ਮਰ ਜਾਏ ਤੇ ਖતમ ਹੋ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੇਰਾ ਇੱਕ ਛੋਟਾ ਜਿਹਾ ਸੁਜੈਸ਼ਨ ਹੈ ਕਿ ਅਗਲੇ ਸਰਬਤ ਖਾਲਸਾ ਲਈ ਆਪਾਂ ਇੱਕ ਮਤਾ ਤਿਆਰ ਕਰ ਲਈਏ ਔਰ ਉਹਦੀ ਫਿਰ ਇਨੀ ਪਬਲਿਸਿਟੀ ਕਰੀਏ ਕਿ ਸੰਭਾਵਨਾ ਬਣੇ ਕਿ ਸਾਰੇ ਸਿੱਖੋ ਸਿੱਖਾਂ ਤੇ ਉਹ ਮਤਾ ਪਹੁੰਚ ਜਾਏ ਤਾਂ ਉਹ ਪਾਸ ਹੋ ਜਾਏ ਨੰਬਰ 2 ਅਸੀਂ ਅਗਲੇ ਸਰਬਤ ਖਾਲਸਾ ਲਈ ਕਿਵੇਂ ਉਹਨੂੰ ਇਨਫਲੂਐਂਸ ਕਰਨਾ ਹੈ ਕਿਵੇਂ ਆਪਣੇ ਵਿਚਾਰ ਪਹੁੰਚਾਉਣੇ ਉਹਦੇ ਬਾਰੇ ਕੋਈ ਸੋਚ ਲਈਏ ਤੀਜਾ ਕਿ ਆਪ 80% ਸਿੱਖਾਂ ਦੀ ਚਾਹੇ ਗੱਲ ਕਰਦੇ ਆਂ ਪੰਜਾਬ ਵਿੱਚ ਹੈ ਗਿਆ ਬਟ ਜਿਹੜੇ 20% ਬਾਹਰ ਬੈਠੇ ਉਹਨਾਂ ਕੋਲ ਸਾਧਨ ਜਿਆਦਾ ਆਜ਼ਾਦੀ ਜਿਆਦਾ ਹੈ ਉਹ ਬਹੁਤ ਵੱਡਾ ਰੋਲ ਕਰ ਸਕਦੇ ਨੇ 80% ਸਿੱਖ ਜਿਹੜੇ ਪੰਜਾਬ ਦੇ ਉਹ ਆਜ਼ਾਦੀ ਵਿੱਚ ਘੱਟ ਹੈਗੀ ਹੈ ਸਾਧਨ ਵਿੱਚ ਘੱਟ ਹੈ ਗਿਆ ਔਰ 80% ਹਿੰਦੁਸਤਾਨ ਦੇ ਬਾਕੀਆਂ ਵਿੱਚ ਵੀ ਹੈ 40% ਸਿੱਖ ਪੰਜਾਬ ਵਿੱਚ ਹੈ ਗਿਆ ਤੋਂ ਇਹ ਤਿੰਨ ਗੱਲਾਂ ਵਿੱਚ ਆਉਣਾ ਕਿ ਜੇ ਅਸੀਂ ਕੁਝ ਕਰ ਸਕੀਏ OK ਅਗੁਰਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਜਿਹੜੀ ਸੌਰੀ ਇੱਕ ਇੱਕ ਮਿੰਟ ਸੀ ਕੋਸ਼ਿਸ਼ ਕਰੂੰਗਾ ਸੈਲਫ ਹੇਟਰੀਡ ਦੀ ਗੱਲ ਪਹਿਲਾਂ ਕਰਨਾ ਚਾਹੁੰਦਾ ਹਾਂ ਕਿ ਜਿੰਨੇ ਵੀ ਸਪੀਕਰਸ ਆਪਾਂ ਆ ਰਹੇ ਆ ਅਪ ਇੰਟਰਨਲੀ ਸਾਰੇ ਫਿੰਗਰਸ ਪੁਆਇੰਟ ਕਰੀ ਜਾਂਦੇ ਆ ਕਿ ਸਾਡੇ ਨਾਲ ਆ ਖਰਾਬੀ ਆ ਉਹ ਖਰਾਬੀ ਆ ਆ ਖਰਾਬੀ ਆ ਜਿਹੜਾ ਖਰਾਬ ਕਰੀ ਜਾਂਦਾ ਆ ਉਹਦੀ ਬਹੁਤ ਘੱਟ ਗੱਲ ਹੋ ਰਹੀ ਹੈ ਇਥੇ ਇੰਡੀਅਨ ਗਵਰਨਮੈਂਟ ਤਾਂ ਨਾ ਕਿਸੇ ਨੇ ਚਾਰਜ ਨਾ ਲਿਆ ਆ ਕਿ ਜਿਹੜੀ ਸੋਸਾਇਟੀ ਜਿਹੜੀ ਬੇਸ ਤੇ ਆ ਗਵਰਨਮੈਂਟ ਦੇ ਉੱਤੇ ਸਟੇਟ ਦੇ ਉੱਤੇ ਉਹਨੇ ਅਸੀਂ ਕੋ ਉਹਦਾ ਇਸ਼ਾਰਾ ਕੀਤਾ ਆ ਤਿੰਨਾਂ ਦਿਨਾਂ ਦੇ ਵਿੱਚ ਇਹ ਐਕਚੁਅਲੀ ਆਰਗੇਨਾਈਜ਼ਰਸ ਦੀ ਗਲਤੀ ਨਹੀਂ ਹੈਗੀ ਆਰਗੇਨਾਈਜ਼ਰ ਸਾਨੂੰ ਟਾਈਮ ਦਿੱਤਾ ਹੈ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਹ ਗੱਲ ਕਰਨੀ ਹੈ ਸਟੇਟ ਜਿਹੜੀ ਆ ਉਹਨੇ ਇਹ ਸਾਡਾ ਅੱਜ ਦਾ ਜਿਹੜਾ ਹਾਲਾਤ ਹੈ ਇਹ ਬਣਾਇਆ ਹੈ ਅਸੀਂ ਇੱਥੇ ਸੈਲਫ ਹੇਟਡ ਕਰਨ ਨਹੀਂ ਆਏ ਕਿ ਸਾਡੇ ਨਾਲ ਆ ਹੋ ਗਿਆ ਮਰ ਗਏ ਲੁੱਟ ਗਏ ਇਹ ਜ਼ਰੂਰ ਆਪਣੇ ਮਨ ਦੇ ਵਿੱਚ ਗੱਲ ਵਸਾ ਲਿਓ ਕਿ ਐਂਡ ਦੇ ਅੰਦਰ ਦਾ ਡੇ ਸਾਡੇ ਨਾਲ ਇਹ ਤੋਂ ਵੀ ਬਹੁਤ ਜ਼ਿਆਦਾ ਹੋਇਆ ਆ ਅਸੀਂ ਅੱਜ ਪੰਬਰਪੂਸੇ ਦੇ ਵਿੱਚ ਤਾਂ ਫਸੇ ਆ ਕਰਕੇ ਸਾਨੂੰ ਅਸੀਂ ਕਲੀਅਰਟੀ ਨਾਲ ਕੰਮ ਮੇਬੀ ਕਰਨਾ ਨਹੀਂ ਚਾਹੁੰਦੇ ਇਹ ਤੇ ਸੋਵਰਨਟੀ ਦੀ ਗੱਲ ਹੋ ਰਹੀ ਹੈ ਕੋਈ ਬੰਦਾ ਕਲੀਅਰਫਾਈ ਕਰ ਲਵੇ ਜਦੋਂ ਮਾਈਕ ਤੇ ਆਉਂਦਾ ਕਿ ਕਿਹੜੀ ਸੋਵਰਨਟੀ ਦੀ ਗੱਲ ਕਰ ਰਹੇ ਆ ਮੈਂ ਆਪਣੀ ਗੱਲ ਕਰਦਾਂ ਮੈਂ ਸੋਵਰਨਟੀ ਦੀ ਗੱਲ ਕਰ ਰਹੇ ਆ ਖਾਲਸਤਾਨ ਦੇਸ਼ ਦੀ ਸੋਵਰਨਟੀ ਜਿਹੜੀ ਹਿੰਦੁਸਤਾਨ ਦੀ ਸਟੇਟ ਦੇ ਵਿੱਚ ਹੈ ਕਈ ਸਪੀਕਰਸ ਨੇ ਕੀਤੀ ਵੀ ਆ ਨਾਲੇ ਉਹ ਫੇਰ ਵੀ ਠੀਕ ਹੈ ਜੇ ਉਹ ਚਾਹੁੰਦੇ ਆ ਕਿ ਸੋਵਰਨਟੀ ਜਿਹੜੀ ਆ ਕਿ ਹਿੰਦੁਸਤਾਨ ਦੇ ਸਿਸਟਮ ਦੇ ਵਿੱਚ ਉਹ ਐਸਟੈਬਲਿਸ਼ ਕਰ ਸਕਦੇ ਆ ਪਰ ਤੁਸੀਂ ਕਲੀਅਰ ਕਰੋ ਗੱਲ ਜਦੋਂ ਤੁਸੀਂ ਸੋਵਰਨਟੀ ਦੀ ਗੱਲ ਕਰਨੀ ਆ ਸੋਵਰਨਟੀ ਜੇ ਉਹ ਦੇਸ਼ ਦੇ ਵਿੱਚ ਹੋਊਗੀ ਉਹ ਸਿਸਟਮ ਥੱਲੇ ਹੋਊਗੀ ਪੀ ਤੁਸੀਂ ਕਿਹੜੀ ਸਰਵੈਂਟੀ ਉਹਨਾਂ ਤੋਂ ਲੈ ਸਕਦੇ ਆਂ ਕਿ ਜਿਹੜੀ ਤੁਹਾਨੂੰ 50 50 ਪਲਸ ইয়ারਸ ਦੇ ਵਿੱਚ ਤੁਹਾਨੂੰ ਨਹੀਂ ਮਿਲੀ ਉੱਥੋਂ ਕੀ ਤੁਸੀਂ ਪਾਲ ਰਹੇ ਆਂ ਉਹਨਾਂ ਦੇ ਕੋਲੋਂ ਜਸਟਿਸ ਵੀ ਪਾਲ ਰਹੇ ਆਂ 30 ইয়ারਸ ਬਾਰੇ ਕੋਈ ਸਿੰਬੋਲਿਕ ਜਸਟਿਸ ਤੱਕ ਆ ਗਏ ਹੁਣ ਸਿੰਬੋਲਿਕ ਜਸਟਿਸ ਹੀ ਮਿਲ ਜਵੇ ਇਹੀ ਹੁਣ ਕਹਿ ਰਹੇ ਆ ਸਾਡੇ ਲੀਡਰਸ਼ਿਪ ਜਿਹੜੀ ਹੈ ਕਿ ਕਿਸੇ ਨਾ ਕਿਸੇ ਨੂੰ ਸਜ਼ਾ ਮਿਲ ਜਵੇ 2.2 ਲੱਖ ਜਿਹੜਾ ਉੱਥੇ ਨੌਜਵਾਨ ਹੈ ਜਿਹੜਾ ਸ਼ਹੀਦ ਹੋਇਆ ਲੱਛੇ ਜੇ ਉਹਨਾਂ ਲਈ ਜਿਹੜਾ 2.2 ਲੱਖ ਰੁਪਏ ਆ ਕਿਸੇ ਪ੍ਰਵਾਹ ਨੂੰ ਦਵਾ ਵੀ ਦਿੱਤਾ ਕਿਸੇ ਲੋਅਰ ਨੇ ਉਹ ਕੋਈ ਕੰਪਨਸੇਸ਼ਨ ਨਹੀਂ ਹੈਗੀ ਕਿਸੇ ਦੇ ਲਾਈਫ ਲਈ ਜੇ ਇਹ ਬੇਸਿਕ ਜਸਟਿਸ ਵੀ ਉਥੇ ਨਹੀਂ ਮਿਲ ਸਕਦਾ 30 ਇਅਰਸ ਲੇਟਰ ਅਸੀਂ ਕਾਤੇ ਉਹੀ ਮੜਮੜ ਕੇ ਉਹੀ ਜਿਹੜੀ ਕਚੇਰੀਆਂ ਉਹਦੇ ਚ ਤੋਂ ਰਿਫਰਦੇ ਆਂ ਆਲਟੀਮੇਟਲੀ ਗੱਲ ਇੱਥੇ ਤੱਕ ਆਉਂਦੀ ਆ ਜਿਹੜੇ ਕਹਿੰਦੇ ਕਿ ਅਸੀਂ ਬਾਰ ਬਾਰ ਦੇਖੀ ਜਾਂਦੇ ਆ ਮੈਂ ਸਿਰਫ 30 ਸੈਕਿੰਡਸ ਦੇ ਵਿੱਚ ਗੱਲ ਨਵੇੜਦਾ ਆ ਸਿੱਖੀ ਪ੍ਰਤੀ ਜਿਹੜੀ ਆ ਅਸੀਂ ਸਾਰਿਆਂ ਨੂੰ ਦੁੱਖ ਸੁਣਾ ਰਹੇ ਆਂ ਬਾਹਰ ਜਾਂ ਦੇਸ਼ਾਂ ਦੇ ਵਿੱਚ ਬੈਠੇ ਸਾਰਿਆਂ ਨੂੰ ਦੁੱਖ ਸੁਣਾ ਰਹੇ ਆਂ ਕੋਈ ਕੋਈ ਗਵਰਨਮੈਂਟ ਨਹੀਂ ਛੱਡੀ ਕੋਈ ਨੇਸ਼ਨਸ ਬਾਡੀਜ਼ ਨਹੀਂ ਛੱਡੀਆਂ ਇਹ ਤਾਂ ਸਿੰਪਲ ਜਿਹੀ ਗੱਲ ਹੈ ਦੁੱਖ ਤੇ ਸੇਪੇ ਆਖੀਏ ਸੂਕ ਜਿ세 ਹੀ ਪਾਸ ਜਿਹਦੇ ਹੱਥ ਦੇ ਵਿੱਚ ਸੁੱਖ ਦੇਣ ਲਈ ਹੈਗਾ ਆ ਦੁੱਖ ਤਾਂ ਉਹਨੂੰ ਸੁਣਾਇਆ ਜਾ ਜਾਂਦਾ ਆ ਤੇ ਉਹ ਜਿਹੜਾ ਸੁੱਖ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਗੁਰੂ ਗ੍ਰੰਥ ਤੇ ਗੁਰਪੰਥੇ ਵਿੱਚ ਹੈ ਐਸਟੈਬਲਿਸ਼ਮੈਂਟ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਤਕੜੇ ਕਰਨਾ ਆ ਆਪਣੇ ਲੋਕਾਂ ਦੇ ਵਿੱਚ ਕੰਮ ਕਰਨਾ ਆ ਬਾਹਰ ਲੈਣੋਂ ਬਾਅਦ ਦੇਖ ਬਾਅਦ ਚ ਦੇਖ ਲਵਾਂਗੇ ਪਰ ਜਿਹੜੀ ਸੋਵਰਨਟੀ ਦੀ ਗੱਲ ਹੈ ਮੈਂ ਮੁੜ ਕੇ ਫੇਰ ਗੱਲ ਕਹਿੰਦਾ ਆ ਕਿ ਸੋਵਰਨਟੀ ਜਿਹੜੀ ਹੈ ਜੇ ਕੋਈ ਦੱਸ ਦੇਵੇ ਕਿ ਕਿੱਦਾਂ ਸਟੈਬਲਿਸ਼ ਹੋਦੂਗੀ ਹਿੰਦੁਸਤਾਨ ਦੀ ਸਟੇਟ ਦੇ ਵਿੱਚ ਉਹ ਬਹੁਤ ਸਿਰ ਮੱਥੇ ਤੇ ਗੱਲ ਹੋਗੀ ਬਟ ਅਜ਼ਨ ਮੈਨੂੰ 100% ਇਹ ਗੱਲ ਦਾ ਪਤਾ ਹੈ ਕਿ ਉਹ ਨਹੀਂ ਐਸਟੈਬਲਿਸ਼ ਹੋ ਸਕਦੀ ਸੋ ਮੈਨੂੰ ਇਹ ਇਹ ਗੱਲ ਦਾ ਵੀ ਪਤਾ ਹੈ ਕਿ ਜਿਹੜੇ ਇੱਥੇ ਲੋਕ ਬੈਠੇ ਆ ਉਹਨਾਂ ਦੇ ਮਨ ਦੇ ਵਿੱਚ ਮੋੜ-ਮੋੜ ਕੇ ਇਹ ਗੱਲ ਆ ਰਹੀ ਹੈ ਕਿ ਸੋਵਰਨਟੀ ਕਿਹੜੀ ਦੀ ਗੱਲ ਕਰ ਰਹੇ ਆ ਦੋ ਕੁ ਵੀਰੇ ਗੱਲ ਕਰਕੇ ਵੀ ਗਏ ਆ ਕਿ ਇਹਨੂੰ ਕਲੀਅਰਫਾਈ ਕਰ ਦੋ ਕਿ ਕਿਹੜੀ ਸੋਵਰਨਟੀ ਦੀ ਗੱਲ ਕਰ ਰਹੇ ਆ ਸੋ ਇਨਾਂਕ ਮੇਰਾ ਕੁਐਸਚਨ ਜ਼ਰੂਰ ਹੈਗਾ ਆ ਕਿ ਤੁਸੀਂ ਮੈਨੂੰ ਛੋਟਾ ਮੰਨ ਕੇ ਜਾਂ ਅਗਰੈਸਿਵ ਮੰਨ ਕੇ ਇਹ ਨਾ ਦੇਖਿਓ ਤੁਸੀਂ ਇਹ ਦੱਸਦੇ ਹੋ ਕਿ ਤੁਸੀਂ ਕਿਹੜੀ ਸੌਵਰਟੀ ਚਾਹੁੰਦੇ ਆ ਅਲੀ ਸਾਨੂੰ ਵੀ ਪਤਾ ਹੋਵੇ ਕਿ ਅਸੀਂ ਕਿਹਦੇ ਨਾਲ ਕੰਮ ਕਰ ਰਹੇ ਆ ਕਿੱਥੇ ਕੰਮ ਕਰ ਰਹੇ ਆ ਕਿੰਨਾ ਕੁ ਸਾਨੂੰ ਕਮਿਊਨਿਟੀ ਬਿਲਡ ਕਰਨ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਛੋਟੇ ਵੀਰ ਨੇ ਬੜੀ ਸੋਹਣੀ ਗੱਲ ਕੀਤੀ ਆਈ ਥਿੰਕ ਇਹਦੇ ਬਾਰੇ ਸੋਵਰਨਿਟੀ ਬਾਰੇ ਕੋਈ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਅਸੀਂ ਕੱਲ ਵੀ ਜੋ ਗੱਲ ਕੀਤੀ ਸੀ ਇਸ ਜਿਹੜਾ ਟੌਪਿਕ ਮੈਂ ਦਰਤਾ ਗਿਆ ਅਸੀਂ ਜਿਹੜਾ ਆਪਣਾ ਹੈਗਾ ਸਰਬੱਤ ਖਾਲਸਾ ਦੇ ਉੱਤੇ ਜਿਹੜੇ ਪ੍ਰੈਸਿੰਗ ਮੈਟਰਸ ਨੇ ਉਹ ਕੀ ਨੇ ਅਸੀਂ ਸੈਲਫ ਡਿਟਰਮੀਨੇਸ਼ਨ ਦੀ ਗੱਲ ਕੀਤੀ ਸੀ ਉਹਦਾ ਮਤਲਬ ਕਲੀਅਰ ਹੈਗਾ ਕਿ ਬਈ ਜਿਹੜਾ ਸਿੱਖ ਹੋਮਲੈਂਡ ਖਾਲਿਸਤਾਨ ਅਸੀਂ ਨਾ ਦਿੱਤਾ ਇਸ ਵੇਲੇ ਉਹਨੂੰ ਉਹਦੇ ਬਾਰੇ ਉਹਦੀ ਇਹ ਚੀਜ਼ ਜਿਹੜੀ ਅਚੀਵਮੈਂਟ ਹੈ ਉਹਨੂੰ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਉਹਦੇ ਬਾਰੇ ਡਿਸਕਸ਼ਨ ਜਿਹੜੀ ਹੈ ਜ਼ਰੂਰ ਇਨ ਡੈਪਥ ਹੋ ਹੀ ਨਹੀਂ ਲੇਕਿਨ ਮੈਂ ਸ ਜਿਹੜੀ ਆਪਣੀ ਦੂਜੀ ਡਿਸਕਸ਼ਨ ਚੱਲ ਰਹੀਆਂ ਨੇ ਅਸ਼ੀਅ ਕਲਤਖ ਸਾਹਿਬ ਦੇ ਉੱਤੇ ਜਾਂ ਜਿਹੜੀ ਸਬਤ ਖਾਲਸਾ ਕਿਸ ਤਰ੍ਹਾਂ ਕਨੈਕਟ ਕਰਨਾ ਚਾਹੀਦਾ ਹੈ ਇਹਨਾਂ ਸਾਰਿਆਂ ਦਾ ਜੋ ਮੋਟਿਵ ਹੈ ਅਦਰ ਦੈਨ ਜਿਹੜੀ ਸਾਡੀ ਕਮਿਊਨਿਟੀ ਹੈ ਉਹ ਸਰਗਿਰਧ ਹੋਏ ਔਰ ਆਪਣੇ ਆਪ ਨੂੰ ਸੰਭਾਲੇ ਅਲਟੀਮੇਟਲੀ ਦੇ 올 ਸ਼ੁੱਡ ਬੀ ਮਰਜਿੰਗ ਇਨਟੂ ਸੋਵਰਨਿਟੀ ਦਾ ਆਬਜੈਕਟਿਵ ਇਜ਼ ਦਿਸ ਕਿ ਵੀ ਜੈ ਸਿਕ ਆਪਣੀ ਜੇ ਸਰਵਤ ਖਾਲਸਾ ਕੰਟਰੈਕਟ ਕਰ ਸਕਦਾ ਹੈ ਔਰ ਜਿਹੜਾ ਹਿਊਮਨ ਰਾਈਟਸ ਦੇ ਇਸ਼ੂ ਜਿਹੜੇ ਇਹਨੇ ਲੋਕੀ ਡਿਸ ਅਪੀਅਰ ਹੋਏ ਨੇ ਉਹਨਾਂ ਨੂੰ ਜਸਟਿਸ ਲਿਆ ਕੇ ਦੇ ਸਕਦਾ ਹੈ ਉਹਦੇ ਵਿੱਚ ਜਿਹੜਾ ਸੈਲਫ ਡਿਟਰਮੀਨੇਸ਼ਨ ਦਾ ਇਸ਼ੂ ਜਿਹੜਾ ਹੈਗਾ ਉਹ ਵੀ ਇੱਕ ਬਹੁਤ ਹੀ ਵੱਡਾ ਇਸ਼ੂ ਹੈਗਾ ਔਰ ਉਹ ਇਸ ਉਸ ਦਾ ਹਿੱਸਾ ਹੈਗਾ ਆਈ ਥਿੰਕ ਬਾਕੀ ਜੋ ਆਪਾਂ ਗੱਲਾਂ ਕਰ ਰਹੇ ਇਹ ਟੂਲਸ ਨੇ ਤਾਂ ਕਿ ਅਸੀਂ ਇਹਨਾਂ ਨੂੰ ਜੇ ਉਹਨਾਂ ਨੂੰ ਅਸੀਂ ਇੱਕ ਸਿਸਟਮ ਬਣਾਵਾਂਗੇ ਇਹਨਾਂ ਟੂਲਸ ਨਾਲ ਤੇ ਦੇ ਵਿਲ ਲੀਡ অর ਦੇ ਸ਼ੁੱਡ ਹੈਲਪ ਟੂ ਐਕਚੁਅਲੀ ਕ੍ਰੀਏਟ ਸੋਵਰਨਿਟੀ ਇਨ ਮੈਸੇ ਨਹੀਂ ਗੱਲ ਮੈਂ ਕਹਿਣਾ ਚਾਹੁੰਦਾ ਕਿ ਔਰ ਵਨ ਮੋਰ ਥਿੰਗ ਮੈਂ ਕਹਿਣਾ ਚਾਹੁੰਦਾ ਵੀ ਜਿਹੜੀ ਆਪਣੀ ਡਿਸਕਸ਼ਨ ਜਿਹੜੇ ਵਰਕਸ਼ਾਪਸ ਜਿਹੜੀਆਂ ਹੋਈਆਂ ਨੇ ਆਈ ਥਿੰਕ ਇਟ ਇਜ਼ ਗੁੱਡ ਟੂ ਗੈਟ ਇਨਪੁਟ ਫ্রম एवरीवन ਬਟ ਇਹਦੇ ਵਿੱਚ ਜਿਹੜੇ ਇੱਥੇ ਕਈ ਸੱਜਣ ਬੈਠੇ ਨੇ ਜਿਨ੍ਹਾਂ ਨੇ ਗੱਲ ਕੀਤੀ ਹੈ ਕਿ ਭਈ ਜੇ ਤੁਸੀਂ ਕੋਈ ਬਾਡੀ ਕ੍ਰੀਏਟ ਵੀ ਕਰ ਲੈਂਦੇ ਹੋ ਐਸਜੀਪੀਸੀ ਦਾ ਹਿੱਸਾ ਬਣਦੀ ਹੈ ਨਹੀਂ ਬਣਦੀ ਤੁਸੀਂ ਹੋਰ ਇੰਟਰਨੈਸ਼ਨਲ ਵੱਡੀ ਬਾਡੀ ਕ੍ਰੀਏਟ ਕਰਦੇ ਹੋ देर आर अ लॉड ऑफ लीगल जूर स्प इशूज जो है और आई थिंक ये होर डिटेल डिस्कशन होनी बहुत जरूरी है टू अंडरसटैंड द मैप मेकिंग प्रोसैस जगहेंट क्राउड नीड्स टू भी इनवॉल्वी वागुरू जी का खालसा वागुरू जी की फतेह वागुरु जी का खालसा वाजू की फतेह सब पलो है सब पलो है ये याद रखो दो चल रहे हैं एक पास सॉवरनिटी ਕੰਪਲੀਟ ਸਵਰਨਿਟੀ ਧਿਆਨ ਰੱਖਿਓ ਦੂਜੇ ਪਾਸੇ ਇੱਕ ਪ੍ਰੋਸੈਸ ਚੱਲ ਰਿਹਾ ਹੈ ਧਿਆਨ ਰੱਖਿਓ ਕਲਗੀਧਰ ਸੱਚੇ ਪਾਸ਼ਾ ਇੱਕ ਵਾਰ ਵੀ ਕਾਲ ਤੱਕ ਛੇਵੇਂ ਪਾਸ਼ਾ ਦੇ ਉੱਥੇ ਨਹੀਂ ਗਏ ਧਿਆਨ ਰੱਖਣਾ ਇੱਕ ਵਾਰ ਵੀ ਕਲਗੀਧਰ ਸੱਚੇ ਪਾਸ਼ਾ ਨੂੰ ਇੱਕ ਪ੍ਰੋਸੈਸ ਵਿੱਚ ਦੇ ਐਸਾ ਵੀ ਲੰਘਣਾ ਪਿਆ ਉੱਚ ਦਾ ਪੀਰ ਹੋ ਕੇ ਨਿਕਲਣਾ ਪਿਆ ਇਸ ਪ੍ਰੋਸੈਸ ਨੂੰ ਥੋੜਾ ਜਿਹਾ ਸਮਝੋ ਕਲਗੀਧਰ ਸੱਚੇ ਪਾਸ਼ਾ ਨੰਦਰ ਤੱਕ ਵੀ ਪਹੁੰਚੇ ਉੱਥੇ ਕੀ ਕਰੋਗੇ ਤੁਸੀਂ ਧਿਆਨ ਰੱਖੋ ਸਾਨੂੰ ਇਸ ਗੱਲ ਦੇ ਤੇ ਬਹੁਤ ਧਿਆਨ ਰੱਖਣਾ ਅਸੀਂ ਸੈਂਟਰਲ ਵਿੱਚ ਵੀ ਸੋਵਰਨ ਸੋਵਰਨ ਹੋਣਾ ਹੈ 올 ਓਵਰ द ਨੇਸ਼ਨ ਵਿਦਆਊਟ ਬਾਉਂਡਰੀਜ਼ ਉੱਥੇ ਵੀ ਸੋਵਰਨ ਹੋਣਾ ਹੈ ਇਹਨਾਂ ਦੋਨਾਂ ਤੇ ਫੋਕਸ ਕਰਕੇ ਚੱਲੋ ਕੰਬਾਈਨਡ ਕਰੋ ਕਿੱਥੇ ਅਸੀਂ ਕੰਸੈਂਸਸ ਇਕੱਠੇ ਹੋ ਸਕਦੇ ਆ ਪਰ ਅਸੀਂ ਸਟੇਟ ਜਿੱਥੇ ਸਾਡਾ ਅਕਾਲ ਤਖਤ ਹੈ ਅਸੀਂ ਉਸ ਨੂੰ ਵੀ ਸੋਵਰਨ ਰੱਖਣਾ ਹੈ ਉਹਨੂੰ ਵੀ ਬਣਾਉਣਾ ਹੈ 올 ਓਵਰ ਦ ਨੇਸ਼ਨ ਜਿੱਥੇ ਜਿੱਥੇ ਹੋਰ ਵੀ ਸਿੱਖ ਬੈਠੇ ਨੇ ਜਿਵੇਂ ਕਲਗੀਧਰ ਸੱਚੇ ਪਾਤਸ਼ਾਹ ਉੱਥੋਂ ਚੱਲ ਕੇ ਹਜੂਰ ਸਾਹਿਬ ਪਹੁੰਚੇ ਨੇ ਹੁਣ ਸਿੱਖ ਬਾਹਰ ਪਹੁੰਚ ਗਏ ਨੇ ਏ ਵੀ ਕਲ ਕੀ ਤਰਪਾਸ਼ ਹੈ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਵਾਸ ਜਦੋਂ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਦ ਇਹ ਗਏ ਵਿਪਰਨ ਕੀ ਰੀਤ ਤਬ ਮੈਂ ਨਾ ਕਰੂੰ ਇਨ ਕੀ ਪਰਤੀ ਸੋ ਅਸੀਂ ਉਸ ਅਕਾਲ ਪੁਰਖ ਦੀ ਫੌਜ ਨੂੰ ਲੈ ਕੇ ਚੱਲੀਏ ਅਸੀਂ ਸਾਰੇ 올 ਓਵਰ ਦ ਵਰਲਡ ਅਸੀਂ ਦੁਨੀਆਂ ਨੂੰ ਵੀ ਰਿਲੀਫ ਕਰਨਾ ਹੈ ਅਸੀਂ ਐਸੇ ਭਾਵ ਨੂੰ ਸੋਵਰਨ ਬਣਾ ਕੇ ਨਿਕਲਾਂਗੇ ਤੇ ਬਹੁਤ ਸਕਸੈਸਫੁਲ ਰਹਿਾਂਗੇ ਮੈਂ ਇਸ ਕਰਕੇ ਰੋਕ ਰਿਹਾ ਹਾਂ ਕਿਉਂਕਿ ਟਾਈਮ ਨੂੰ ਵੀ ਦੇਖ ਰਹੇ ਹਾਂ ਤੇ ਜਿੰਨੇ ਵੀ ਸੱਜਣ ਇੱਕ ਵਾਰੀ ਬੋਲ ਗਏ ਨੇ ਸੈਕਿੰਡ ਟਾਈਮ ਤੋਂ ਸਾਰੇ ਰਿਸਪੌਂਸ ਵੀ ਕਰਨਾ ਜਾਣਗੇ ਉਹ ਇਸ ਵੇਲੇ ਉਹ ਨਹੀਂ ਸੀਗਾ ਸੋ ਆਈ ਵਾਂਟ ਟੂ ਕੈਪਚਰ ਕਪਲ ਆਫ ਥਿੰਗਸ ਰਾਈਟ ਨਾਓ ਹੁਣ ਤੱਕ ਸਾਡੇ ਕੋਲ ਬੜੇ ਸੁਝਾਅ ਆਏ ਨੇ ਆਬਵੀਅਸਲੀ ਬੜੀ ਕਲੈਰੀਫਿਕੇਸ਼ਨਸ ਵੀ ਆ ਗਈ ਤੇ ਹੋਰ ਕੁਐਸਚਨਸ ਵੀ ਐਡ ਹੋਏ ਨੇ ਇਹ ਪ੍ਰੋਸੈਸ ਇਦਾਂ ਹੀ ਚੱਲਦਾ ਰਹੂ ਬਟ ਫੈਸਿਲਿਟੇਸ਼ਨ ਐਂਗਲ ਤੋਂ ਮੈਂ ਦੋ ਗੱਲਾਂ ਕਰਾਂਗਾ ਇੱਕ ਗੱਲ ਤਾਂ ਇਹ ਹੈਗੀ ਕਿ ਹਰ ਡਿਸਕਸ਼ਨ ਜੇ ਅਸੀਂ ਜਨੈਰਿਕ ਬਣਾ ਲਾਂਗੇ ਜਾਂ ਫੇਰ ਨਵੇਂ ਸਿਰਿਓਂ ਹਰੇਕ ਗੱਲ ਨੂੰ ਛੇੜਾਂਗੇ ਉਹ ਕਦੇ ਵੀ ਨਹੀਂ ਚੱਲੂ ਆਦਰਵਾਇਜ਼ ਐਵਰੀ ਮੀਟਿੰਗ ਸਿਕਸ ਹੋਲਡ ਇਤੇ ਬਾਰੇ ਜੀ ਹੋਰ ਡਿਸਕਸ਼ਨ ਹੋਣੀ ਚਾਹੀਦੀ ਹੈ ਨੋਬਡੀ ਡਿਸਐਗਰੀਜ਼ ਬਟ ਯੂ ਹੈਵ ਟੂ ਕਮ ਟੂ ਸਮ ਅਗਰੀਮੈਂਟ ਕਿ ਕਰੀਏ ਵੀ ਕੀ ਸੋ ਅਗੇਨ ਵੀ ਆਰ ਨਾਟ ਵੀ ਡੋਨਟ ਹੈਵ ਐਨੀ ਅਥਾਰਟੀ ਬਟ ਐਜ਼ ਅ ਸੰਗਤ ਰੂਪ ਵਿੱਚ ਤਾਂ ਆਪਾਂ ਡਿਸਕਸ ਕਰ ਸਕਦੇ ਆ ਇਸ ਕਰਕੇ ਅਜੰਡੇ ਨੂੰ ਪਹਿਲੇ ਦਿਨ ਰੱਖਿਆ ਸੀ ਐਸਪੀਰੇਸ਼ਨਲ ਤਾਂ ਹੀ ਕਿਹਾ ਸੀਗਾ ਕਿ ਸਵਰੈਨਿਟੀ ਦੇ ਉੱਤੇ ਬੜੀਆਂ ਰਾਵਾਂ ਨੇ ਆਪਾਂ ਦੁਬਾਰਾ ਉਹ ਛੇੜਾਂਗੇ ਤਾਂ ਦੋ ਦਿਨ ਉਸ ਤੇ ਵੀ ਬਹਿਸ ਹੋਰ ਚੱਲਦੀ ਰਹੂਗੀ It, and it must continue ਜਿਵੇਂ ਅਖੀਰਲੇ ਸਪੀਕਰ ਗਿਆਨੀ ਜੀ ਕਹੇ ਗਏ ਨੇ ਸੈਕੰਡ ਡੇ ਅਸੀਂ ਕਹਿ ਰਹੇ ਸੀਗੇ ਕਿ ਪ੍ਰੋਸੈਸ ਬੜਾ ਸੀਰੀਅਸ ਲੈਵਲ ਤੇ ਡਿਵੈਲਪ ਕਰਨ ਦੀ ਲੋੜ ਆ ਕਿਉਂਕਿ ਬੜੀਆਂ ਸੀਮਾਵਾਂ ਨੇ ਲੀਗਲ ਤੋਂ ਲੈ ਕੇ ਰੈਪ੍ਰেজੈਂਟੇਸ਼ਨ ਦੇ ਲੈਵਲਸ ਨੇ ਜਥੇਬੰਦੀਆਂ ਦੇ ਲੈਵਲ ਨੇ ਰਿਲੀਜੀਅਸ ਕ੍ਰਾਈਟੇਰੀਆ ਪੋਲਿਟিক্যাল ਕ੍ਰਾਈਟੇਰੀਆ ਰੈਪ੍ਰেজੈਂਟੇਸ਼ਨ ਕ੍ਰਾਈਟੇਰੀਆ ਬੜਾ ਕੁਝ ਹੈਗਾ ਤੇ ਉਹਦੇ ਲਈ ਜੇ ਅਸੀਂ ਕੋਈ ਪ੍ਰੋਸੈਸ ਨੂੰ ਅਗਰੀ ਕਰ ਲਾਂਗੇ ਤਾਂ ਉਹ ਵੀ ਡਿਫਾਈਨ ਕੀਤਾ ਜਾ ਸਕਦਾ otherwise ਅਸੀਂ ਡਿਫੀਨੇਸ਼ਨ ਦੀ ਇੱਕ ਅੱਧੇ ਐਂਗਲ ਨੂੰ ਜੋ ਲੈ ਲਾਂਗੇ ਉਹ ਕਦੇ ਵੀ ਨਹੀਂ ਨਿਬੜੂਗਾ ਫਿਰ ਉੱਥੇ ਹੀ ਸਾਡੀਆਂ ਦੋਰਾਵਾਂ ਹੋ ਜਾਣਗੀਆਂ ਥੋੜੇ ਅਸੀਂ ਅੱਜ ਸਿਵਲ ਬੈਠੇ ਆਂ ਕਈ ਵਾਰ ਅਸੀਂ ਚੇਅਰ ਵੀ ਸਿੱਟਣੀ ਸ਼ੁਰੂ ਕਰ ਦਿੰਦੇ ਆਂ ਬਿਕਾਜ਼ ਵੀ ਆਰ ਨਾਟ ਅਗਰੀਂਗ ਔਨ ਦਾ ਪ੍ਰੋਸੈਸ ਪ੍ਰੋਸੈਸ ਅਗਰੀਮੈਂਟ ਤੋਂ ਬਾਅਦ ਤੁਸੀਂ ਅਗਲੇ ਜਾ ਸਕਦੇ ਹੋ ਗੱਲ ਤੀਸਰੀ ਗੱਲ ਅੱਜ ਜਿਹੜਾ ਕੁਐਸਚਨ ਰੱਖਿਆ ਸੀਗਾ ਕਿ ਕੁਝ ਚੀਜ਼ਾਂ ਕ੍ਰਾਈਸਿਸ ਲੈਵਲ ਤੇ ਸਾਡੇ ਸਾਹਮਣੇ ਨਵੰਬਰ ਦੇ ਵਿੱਚ ਆਈਆਂ ਸੀ ਅਕਤੂਬਰ ਨਵੰਬਰ ਵਿੱਚ ਤੇ ਉਹਦੇ ਬਾਰੇ ਇੱਕ ਦੋ ਰਾਲ ਆਲਰੇਡੀ ਆ ਗਈ ਹੈ ਬਟ ਉਹਨੂੰ ਮੁੱਖ ਰੱਖਿਆ ਸੀ ਕਿ ਆ ਸੀਗਾ ਕਿ ਇਵਨ ਇਫ ਵੀ ਡੋਨਟ ਅਗਰੀ ਵਿਦ ਜੋ ਚੱਲ ਰਿਹਾ ਜੋ ਸਾਡੀ ਐਸਪੀਰੇਸ਼ਨਸ ਨੇ ਜੇ ਅਸੀਂ ਉਹ ਨਹੀਂ ਵੀ ਇੰਪਲੀਮੈਂਟ ਕਰਾ ਸਕਦੇ ਇਫ ਯੂ ਡੋਨਟ ਡੂ ਐਨੀਥਿੰਗ ਸਮਬਡੀ ਵਿਲ ਡੂ ਸਮਥਿੰਗ ਦੈਨ ਵੀ ਕੰਪਲੇਨ ਅਗੇਨ ਥਿਸ ਇਜ਼ ਵਾਟ ਇਜ਼ ਹੈਪਨਿੰਗ ਸੋ ਵੀ ਹੈਵ ਟੂ ਡੂ ਸਮਥਿੰਗ ਉਹ ਸਮਥਿੰਗ ਕਾ ਦਾ ਅਸੀਂ ਆਰਗੇਨਾਈਜ਼ਰਸ ਵੱਲੋਂ ਅਸੀਂ ਬਿਲਕੁਲ ਨਹੀਂ ਬਣਾਇਆ ਕਿ ਇੱਕ ਮਹੀਨੇ ਚਾ ਜਾਂ ਇੱਕ ਸਾਲ ਚਾ ਵੀ ਡੋਨਟ نو ਕਿਉਂਕਿ ਲੇਟੈਸਟ ਨਿਊਜ਼ ਆਰ ਆਲ ਆਫ ਯੂ ਨੋ ਦਿਸ ਕਿ ਦੇਖੋ 3 ਨਵੰਬਰ ਇੱਕ ਡੈਡ ਲਾਈਨ ਬਣੀ ਸੀ ਈਵਨ ਇਫ ਯੂ ਡੋਟ ਅਗਰੀ ਵਿਦ ਦਾ ਪ੍ਰੋਸੈਸ ਬਟ ਥਿਸ ਇਜ਼ ਵਾਟ ਵੀ نو ਕਿ ਕਮੇਟੀ ਹੋਣੀ ਚਾਹੀਦੀ ਜਿਹੜੀ ਇਹ ਚੀਜ਼ਾਂ ਬਣਾਵੇ ਫਿਰ ਕਿਸ ਕਾਰਨਾ ਕਰਕੇ ਇਨਕਲੂਡਿੰਗ ਜੇਲਿੰਗ ਕਰਕੇ 1 31 ਦਸੰਬਰ ਡੇਡ ਬਣੀ ਸੀ ਉਸ ਤੋਂ ਬਾਅਦ ਹੁਣ ਤੱਕ ਅ ਡਿਕਲੇਅਰਡ ਜਥੇਦਾਰ ਹਵਾਰਾ ਵੱਲੋਂ ਮੀਟਿੰਗਾਂ ਹੋਈਆਂ ਨੇ ਬਟ ਕੋਈ ਕਮੇਟੀ ਨਹੀਂ ਬਣੀ ਤੇ ਆਰਗੇਨਾਈਜ਼ਰਸ ਧਿਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਯੂਨਾਈਟਿਡ ਅਕਾਲੀ ਦਲ ਵੱਲੋਂ ਵੀ ਮੀਟਿੰਗਾਂ ਹੁਣ ਵੀ ਚੱਲ ਰਹੀਆਂ ਨੇ ਅੱਜ ਸਵੇਰੇ ਵੀ ਇੱਕ ਅਨਾਉਂਸਮੈਂਟ ਹੋਇਆ ਕਿ 20 ਮਾਰਚ ਨੂੰ ਦਾਦੂਵਾਲ ਪਿੰਡ ਵਿੱਚ ਮੀਟਿੰਗ ਫੇਰ ਕੀਤੀ ਜਾਊ ਸੋ 올 ਆਈ ਐਮ ਸੇਇੰਗ ਇਜ਼ ਕਿ ਥਿਸ ਇਜ਼ ਦ ਰਿਐਲਿਟੀ ਵੀ ਆਰ ਇਨ ਜਾਂ ਤਾਂ ਆਪਾਂ ਸਾਰੇ ਵੇਟ ਕਰੀ ਜਾਈਏ ਆਈਡੀਅਲਿਜ਼ਮ ਨੂੰ ਮੱਚ ਰੱਖਣਾ ਹੀ ਪੈਣਾ ਵਟ ਵੀ ਵਰ ਟ੍ਰਾਈਂਗ ਟੂ ਡੂ ਟੂਡੇ ਵਾਸ ਨੋਇੰਗ ਕਿ ਸਾਡੇ ਕੋਲ ਪ੍ਰੋਸੈਸ ਹੈ ਨਹੀਂ ਨੋਇੰਗ ਕਿ ਸਾਡੇ ਅਜੇ ਪ੍ਰੋਸੈਸ ਡਿਫਾਈਨ ਕਰਨ ਨੂੰ ਬੜਾ ਟਾਈਮ ਲੱਗਣਾ ਕੁਛ ਇੱਕ ਇੱਕ ਦੋ ਪੁਆਇੰਟਾਂ ਤੇ ਤਾਂ ਆਪਾਂ ਐਗਰੀਮੈਂਟ ਲੈ ਆਈਏ ਅਨਓ ਐਗਰੀਮੈਂਟ ਲੈਣ ਦਾ ਇੱਕ ਤਰੀਕਾ ਹੈ ਸੰਗਤ ਦੇ ਲੈਵਲ ਤੇ ਸਾਨੂੰ ਸਾਰੇ ਸੁਣਨਾ ਪਊ ਆਮ ਸੋ ਗਲੈਡ ਕਿ ਇਹ ਪ੍ਰੋਪਰਲੀ ਕੰਮ ਹੋ ਗਿਆ ਸਾਰੇ ਦੀ ਗੱਲ ਸੁਣ ਲਈਤੀ ਗਈ ਬਟ ਸਾਨੂੰ ਇਹਦੇ ਵਿੱਚ ਕੁਛ ਨਾ ਕੁਛ ਅਗਲੇ ਸਟੈਪ ਲੈਣੇ ਪੈਣੇ ਨੇ ਸੋ ਉਹਦੇ ਲਈ ਦੋ ਸੁਜੈਸ਼ਨ ਮੈਂ ਦੇ ਰਿਹਾ ਬੇਸਡ ਔਨ ਵਟ ਆਈ ਹਰਡ ਮੈਂ ਆਪਣੀ رائے ਨਹੀਂ ਹਜੇ ਵਿੱਚ ਪਾ ਰਿਹਾ ਕੋਈ ਪਹਿਲੇ ਤਾਂ ਇਹ ਹੈਗਾ ਕਿ ਗੁਰਬਾਣੀ ਆਈ ਥਿੰਕ ਆਲਮੋਸਟ ਹਾਫ ਸਪੀਕਰਸ ਨੇ ਆਪਣੇ ਕਮੈਂਟ ਵਿੱਚ ਇਨਵੋਕ ਕੀਤੀ ਹੈ ਸੋ ਵੀ ਨੀਡ ਟੂ ਆਬਵੀਅਸਲੀ ਗੁਰਬਾਣੀ ਤੇ ਤਾਂ ਡਿਸਐਗਰੀਮੈਂਟ ਹੈ ਹੀ ਨਹੀਂ ਜੀ ਗੱਲ ਇਹ ਹੈਗਾ ਕਿ ਜਿਹੜੀ ਲਾਈਨ ਜਿਹੜੀ ਸੁਰਤ ਨੂੰ ਫਿੱਟ ਬੈਠਦੀ ਆ ਆਪਾਂ ਉਹ ਵਰਤ ਲੈਂਦੇ ਆ ਜਿਵੇਂ ਹੁਣ ਮੈਂ ਕਹਾਂ ਜੀ ਗੁਰਬਾਣੀ ਵਿੱਚ ਤਾਂ ਇਹ ਵੀ ਆਇਆ ਮਨ ਪਰਦੇਸੀ ਜੇ ਥੀ ਇਹ ਸਭ ਦੇਸ ਪਰ ਆਇਆ ਵੀ ਆਰ ਬੇਸਿਕਲੀ ਫੋਰਨਰਸ ਆਲ ਆਫ ਅਸ ਕਿਉਂਕਿ ਸਾਡਾ ਮਾਈਂਡ ਦੇ ਵਿੱਚ ਤਾਂ ਗੁਰੂ ਗਿਆ ਹੀ ਨਹੀਂ ਫਿਰ ਜਿਸ ਕਿਸ ਪੈ ਖੋਲੋ ਗੰਠੜੀ ਦੁਖੀ ਪਰ ਆਇਆ ਸੋ ਆਪਾਂ ਦੁਖੀ ਨਾ ਕਰੀ ਜਾਈਏ ਰਾਈਟ ਸੋ ਪੁਆਇੰਟ ਇਜ਼ ਵੀ ਅਗਰੀ ਕਿ ਗੁਰਬਾਣੀ ਵਿੱਚ ਸਾਰੇ ਆਨਸਰਸ ਨੇ ਮੋਸਟਲੀ ਬੰਦਿਆਂ ਨੇ ਆ ਕੇ ਜਨੈਰਿਕ ਗੱਲ ਕੀਤੀ ਹੈ ਕੁਝ ਨੇ ਸਪੈਸੀਫਿਕ ਗੱਲ ਕੀਤੀ ਹੈ ਕਿ ਇਹ ਕਰਨਾ ਚਾਹੀਦਾ ਹੈ ਕਰਨਾ ਚਾਹੀਦਾ ਦੈਟਸ ਵਾਟ ਵੀ ਆਰ ਟ੍ਰਾਈਂਗ ਟੂ ਡੂ ਵੀ ਆਰ ਟ੍ਰਾਈਂਗ ਟੂ ਹੈਵ ਅ ਡਿਸਕਸ਼ਨ ਕਿ ਕਿ ਕਿਸ ਤਰ੍ਹਾਂ ਉਹਨਾਂ ਨੇ ਬੇੜੀ ਆਵੇ ਗੱਲ ਨੂੰ ਸੋ ਪ੍ਰੋਪੋਜ਼ਲ ਇਹ ਆਈ ਸੀ ਗਿਆ ਸਪੈਸੀਫਿਕ ਹੁਣ ਤੱਕ ਦੋ ਉਹਦੇ ਬਾਰੇ ਯਾਨੀ ਜੀ ਦੋ ਕਮੈਂਟ ਫਿਰ ਆਪਾਂ ਆਉਂਦੇ ਆ ਇਸੇ ਕਰਕੇ ਮੈਂ ਪਰਨਾ ਕਿਸੇ ਨੂੰ ਵੀ ਨਹੀਂ ਰੋਕਿਆ ਸਿਰਫ ਜਦ ਸੈਕਿੰਡ ਵਾਰੀ ਕੋਈ ਆਇਆ ਸੀ ਤਾਂ ਮੈਂ ਰੋਕਿਆ ਸੀਗਾ ਐਜ਼ ਅ ਫੈਸਿਲੀਟੇਟਰ ਆਲ ਆਫ ਯੂ ਗੋਣਾ ਹੇਟ ਮੀ ਬਟ ਦੈਟਸ ਪਾਰਟ ਆਫ ਮਾਈ ਜੌਬ ਸੋ ਹੇਅਰ ਇਜ਼ ਦਾ ਪ੍ਰੋਪੋਜ਼ਲ ਜਿਹੜੀਆਂ ਦੋ ਖੁਣ ਤੇ ਕਰ ਸਪੈਸੀਫਿਕ ਆਈਆਂ ਸੀ ਇੱਕ ਜੇ ਇਹ ਚਾਹੁੰਦੇ ਹੋ ਕਿਉਂਕਿ ਦੋਨਾਂ ਧਿਰਾਂ ਦਾ ਇੱਕ ਸਿਰਫ ਦੋ ਕਮੈਂਟਸ ਤੇ ਡਿਬੇਟ ਥੋੜੀ ਜੀ ਕਹਿ ਲੋ ਕਿ ਸੰਬੋਧਨ ਕੀਤੇ ਸੀ ਇੱਕ ਦੂਜੇ ਨੂੰ ਕਿ ਜਿਹੜਾ ਲਾਸ ਸਰਬਤ ਖਾਲਸਾ ਹੋਇਆ ਸੀ ਵੀ ਨੋ ਕਿਹੜੇ ਸਰਕਮਸਟੈਂਸਸ ਵਿੱਚ ਹੋਇਆ ਸੀ ਬਟ ਉਹਦੇ ਬਾਰੇ ਜੇ ਚਾਹੁੰਦੇ ਹੋ ਕਿਉਂਕਿ ਉਹਦੇ ਵਿੱਚੋਂ ਵੀ ਲਰਨਿੰਗ ਆ ਸਕਦੀ ਹੈ ਕਿ ਇਮੀਡੀਏਟ ਵਾਲੇ ਵਿੱਚ ਕੀ ਹੋ ਸਕਦਾ ਜੇ ਸੰਗਤੀ ਰੂਪ ਵਿੱਚ ਚਾਹੁੰਦੇ ਨੇ ਤੇ ਦੋਵਾਂ ਧਿਰਾਂ ਨੇ ਤਾਂ ਕਹਿ ਦਿੱਤਾ ਸੀ ਜਿੰਨਾਂ ਦੀ ਗੱਲ ਹੋਈ ਸੀ ਦੈਨ ਵੀ ਕੈਨ ਸਪੈਂਡ ਫਿਊ ਮਿੰਟਸ ਔਨ ਇਟ ਪਹਿਲੀ অপਸ਼ਨ ਏ ਕੇ ਬਣੀ ਆ ਸੈਕੰਡ অপਸ਼ਨ ਏ ਆ ਕਿ ਅਸੀਂ ਕੋਈ ਅਸੰਪਸ਼ਨ ਲੈ ਕੇ ਕੋਈ ਡਿਸਕਸ਼ਨ ਕਰ ਸਕਦੇ ਹਾਂ ਨਾ ਜੇ ਕੋਈ ਇਮੀਡੀਏਟ ਗੱਲ ਕਰਨੀ ਆ ਸੋ ਅਸੰਪਸ਼ਨ ਸਾਡੀ ਜੇ ਇਹ ਹੈਗੀ ਇੱਕ ਵਸ ਹੀ ਬਣਾ ਸਕਦੇ ਹਾਂ ਕਿ ਜੇ ਅਪ੍ਰੈਲ ਦੇ ਵਿੱਚ ਇਹ ਨਹੀਂ ਕਰਨਾ ਤੇ ਕਦ ਕਰਨਾ ਬਟ ਇਹ ਅਸੂਮ ਕਰ ਲਈਏ ਕਿ ਜੇ ਇਸ 2016 ਵਿੱਚ ਇੱਕ ਹੋਣਾ ਤੇ ਉਹਦੇ ਲਈ ਕੁਝ ਮਿਆਰਾਂ ਤੇ ਐਗਰੀਮੈਂਟ ਕਰ ਲਈਏ ਦੈਟਸ ਥਿਸ ਇਜ਼ ਹਾਊ ਥਿੰਗਸ ਗੇਟ ਡਨ ਯੂ ਹੈਵ ਟੂ ਹੈਵ ਸਮ ਅਸੰਪਸ਼ਨਸ ਵੀ ਨੋ ਹਰ ਚੀਜ਼ ਇਜ਼ ਦੀ ਪ੍ਰੋਬਲਮ ਲੀਗਲ ਤੋਂ ਲੈ ਕੇ ਰਿਲੀਜੀਅਸ ਇਸ਼ੂਸ ਤੇ ਬਟ ਯੂ ਹੈਵ ਟੂ ਵਰਕ ਵਿਦ ਸਮ ਅਸੰਪਸ਼ਨਸ ਕਿ ਇਮੀਡੀਏਟ ਰਿਸਪਾਂਸਿਬਿਲਟੀ ਕੀ ਕੀਤਾ ਜਾਵੇ ਸੋ ਆਈ ਆਸਕ ਯੂ ਇਫ ਯੂ ਅਗਰੀ ਕਿ ਇੱਕ ਆਪਸ਼ਨ ਇਹ ਹੈ ਕਿ ਸਰਬਤ ਖਾਲਸਾ ਜਿਹੜਾ 2015 10 ਨਵੰਬਰ ਨੂੰ ਹੋਇਆ ਸੀ ਕਿ ਤੁਸੀਂ ਜਿਆਦਾ ਜਿਹੜੇ ਚਾਹੁੰਦੇ ਹੋ ਕਿ ਉਸ ਤੇ 5 10 ਮਿੰਟ ਜਿਹੜੇ ਤਿੰਨ ਚਾਰ ਰੈਪ੍ਰੈਜ਼ੈਂਟੇਟਿਵ ਨੇ ਉਹਦੇ ਬਾਰੇ ਬੋਲ ਲੈਣ ਦੂਸਰੀ ਆਪਸ਼ਨ ਆ ਕਿ ਤੁਸੀਂ ਇਹ ਚਾਹੁੰਦੇ ਹੋ ਕਿ ਅਸੀਂ ਕਿ ਐਸੰਪਸ਼ਨ ਬਣਾ ਲਈਏ ਕਿ 2016 ਵਿੱਚ ਕਿਸੇ ਵੇਲੇ ਸਰਬਤ ਖਾਲਸਾ ਹੋਊਗਾ ਤੇ ਉਹ ਕਿਸ ਖਰ ਦਾ ਹੋਵੇ ਇਹ ਦੋ ਆਪਸ਼ਨ ਮੈਂ ਤੁਹਾਡੇ ਸਾਹਮਣੇ ਰੱਖਿਆ ਬੇਸਡ ਔਨ ਵਟ ਆਈ ਹਰਡ ਕੀ ਕਰਨਾ ਚਾਹੋਗੇ ਜੀ ਆਪਸ਼ਨ 1 ਕਿੰਨੇ ਚਾਹੁੰਦੇ ਨੇ ਹੱਥ ਖੜੇ ਕਰਕੇ ਜੇ ਦੱਸ ਦੋ ਸੋ ਆਪਸ਼ਨ 1 ਦੇ ਟੇਕਰਸ 10 ਜਣੇ ਹੀ ਨੇ ਆਪਸ਼ਨ 2 ਕਿੰਨੇ ਜਣੇ ਚਾਹੁੰਦੇ ਨੇ ਕਿ ਜੇ 2000ਸ ਓਕੇ ਸੋ অপਸ਼ਨ 2 ਬਲ ਜਿਆਦਾ ਧਿਆਨ ਜਾ ਰਿਹਾ ਸੋ ਇਫ ਯੂ ਆਲ ਅਗਰੀ ਲੈਟਸ ਮੂਵ ਟੁਵਰਡਸ ਥੈਟ ਵੀ ਹੈਵ ਟੂ ਮੂਵ ਦਾ ਡਿਸਕਸਸ਼ਨ ਨੋਇੰਗ ਕਿ ਕੁਛ ਵੀ ਪਰਫੈਕਟ ਹੈ ਨਹੀਂ ਹਦੇ ਕੋਲ ਸੋ ਜੇ অপਸ਼ਨ 2 ਬਲ ਗੱਲ ਕਰਦੀਆਂ ਆ ਆਪਾਂ ਕੱਲ ਦੇ ਆਈਡੀਅਲ ਕ੍ਰਾਈਟਰੀਆਸ ਦੀ ਵੀ ਡਿਵਰਜਨ ਦੇਖੀ ਸੀ ਕਿ ਕਿੰਨੀਆਂ ਆਪਸ਼ਨਸ ਨੇ ਅੱਜ ਉਹਨੂੰ ਸਬ ਗਰੁੱਪਸ ਤੇ ਰਾਹੀਂ 5 10 ਚੀਜ਼ਾਂ ਵੀ ਥਾਂ 6-7 ਚੀਜ਼ਾਂ ਬਨੋਆਂ ਨੇ ਲਿਆਉਣ ਦੀ ਕੋਸ਼ਿਸ਼ ਕੀਤੀ ਐ ਐਨਓ 6-7 ਵਿੱਚੋਂ ਵੀ ਸਿਰਫ ਇੱਕ ਸੀਗਾ ਜਿੱਥੇ ਸਰਵਸੰਮਤੀ ਨਹੀਂ ਸੀਗੀ ਸੋ ਐਟਲੀਸਟ ਉਹਨੂੰ ਹੀ ਕੁਝ ਫਾਈਨਲ ਕਰ ਲਈਏ ਕਿ ਕਾਲਿੰਗ ਦੀ ਪ੍ਰੋਬਲਮ ਆ ਵੀ ਆਲ ਨੋ ਦਾ ਪ੍ਰੋਬਲਮ ਸੋ ਲੈਟਸ ਨਾ ਡਿਸਕਸ ਦੋਸ ਲੈਟਸ ਸੇ ਕਿ ਜਿਹੜੇ ਵੀ ਕਰ ਰਹੇ ਨੇ ਆਪਾਂ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਐਜ਼ ਅ ਐਡਵਾਈਸ ਨਹੀਂ ਕਰ ਲਈ ਬਟ ਵੀ ਸੇ ਕਿ ਔਨ ਬਿਹੈਫ ਆਫ ਇੰਨੇ ਬੰਦੇ ਮਿਲੇ ਸੀਗੇ ਇੰਨਾ ਕੁ ਮਿਨਮਮ ਡਿਸਕਸ਼ਨ ਅਸੀਂ ਕਰਨਾ ਚਾਹੁੰਦੇ ਹਾਂ ਸੋ ਦੈਟਸ ਸੈਡ ਆਪਾਂ অপਸ਼ਨ 2 ਵੱਲ ਜਾਣ ਦੇ ਲਈ ਲੰਚ ਬ੍ਰੇਕ ਸਾਡੀ 1 ਵਜੇ ਹੋਣੀ ਸੀ ਦਿਸ ਇਸ ਦਿਸ ਮਾਈਟ ਬੀ ਅ ਗੁੱਡ ਬ੍ਰੇਕ ਕਿ ਆਪਸ਼ਨ 2 ਦੇ ਬਾਰੇ ਥੋੜਾ ਸਾਰੇ ਜਣੇ ਠੰਡੇ ਦਿਮਾਗ ਨਾਲ ਸੋਚ ਕੇ ਆਉਣ ਆਪਾਂ ਲੰਚ ਦਾ 1 ਘੰਟੇ ਦੀ ਥਾਂ 45 ਮਿੰਟ ਕਰ ਦਿੰਦੇ ਆ ਜੇ ਤੁਸੀਂ ਚਾਹੁੰਦੇ ਹੋ 1:30 ਵਜੇ ਤੱਕਰ ਵੀ ਕਰ ਸਕਦੇ ਆ ਲੰਚ ਰੈਡੀ ਹੈ ਜੀ ਆਰਗੇਨਾਈਜ਼ਰਸ ਰੈਡੀ ਹੈ ਸੋ ਆਪਾਂ ਲੰਚ ਬ੍ਰੇਕ ਦਿਸ ਇਸ ਅ ਗੁੱਡ ਸੈਗਵੇ ਕਿਉਂਕਿ ਥੋੜਾ ਸੋਚਿਆ ਆਈਏ ਕਿ ਕੀ ਕੀ ਕਰਨ ਦੀ ਲੋੜ ਆ 1:30 ਵਜੇ ਆਪਾਂ ਇਹ ਇੱਕ ਅਸੰਪਸ਼ਨ ਲੈ ਕੇ ਆਈਏ ਇੱਕ ਅਸੰਪਸ਼ਨ ਇਹਦਾ ਮਤਲਬ ਇਹ ਨਹੀਂ ਕਿ ਹੋਊਗਾ ਹੀ ਕੀ ਜੇ ਅੱਜ ਦੇ ਮਾਹੌਲ ਵਿੱਚ ਕਰਨਾ ਹੋਵੇ ਦਿਨ ਆਈਅਰ ਉਸ ਦੇ ਲਈ ਕਿਸ ਤਰ੍ਹਾਂ ਦਾ ਡਿਸਕਸ਼ਨ ਕਰਨ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ